ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕੌਮ ਦੇ ਦਰਸ਼ਕੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਜੀ ਆਖਦੇ ਹਾਂ। ਜਿਵੇਂ ਤੁਹਾਨੂੰ ਪਤਾ, ਇਤਿਹਾਸ ਵੀ ਦੇਖ ਲਈਏ ਕਿ ਸਿੱਖਾਂ ਨੂੰ ਗੁਰੂ ਸਾਹਿਬਾਨ ਤੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਮਤਲਬ ਬਹੁਤ ਵੱਡੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਤੇ ਅੱਜ ਵੀ ਜੇ ਦੇਖੀਏ, ਅੱਜ ਵੀ ਸਿੱਖਾਂ ਨੂੰ ਬਹੁਤ ਇਹੋ ਜਿਹੇ ਲੋਕ ਲਲਕਾਰਦੇ ਆ ਜਿਹੜੇ ਕਹਿੰਦੇ ਆ ਕਿ 2% ਆ, ਇਹਨਾਂ ਨੂੰ ਮਸਲ ਦਿਓ, ਜਿੱਥੇ ਦਿਖਦੇ ਆ ਮਾਰ ਦਿਓ। ਅਤੇ ਪਰ ਕਲਗੀਧਰ ਪਾਤਸ਼ਾਹ ਵੱਲੋਂ, ਗੁਰੂ ਨਾਨਕ ਦੇਵ ਜੀ ਵੱਲੋਂ ਰੱਖਿਆ ਇਹ ਨੀਂਹ ਪੱਥਰ ਜੋ ਸਿੱਖੀ ਦਾ, 550 ਸਾਲ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਖਾਲਸਾ ਪੰਥ ਸਾਜਿਆ, ਇਹ ਕਿਹਾ ਜੋ ਖਾਲਸਾ ਆ ਅਕਾਲ ਪੁਰਖ ਦੀ ਫੌਜ ਆ, ਇਹ ਪ੍ਰਗਟਿਆ, ਇਹ ਖਤਮ ਨਹੀਂ ਹੋ ਸਕਦਾ। ਪਰ ਫਿਰ ਵੀ ਕੁਝ ਅਣਜਾਣ ਲੋਕ, ਭੁੱਲੜ ਲੋਕ ਹਮੇਸ਼ਾ ਇਹ ਵੰਗਾਰਦੇ ਆ ਕੌਮ ਨੂੰ। ਅਤੇ ਬੰਗਾਲ ਦੇ ਵੀ ਇੱਦਾਂ ਆ ਕਿ ਜੀ ਇਹ 2% ਆ ਅਤੇ ਇਹਨਾਂ ਨੂੰ ਮਸਲ ਦਿਓ, ਖਤਮ ਕਰ ਦਿਓ। ਪਿਛਲੇ ਦਿਨ ਇਸੇ ਹੀ ਤਰ੍ਹਾਂ ਸੁਧੀਰ ਸੂਰੀ, ਜੋ ਸ਼ਿਵ ਸੈਨਾ ਦਾ ਆਗੂ ਵੀ ਆ, ਜਿਹਨੇ ਪਹਿਲਾਂ ਵੀ ਬਹੁਤ ਵਾਰ ਸਿੱਖਾਂ ਨਾਲ ਜਿੱਦਾਂ ਗਲਤ ਬਿਆਨਬਾਜ਼ੀ ਕਰਕੇ ਇਹ ਕਿਹਾ ਕਿ ਇੱਦਾਂ ਕਰ ਦਾਂਗੇ ਸਿੱਖਾਂ ਨੂੰ, ਇੱਦਾਂ ਕਰ ਦਾਂਗੇ, ਜੋ ਜੇ ਕਰ ਦਾਂਗੇ ਉਹ ਕਰ ਦਾਂਗੇ। ਵੈਸੇ ਹੁਣ ਜਿੱਦਾਂ ਪਤਾ ਲੱਗਾ, ਕੱਲ੍ਹ ਦਾ ਉਹ ਇਸ ਬਿਆਨ ਤੋਂ ਮੁੱਕਰਦਾ ਆ ਕਿ ਮੈਂ ਇਹ ਬਿਆਨ ਨਹੀਂ ਦਿੱਤਾ, ਇਹ ਜਿਹੜਾ ਮੀਡੀਆ ਆ, ਮੀਡੀਆ ਨੇ ਇਹਨੂੰ ਤਰੋੜ ਮਰੋੜ ਕੇ ਲਾਇਆ। ਦੇਖੋ ਕਿੰਨਾ ਬੇਵਕੂਫ਼ ਲੋਕਾਂ ਨੂੰ ਸਮਝ ਰਿਹਾ ਆ, ਇਹ ਕਹਿ ਰਿਹਾ ਆ ਕਿ ਮੀਡੀਆ ਨੇ ਤਰੋੜ ਮਰੋੜ ਕੇ ਹੁੰਦਾ ਵੀ ਜਦੋਂ ਕੋਈ ਬਿਆਨ ਲਿਖਿਆ ਹੋਵੇ, ਅਗਲਾ ਲਿਖਤ ਦੇ ਵਿੱਚ ਕੋਈ ਇੱਦਾਂ ਦੀ ਗੱਲ ਕਰ ਜਾਵੇ ਫਿਰ ਤਾਂ ਮੰਨਿਆ। ਖੁਦ ਆਪਦੀ ਵੀਡੀਓ, ਆਪਦੀ ਆਵਾਜ਼ ਆ, ਸ਼ਰੇਆਮ ਉਹ ਕਹਿ ਰਿਹਾ ਆ ਵੀ ਆਹ ਇੱਦਾਂ ਕਰ ਦਾਂਗੇ। ਪਰ ਹੁਣ ਜਿੱਦਾਂ ਜਦੋਂ ਦੇਖਿਆ ਕਿ ਕੁਝ ਹਿੰਦੂ ਜਿਹੜੇ ਆ ਸੰਗਠਨ ਵੀ ਉਹਦੇ ਵਿਰੋਧ ਦੇ ਵਿੱਚ ਆ ਗਿਆ, ਇੱਥੋਂ ਤੱਕ ਕਿ ਪਿਛਲੇ ਕੱਲ੍ਹ ਹੀ ਜਿਹੜਾ ਆਵਾਜ਼ ਕੌਮ 'ਤੇ ਵੀ ਪ੍ਰੋਗਰਾਮ ਕੀਤਾ ਗਿਆ, ਜੋ ਸਾਧਵੀ ਦੇਵਾ ਠਾਕੁਰ ਆ, ਉਹਨੇ ਸ਼ਰੇਆਮ ਕਿਹਾ ਕਿ ਇਹ ਗਲਤ ਆ, ਜੇ ਸਿੱਖ ਗੁਰੂ ਨਾ ਹੁੰਦੇ ਤਾਂ ਮਤਲਬ ਹਿੰਦੂ ਵੀ ਨਹੀਂ ਸੀ ਹੋ ਸਕਦੇ। ਸੋ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇਹਦੇ ਗੱਲਬਾਤ ਕਰਾਂਗੇ, ਜੋ ਸੁਧੀਰ ਸੂਰੀ ਸਮੇਂ ਸਮੇਂ ਇੱਦਾਂ ਭੜਕਾਊ ਬਿਆਨ ਦੇ ਰਿਹਾ ਆ, ਉਹਦਾ ਕੀ ਕਾਰਨ ਆ, ਉਹਦੇ ਪਿੱਛੇ ਕੀ ਆ। ਅਤੇ ਆਪਾਂ ਜਿਹੜੀ ਆ ਕਾਲਾਂ ਵੀ ਲਵਾਂਗੇ ਸਕਰੀਨ 'ਤੇ, ਜਿਹੜਾ ਨੰਬਰ ਆਵਾਜ਼ ਕੌਮ ਦਾ ਆ ਰਿਹਾ ਆ, ਤੁਸੀਂ ਕਾਲ ਕਰ ਸਕਦੇ ਹੋ, ਜੋ ਵੀ ਤੁਸੀਂ ਕਹਿਣਾ, ਆਪਣਾ ਵਿਚਾਰ ਦੇ ਸਕਦੇ ਹੋ, ਸੁਧੀਰ ਸੂਰੀ ਬਾਰੇ ਦੇ ਸਕਦੇ ਹੋ। ਜਿਹੜੇ ਹੋਰ ਵੀ, ਇਕੱਲਾ ਸੁਧੀਰ ਸੂਰੀ ਨੇ, ਹੋਰ ਵੀ ਕਹਿ ਜੀ ਬਹੁਤ ਲੋਕ, ਨਿਸ਼ਾਂਤ ਸ਼ਰਮਾ ਆ, ਇਹੋ ਜਿਹਾ ਬਹੁਤ ਲੋਕ ਆ ਜਿਹੜੇ ਸਿੱਖੀ ਬਾਰੇ ਬਿਆਨ ਦਿੰਦੇ ਆ। ਅਤੇ ਆਓ ਆਪਾਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਲਾਈਨ 'ਤੇ ਗਿਆਨੀ ਬਲਜਿੰਦਰ ਸਿੰਘ ਜੀ ਇਟਲੀ ਤੋਂ ਹਾਜ਼ਰ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ, ਤੁਸੀਂ ਦੇਖਿਆ ਯਾਰ, ਪਿਛਲੇ ਦਿਨਾਂ ਤੋਂ ਕਾਫੀ ਇਹ ਮਸਲਾ ਜਿਹੜਾ ਸੁਧੀਰ ਸੂਰੀ ਨੇ ਮਤਲਬ ਸ਼ਰੇਆਮ ਮਤਲਬ ਪ੍ਰੈਸ ਕਾਨਫਰੰਸ ਦੇ ਵਿੱਚ ਰਿਵਾਲਵਰ ਕੱਢ ਕੇ ਆਪਣੀ ਆਵਾਜ਼ ਦੇ ਵਿੱਚ ਇਹ ਕਿਹਾ ਸੀ ਕਿ 2% ਲੋਕ ਆ, ਇਹਨਾਂ ਨੂੰ ਖਤਮ ਕਰ ਦਿਓ, ਮਤਲਬ ਸਿੱਖਾਂ ਨੂੰ ਸ਼ਰੇਆਮ ਉਹਨੇ ਇਹ ਗੱਲ ਕਹੀ ਸੀਗੀ। ਅਤੇ ਕੱਲ੍ਹ ਅਖਬਾਰਾਂ ਵਿੱਚ ਉਹਦਾ ਬਿਆਨ ਲੱਗਾ ਕਿ ਮੇਰਾ ਬਿਆਨ ਮੀਡੀਆ ਨੇ ਤਰੋੜ ਮਰੋੜ ਕੇ ਲਾ ਦਿੱਤਾ, ਤੁਸੀਂ ਕੀ ਸੋਚਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਪਹਿਲਾਂ ਤਾਂ ਮੈਂ ਤੁਹਾਡੇ ਇਸ ਆਵਾਜ਼ ਕੌਮ ਚੈਨਲ ਰਾਹੀਂ ਜਿੰਨੇ ਵੀ ਇਹਦੇ ਦਰਸ਼ਕ, ਜਿੱਥੋਂ ਤੱਕ ਇਹਦੀ ਆਵਾਜ਼ ਜਾ ਰਹੀ ਸਾਰੀ ਦੁਨੀਆਂ ਵਿੱਚ, ਉਹਨਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਈ ਆ। ਹਾਂਜੀ, ਤੇ ਤੁਹਾਡਾ ਧੰਨਵਾਦ ਆ ਕਿ ਤੁਸੀਂ ਇਹ ਜਿਹੜੇ ਚੱਲ ਰਹੇ ਕੋਈ ਮਸਲੇ ਆ ਉਹਨਾਂ ਦੇ ਉੱਤੇ ਕੌਮ ਨੂੰ ਸੁਚੇਤ ਕਰਨ ਵਾਸਤੇ ਯਤਨ ਕਰਦੇ ਆ, ਤੇ ਸਾਰੇ ਲੋਕ ਸੁਣਦੇ ਤੁਹਾਡੇ ਚੈਨਲ ਨੂੰ, ਇਸ ਮੀਡੀਆ ਦੁਆਰਾ ਲੋਕਾਂ ਵਿੱਚ ਚੰਗੀ ਜਾਣਕਾਰੀ ਤੇ
ਗੱਲ ਆ ਉਹ ਜਾ ਰਹੀ ਆ। ਠੀਕ ਹੈ ਜੀ, ਸਾਡਾ ਧੰਨਵਾਦ ਆ। ਹਾਂਜੀ, ਇਹ ਜਿਹੜਾ ਮੀਡੀਏ ਦਾ ਸਮਾਂ ਹੁਣ ਚੱਲ ਰਿਹਾ ਜੀ, ਹਰ ਚੀਜ਼ ਹਰ ਸਮੇਂ ਕੈਦ ਹੋ ਜਾਂਦੀ ਆ ਕੈਮਰੇ ਵਿੱਚ। ਹਾਂਜੀ, ਹੁਣ ਕਿਸੇ ਵੀ ਗੱਲ ਤੋਂ ਮੁੱਕਰਨਾ ਜਿਹੜਾ ਆ ਉਹ ਸੰਭਵ ਆ, ਅਸੰਭਵ ਆ, ਨਹੀਂ ਮੁੱਕਰਿਆ ਨਹੀਂ ਜਾ ਸਕਦਾ। ਠੀਕ ਹੈ, ਉਹਨਾਂ ਦਾ ਉਹ ਸੁਰਧੀਰ ਸੂਰੀ ਦਾ ਉਹਦਾ ਜਿਹੜਾ ਬਿਆਨ, ਇਹ ਹੁਣੀ ਬਿਆਨ ਨਹੀਂ ਆਇਆ, ਅਕਸਰ ਹੀ ਬਹੁਤ ਸਾਰੇ ਬਿਆਨ ਉਹ ਉੱਥੋਂ ਦਿੰਦਾ ਰਹਿੰਦਾ। ਠੀਕ ਹੈ, ਇਸ ਗੱਲ ਦੇ ਨਾਲ ਲੋਕਾਂ ਦੇ ਜਿਹੜਾ ਆ ਮਾਹੌਲ ਆ ਉਹ ਸ਼ਾਂਤ ਮਾਹੌਲ ਭੜਕ ਜਾਂਦਾ ਆ, ਲੋਕਾਂ ਦੀਆਂ ਭਾਵਨਾ ਭੜਕਦੀਆਂ ਆ, ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਜਾਂਦੀ ਆ। ਹਾਂਜੀ, ਅਕਸਰ ਹੀ ਏਦਾਂ ਦੀ ਜਿਹੜਾ ਹਿੰਦੁਸਤਾਨ ਵਿੱਚ ਵਾਪਰਦਾ ਰਹਿੰਦਾ। ਠੀਕ, ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅਸੀਂ 2% ਹੀ ਹਾਂ। ਹਾਂਜੀ, ਇਹ ਤੇ ਕੋਈ ਗੱਲ ਹੈ ਹੀ ਨਹੀਂ ਵੀ ਅਸੀਂ 2% ਨਹੀਂ, 2% ਹੀ ਹਾਂ। ਹਾਂਜੀ ਹਾਂਜੀ, ਪਰ 2% ਵਾਲੇ ਜਦੋਂ ਲੋੜ ਪੈਂਦੀ ਆ, ਕਿਤੇ ਕੋਈ ਟ੍ਰੈਜਡੀ ਹੋ ਜਾਂਦੀ ਆ, ਕੋਈ ਵੱਡਾ ਭੂਚਾਲ ਆ ਜਾਂਦਾ, ਕੋਈ ਕੁਝ ਹੋ ਜਾਂਦਾ, ਤੇ 2% ਵਾਲੇ ਉੱਥੇ ਜਾ ਕੇ ਹੀ ਸਾਰਾ ਕੁਝ ਕਰ ਦਿੰਦੇ। ਠੀਕ, ਪਰ ਕੀ ਐਸਾ ਕਾਰਨ ਆ ਕਿ 2% ਵਾਲਿਆਂ ਨੂੰ ਜਾਂ ਇਹਨਾਂ ਸਰਬੱਤ ਦਾ ਭਲਾ ਮੰਗਣ ਵਾਲਿਆਂ ਨੂੰ ਲੋਕ ਹਰ ਹੀ ਟਾਰਗੇਟ ਕਰੀ ਜਾਂਦੇ? ਹਾਂ, ਇਹੀ ਤਾਂ ਅਸੀਂ ਸਵਾਲ ਰੱਖਿਆ ਵੀ ਕਾਰਨ ਕੀ ਆ। ਕਾਰਨ ਉਹਦਾ ਇਹ ਆ ਕਿ ਜੋ ਸਿੱਖਾਂ ਦੀ ਸ਼ਾਨ ਤੇ ਚੜ੍ਹਦੇ ਆ ਦੁਨੀਆਂ ਵਿੱਚ 2% ਵਾਲਿਆਂ ਦੀ, ਹਾਂਜੀ, ਉਸ ਨੂੰ ਬਰਦਾਸ਼ਤ ਕਰਨਾ ਔਖਾ। ਠੀਕ, ਤੇ ਦੂਸਰਾ ਇਹ ਕਿ ਜੋ ਕਹਿ ਲਈਏ ਕਿ ਸੱਚ ਦੀ ਆਵਾਜ਼ ਆ ਜਾਂ ਜੋ ਸੱਚ ਆ, ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸੱਚ ਦੇ ਨਾਲ ਸਾਨੂੰ ਜੋੜਿਆ। ਹਾਂਜੀ, ਉਹ ਸੱਚ ਤੋਂ ਹਰ ਹੀ ਮਨੁੱਖ ਨੂੰ ਤਕਲੀਫ ਆ। ਠੀਕ, ਤੰਗੀ ਆ, ਉਹਦੀ ਤੰਗੀ ਮੰਨਦਿਆਂ ਹੋਇਆ ਇਹੋ ਜਿਹਾ ਲੋਕ ਇਸ ਪ੍ਰਕਾਰ ਦਾ ਆਏ ਦਿਨ ਕਰਤੱਵ ਕਰਮ ਕਰਦੇ ਆ। ਜਦਕਿ ਇਹਨਾਂ ਲੋਕਾਂ ਨੂੰ ਖਿਆਲ ਕਰਨਾ ਚਾਹੀਦਾ, ਜਿਹੜੀ ਕੱਲ ਤੁਸੀਂ ਇਸ ਮੁੱਦੇ ਦੇ ਉੱਤੇ ਵਿਚਾਰ ਕੀਤੀ ਆ, ਉਹ ਬੇਬੀ ਦੇ ਵਿਚਾਰ ਲਏ ਤੁਸੀਂ ਉਸ ਸਾਧਵੀ ਦੇਵਾ ਠਾਕੁਰ, ਹਾਂਜੀ, ਸਾਧਵੀ ਦੇਵਾ ਠਾਕੁਰ ਦੇ, ਹਾਂਜੀ, ਉਹਦੇ ਵਿਚਾਰ ਬੜੇ ਚੰਗੇ ਸੀ, ਉਹ ਲੋਕਾਂ ਇਹਨਾਂ ਦੇ ਕੰਨਾਂ ਤੱਕ ਉਹ ਗੱਲ ਪਹੁੰਚਣੀ ਚਾਹੀਦੀ ਆ। ਹਾਂ ਹਾਂ, ਠੀਕ ਹੈ। ਇਹਦੇ ਨਾਲ ਹੀ ਮੈਂ ਗੱਲ ਹੋਰ ਐਡ ਕਰਦਾ ਕਿ ਜਦੋਂ ਆਪਾਂ ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹਦੇ ਨਾ ਬਚਿੱਤਰ ਨਾਟਕ ਵਿੱਚੋਂ, ਹਾਂਜੀ, ਤਾਂ ਉੱਥੋਂ ਮਹਾਰਾਜ ਜੀ ਨੇ ਕਿਰਪਾ ਕਰਦਿਆਂ ਜਦੋਂ ਬਚਨ ਉਚਾਰਨ ਸ਼ੁਰੂ ਕੀਤੇ ਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਵਰਣਨ ਕੀਤਾ, ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕਿੰਨੋ ਵੱਡੋ ਕਲੂ ਮੈਂ ਸਾਕਾ, ਹਾਂਜੀ, ਇਹ ਬਚਨ ਮਹਾਰਾਜ ਜੀ ਨੇ ਕਿਰਪਾ ਕਰਕੇ ਕਹੇ। ਫਿਰ ਇਹ ਬਚਨਾਂ ਚ ਕਹਿੰਦੇ ਆ ਮਹਾਰਾਜ ਜੀ ਨੇ ਆਖਿਆ, ਬੇਠੀ ਕਰ ਫੋਰ ਦਲੀਸ ਸਿਰ ਪ੍ਰਾਪਰ ਕੀਆ ਪੈਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹੁਆਨ, ਹਾਂਜੀ, ਭਾਵੇਂ ਕਿ ਐਸੇ ਬਚਨ ਵੀ ਗ੍ਰੰਥਾਂ ਵਿੱਚ ਲਿਖੇ ਆਏ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜੋ ਸ਼ਹਾਦਤ ਦਿੱਤੀ ਉਹਦਾ ਵਰਣਨ ਕਰਦਿਆਂ ਉਹਨਾਂ ਨੇ ਆਖਿਆ ਬਈ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਸਰਬੱਤ ਹੀ ਸਭ ਦਾ ਭਲਾ ਕਰਨ ਵਾਸਤੇ ਆਪਣੀ ਕੁਰਬਾਨੀ ਕੀਤੀ। ਠੀਕ ਹੈ, ਪਰ ਵਿਸ਼ੇਸ਼ ਗੱਲ, ਵਿਸ਼ੇਸ਼ ਜੋ ਕਾਰਨ ਆ, ਵਿਸ਼ੇਸ਼ ਕਾਰਨ ਆ ਕਿ ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਹਾਂਜੀ, ਹਾਲਾਂਕਿ ਭਾਵੇਂ ਜੇ ਇਸ ਪੱਖ ਨੂੰ ਦੂਸਰਾ ਪੱਖ ਪਾਸਾ ਵੇਖੀਏ ਤਾਂ ਸਾਡੇ ਜਿਹੜੇ ਪ੍ਰਚਾਰਕ ਲੋਕ ਜਾਂ ਪ੍ਰਚਾਰਕ ਸ਼੍ਰੇਣੀ ਵਿੱਚ
ਆਉਣ ਵਾਲੇ ਜਿਹੜੇ ਅਪਗ੍ਰੇਡ ਹੀ ਪ੍ਰਚਾਰ ਕਿਆ ਉਹ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ। ਹਾਂਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਵਰਣਨ ਕਰਨ ਲੱਗਿਆ, ਕਿੱਥੋਂ ਉਹ ਵਰਣਨ ਕਰਨਾ? ਅੱਛਾ ਜੀ, ਕਿਉਂਕਿ ਮਹਾਰਾਜ ਜੀ ਨੇ ਸਿੱਧਾ ਹੀ ਇਹ ਕਿਹਾ ਕਿ ਤਿਲਕ ਤੇ ਜੰਜੂ ਵਾਸਤੇ ਕੁਰਬਾਨੀ ਹੋਈ। ਠੀਕ ਹੈ, ਭਾਵੇਂ ਕਿ ਹੋਰ ਕੋਈ ਜ਼ੁਲਮ ਕਰਦਾ ਉਹਦਾ ਜ਼ੁਲਮ ਵੀ ਰੋਕਿਆ ਜਾਣਾ ਸੀ, ਪਰ ਮਹਾਰਾਜ ਜੀ ਨੇ ਜ਼ੁਲਮ ਕਿਹਾ, ਨਾ ਜ਼ੁਲਮ ਕਰਨਾ ਨਾ ਕਿਸੇ ਤੇ ਹੋਣ ਦੇਣਾ। ਠੀਕ ਹੈ, ਜਦੋਂ ਇੰਨਾ ਕੁਝ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਦਿੱਤਾ, ਫਿਰ ਇਹ ਜਿਹੜਾ ਇਹਨਾਂ ਦੇ ਧਰਮ ਦਾ ਜਿਹੜਾ ਹਿੰਦੂ ਧਰਮ ਦਾ ਸਨਾਤਨ ਧਰਮ ਦਾ ਮਹਾਰਾਜ ਜੀ ਨੇ ਉਹਦੀ ਰਾਖੀ ਕੀਤੀ, ਰੱਖਿਆ ਕੀਤੀ, ਬਚਾਇਆ। ਹਾਲਾਂਕਿ ਮਹਾਰਾਜ ਜੀ ਨਾ ਤਾਂ ਜਨੇਊ ਪਾਉਂਦੇ ਆ, ਹਾਂਜੀ, ਤੇ ਨਾ ਹੀ ਜਨੇਊ ਨੂੰ ਮਹਾਰਾਜ ਜੀ ਕਿਤੇ ਪ੍ਰਧਾਨਤਾ ਦਿੰਦੇ ਆ, ਕਿਉਂਕਿ ਦਇਆ ਕਪਾਹ ਸੰਦੋਖ ਸੂਦ ਜਦ ਗੰਢੀ ਸਤ ਵਾਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਕਾ। ਠੀਕ ਹੈ, ਮਹਾਰਾਜ ਜੀ ਨੇ ਸਾਰਾ ਸਿਧਾਂਤ ਪ੍ਰਗਟ ਕਰਕੇ ਦੱਸ ਦਿੱਤਾ, ਪਰ ਜਿਹਨਾਂ ਲੋਕਾਂ ਦਾ ਧਰਮ ਬਚਿਆ ਉਹ ਧਰਮ ਬਚਾਉਣ ਵਾਲੇ ਲੋਕ ਆਏ ਦਿਨ ਹੀ ਸਿੱਖਾਂ ਨੂੰ ਟਾਰਗੇਟ ਕਰਦੇ ਤੇ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਮਾਨ ਮਰਜ਼ਾਦਾ ਨੂੰ ਇਤਿਹਾਸਕ ਹੋਰ ਵੀ ਬਹੁਤ ਸਾਰੇ ਮਸਲਿਆਂ ਨੂੰ ਟਾਰਗੇਟ ਕਰਦੇ ਰਹਿੰਦੇ ਆ। ਗਿਆਨੀ ਜੀ, ਜਿੱਦਾਂ ਇੱਕ ਸਵਾਲ ਆ ਆਮ ਲੋਕਾਂ ਦੇ ਵਿੱਚ ਵੀ ਆ, ਹੁਣ ਦੇਖ ਤੁਸੀਂ ਵੀ ਆ ਜ਼ਿਕਰ ਕੀਤਾ ਵੀ ਕੱਲ੍ਹ ਅਸੀਂ ਪ੍ਰੋਗਰਾਮ ਕੀਤਾ, ਜਿਹੜੀ ਸਾਧਵੀ ਦੇਵਾ ਠਾਕਰ ਆ ਉਹ ਵੀ ਹਿੰਦੂ ਆ, ਅਤੇ ਇੱਧਰ ਦੂਏ ਪਾਸੇ ਜਿਹੜਾ ਸ਼ਿਵ ਸੈਨਿਕ ਸੁਧੀਰ ਸੂਰੀ ਆ ਇਹ ਵੀ ਆਪਣੇ ਆਪ ਨੂੰ ਕਹਿੰਦਾ ਮੈਂ ਵੀ ਦਾਅਵੇਦਾਰ ਹਾਂ, ਮੈਂ ਹਿੰਦੂ ਧਰਮ ਦਾ ਬਈ ਬਹੁਤ ਪ੍ਰਚਾਰ ਕਰ ਰਿਹਾ। ਹੁਣ ਇਹ ਚੀਜ਼ਾਂ ਨੂੰ ਲੈ ਕੇ ਆਪਣੇ ਜਦੋਂ ਪ੍ਰਚਾਰਕ ਵੀ ਆ ਜਾਂ ਆਪਾਂ ਉੱਦਾਂ ਵੀ ਮੀਡੀਆ 'ਚ ਵੀ ਦੇਖੀਏ ਵੀ ਅਸੀਂ ਕਈ ਵਾਰੀ ਹਿੰਦੂ ਧਰਮ 'ਤੇ ਜਿੱਦਾਂ ਹਮਲਾ ਕਰਦੇ ਹਾਂ ਜਾਂ ਇਹ ਕਹਿੰਦੇ ਹਾਂ ਵੀ ਹਿੰਦੂ ਗਲਤ ਆ, ਹੁਣ ਇਹ ਤੋਂ ਕੀ ਸੋਚਿਆ ਜਾਵੇ? ਜਿੱਦਾਂ ਸੁਧੀਰ ਸੂਰੀ ਕਹਿ ਰਿਹਾ ਇਹਨਾਂ ਨੂੰ ਖਤਮ ਕਰ ਦਿਓ, ਦੇਵਾ ਠਾਕਰ ਜਿਹੜੀ ਆ ਉਹ ਕਹਿ ਰਹੀ ਆ ਇਹਨਾਂ ਦੇ ਕਰਕੇ ਹਿੰਦੂ ਧਰਮ ਜਾਂ ਸਾਡੀ ਹੋਂਦ ਆ। ਦੇਖੋ ਦੋ ਗੱਲਾਂ ਆ ਜੀ, ਧਰਮ ਤਾਂ ਕੋਈ ਵੀ ਨਹੀਂ ਗਾ ਮਾੜਾ, ਸਾਰੀ ਦੁਨੀਆਂ ਵਿੱਚ ਕੁੱਲ ਵਸਣ ਵਾਲੇ ਲੋਕ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਆ, ਸਾਰੇ ਚੰਗੇ। ਹਾਂਜੀ, ਤੇ ਧਰਮ ਸਾਰੇ ਜੋੜਦੇ ਆ, ਕੋਈ ਤੋੜਦਾ ਨਹੀਂ। ਠੀਕ ਹੈ, ਕਿਉਂਕਿ ਮਹਾਰਾਜ ਜੀ ਨੇ ਇਹ ਕਿਹਾ ਨਾ, ਜਦੋਂ ਹਿੰਦੂ ਕੋਈ ਰਾਮ, ਹਿੰਦੂ ਮੁਸਲਮਾਨ ਕੋਈ ਰਾਮ ਜੀ ਇਮਾਮ ਸਾਹਿਬ ਦੀ ਮਾਨਸ ਦੀ ਜਾਤ ਸਭ ਹੈ ਇਹ ਕੋਈ ਪਹਿਚਾਣ। ਹਾਂਜੀ ਹਾਂਜੀ, ਜਦੋਂ ਮਹਾਰਾਜ ਜੀ ਨੇ ਇਹ ਸਾਨੂੰ ਦ੍ਰਿਸ਼ਟੀਕੋਣ ਦੇ ਦਿੱਤਾ, ਉਹਦੇ ਦੁਆਰਾ ਮਹਾਰਾਜ ਜੀ ਨੇ ਸਾਰਿਆਂ ਨੂੰ ਕਿਹਾ ਵੀ ਸਾਰੇ ਲੋਕਾਂ ਨੂੰ ਗੱਲ ਨਾਲ ਲਾਉਣਾ ਚਾਹੀਦਾ, ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਹਾਂਜੀ, ਇਹ ਤਾਂ ਸਾਡੇ ਘਰ ਵਿੱਚੋਂ ਆਵਾਜ਼ ਨਿਕਲਦੀ ਆ, ਤੇ ਹਰ ਅਰਦਾਸ ਦੇ ਪਿੱਛੋਂ ਸਰਦਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹਾਂਜੀ, ਕੋਈ ਵੀ ਗੁਰੂ ਕੇ ਅਸਥਾਨਾਂ ਤੇ ਕਿਸੇ ਪ੍ਰਕਾਰ ਦਾ ਮਨੁੱਖ ਆ ਜਾਏ ਤੇ ਰੋਕਿਆ ਨਹੀਂ ਜਾਂਦਾ। ਹਾਂਜੀ ਹਾਂਜੀ, ਇਸ ਕਰਕੇ ਇਹ ਜਿਹੜੇ ਲੋਕ ਆ ਇਸ ਪ੍ਰਕਾਰ ਦੇ ਕਾਰਜ ਕਰਦੇ ਆ, ਉਹ ਲੋਕਾਂ ਨੂੰ ਖਿਆਲ ਇਹ ਕਰਨਾ ਚਾਹੀਦਾ ਕਿ ਜਦੋਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ, ਹਾਂਜੀ ਉਹ ਕੌਮ ਆ ਸਭ ਦਾ ਭਲਾ ਮੰਗਦੀ ਆ, ਤੇ ਸਾਨੂੰ ਕਿਉਂ ਟਾਰਗੇਟ ਕਰਦੇ, ਅਸੀਂ ਚੁੱਕਦੇ ਕਿਸੇ ਦਾ ਕੀ ਆ? ਇਹ ਫਿਰ ਜਿੱਦਾਂ ਜਿਹੜਾ ਹਮਲਾ ਕਰਨ ਵਾਲਾ ਵਿਅਕਤੀਗਤ ਸੋਚ ਆ, ਜਿੱਦਾਂ ਹੁਣ ਆਪਾਂ ਕਿਸੇ ਧਰਮ ਦੀ ਸੋਚ ਜਿੱਦਾਂ ਤੁਸੀਂ ਕਿਹਾ ਨਹੀਂ ਹੋ ਸਕਦੀ, ਵੀ ਇਹ ਵਿਅਕਤੀਗਤ ਕਿਸੇ ਧਰਮ ਦੀ ਸੋਚ ਨਹੀਂ ਹੋ ਸਕਦੀ। ਦੇਖੋ ਕਿਸੇ ਉਹਨਾਂ ਉਸ ਧਰਮ ਵਿੱਚੋਂ ਵੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਭਗਤ ਜਿਹੜੇ ਆ ਉਹ ਬ੍ਰਾਹਮਣ ਆ। ਅੱਛਾ ਜੀ, ਜੇ ਐਸੀ ਐਸੀ ਸੋਚ ਕਿਸੇ ਦੇ ਧਰਮ ਦੀ ਹੋਵੇ ਜਾਂ ਕੋਈ ਧਰਮ ਐਸਾ ਕੱਟਣ ਰੱਖਦਾ ਹੋਵੇ ਤਾਂ ਮਹਾਰਾਜ ਜੀ ਨੇ ਭਗਤ ਰਾਮਾਨੰਦ ਜੀ ਬੈਠੇ ਆ, ਇਤਿਹਾਸਕ ਪਰਮਾਨੰਦ ਜੀ ਬੈਠੇ ਆ, ਫਿਰ ਸੂਰਦਾਸ ਜੀ ਬੈਠੇ ਆ, ਇਹ
ਇਹ ਭਗਤ ਪੀਪਾ ਜੀ ਬੈਠੇ ਆ, ਇਹ ਸਾਰੇ ਬ੍ਰਾਹਮਣ ਦਾ ਭਗਤ ਆ। ਠੀਕ ਆ, ਜੇ ਐਸੀ ਸੋਚ ਕਿਸੇ ਧਰਮ ਨੂੰ ਮੰਨਣ ਵਾਲੇ ਦੀ ਹੁੰਦੀ ਤਾਂ ਧਰਮ ਨੂੰ ਮੰਨਣ ਵਾਲਾ ਕਦੇ ਗੁਰੂ ਗ੍ਰੰਥ ਸਾਹਿਬ ਦੇ ਧਰਮ ਦੀ ਵਿਰੋਧਤਾ ਕਰਨ ਵਾਲਾ ਮਨੁੱਖ ਗੁਰੂ ਗ੍ਰੰਥ ਸਾਹਿਬ 'ਚ ਬੈਠ ਸਕਦਾ ਸੀ? ਨਹੀਂ ਬੈਠ ਸਕਦੇ। ਹਾਂਜੀ, ਇਸ ਕਰਕੇ ਜਿਹੜੇ ਲੋਕ ਕੱਟੜਵਾਦੀ ਲੋਕ ਆ, ਇਹ ਦੂਸਰੇ ਨੂੰ ਇਹ ਪਤਾ ਨਹੀਂ ਇਹਨਾਂ ਦੀ ਕੀ ਮਨਸਾ ਕੀ ਆ ਅੰਦਰ ਦੀ, ਕਿ ਅਸੀਂ ਜਦੋਂ ਕਿਸੇ ਨੂੰ ਕਿਸੇ ਦੇ ਧਰਮ ਨੂੰ ਨੀ ਟਾਰਗੇਟ ਕਰਦੇ, ਕਿਸੇ ਨੂੰ ਮਾੜਾ ਨੀ ਕਹਿੰਦੇ, ਕਿਸੇ ਤੇ ਜ਼ੁਲਮ ਨਹੀਂ ਕਰਦੇ, ਤਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਬਚਨ ਕਿਹਾ ਕਿ ਭੈ ਕਾ ਹੁਕੋ ਦੇਤ ਨਹਿ ਨਹਿ ਭੈ ਮਾਨ ਧਿਆਨ। ਇਹ ਗਿਆਨੀ ਜੀ ਇਹੋ ਜਿਹਾ ਬਿਆਨ ਜਦੋਂ ਮਤਲਬ 1984 ਤੋਂ ਪਹਿਲਾਂ ਵੀ ਜਦੋਂ ਮਤਲਬ ਦੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਇਹੋ ਜਿਹਾ ਬਿਆਨ ਆਏ ਤੇ ਉਹ ਹਾਲਾਤਾਂ ਨੇ ਸਾਨੂੰ ਕਿੱਥੇ ਪਹੁੰਚਾ ਦਿੱਤਾ, ਤੇ ਇਹੋ ਜਿਹਾ ਬਿਆਨ ਅੱਜ ਫੇਰ 2020 ਦੇ ਵਿੱਚ ਫੇਰ ਦੇਣੇ, ਇਹੋ ਜਿਹੇ ਗੱਲਾਂ, ਇਹਦੇ ਪਿੱਛੇ ਕੀ ਹੋ ਸਕਦਾ? ਇਹਦੇ ਪਿੱਛੇ ਦੇਖੋ ਸਿਰਫ ਇੱਕੋ ਹੀ ਗੱਲ ਆ ਕਿ ਜਾਂ ਤਾਂ ਸਿਆਸਤ ਤੋਂ ਪ੍ਰੇਰਿਤ ਆ ਲੋਕ, ਅੱਛਾ ਜੀ, ਜਾਂ ਫਿਰ ਇਹਨਾਂ ਨੂੰ ਧਰਮ ਦੀ ਸਮਝ ਨਹੀਂ, ਜਾਂ ਆਪਣਾ ਧਰਮ ਨਹੀਂ ਪੜ੍ਹਦੇ। ਠੀਕ ਆ, ਦੋ ਹੀ ਗੱਲਾਂ, ਜਾਂ ਤਾਂ ਇਹਨਾਂ ਨੂੰ ਇਹ ਆ ਕਿ ਧਰਮ ਤੋਂ ਬਿਲਕੁਲ ਕੋਰੇ ਆ। ਹਾਂਜੀ ਹਾਂਜੀ, ਨਾ ਗੀਤਾ ਪੜ੍ਹਦੇ, ਨਾ ਰਮਾਇਣ ਪੜ੍ਹਦੇ, ਨਾ ਕੋਈ ਹੋਰ ਵੇਦ ਸ਼ਾਸਤਰ ਪੜ੍ਹਦੇ ਆ। ਹੁਣ ਜੇ ਵੇਦਾਂ ਤੇ ਸ਼ਾਸਤਰਾਂ ਦੀ ਗੱਲ ਕਰੀਏ ਤਾਂ ਗੁਰਬਾਣੀ ਕਹਿੰਦੀ ਆ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਠੀਕ ਆ, ਪਤਾ ਨੀ ਕੀ ਕਾਰਨ ਆ ਕਿ ਧਰਮੀ ਲੋਕ, ਸੁਬਰਾਮਨੀਅਮ ਸਵਾਮੀ ਵਰਗੇ ਲੋਕ ਵੀ ਧਰਮ ਦੇ ਵਿੱਚ ਹੀ ਆ। ਲੋਕ ਉਹਨਾਂ ਲੋਕਾਂ ਦੇ ਬਿਆਨ ਸੁਣੋ ਕੀ ਕਹਿੰਦੇ ਆ। ਹਾਂਜੀ ਹਾਂਜੀ ਹਾਂਜੀ, ਹੋਰ ਲੋਕ ਬੜੇ ਸਾਰੇ ਹੈਗੇ ਆ ਜਿਹਨਾਂ ਲੋਕਾਂ ਨੂੰ ਧਰਮ ਦੀ ਗਿਆਤ ਹੈਗੀ ਆ, ਤੇ ਧਰਮੀ ਲੋਕ ਆਉਂਦੇ ਆ। ਕਿੰਨੇ ਲੋਕ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਆ ਹਿੰਦੂ ਧਰਮ ਵਿੱਚੋਂ? ਨਹੀਂ ਤੁਸੀਂ ਦੇਖੋ, ਆ ਜਿਹੜਾ ਪਿਛਲੇ ਦਿਨ ਆ ਜਦੋਂ ਮਤਲਬ ਇਲੈਕਸ਼ਨ ਵੀ ਦਿੱਲੀ ਦੇ ਵਿੱਚ ਸੀਗੀ, ਜੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਜਾਂ ਉੱਥੇ ਮਤਲਬ ਇੱਥੋਂ ਤੱਕ ਕਿ ਲੀਡਰ ਵੀ ਜਿਹੜੇ ਮਤਲਬ ਆਪਣੇ ਆਪ ਨੂੰ ਆਗੂ ਕਹਾਉਂਦੇ ਆ ਸਮਾਜ ਦੇ ਵੀ ਅਸੀਂ ਆਗੂ ਹਾਂ, ਉਹ ਵੀ ਇਹ ਕਹਿੰਦੇ ਸੀ ਮਤਲਬ ਇਹਨਾਂ ਨੂੰ ਦੇਸ਼ 'ਚੋਂ ਬਾਹਰ ਕੱਢ ਦਿਓ, ਜਾਂ ਇੱਥੋਂ ਤੱਕ ਕਿ ਕੇਜਰੀਵਾਲ ਜਿਹੜੇ ਹੁਣ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਆ, ਉਹਨਾਂ ਨੂੰ ਵੀ ਇਹੋ ਜਿਹੀ ਗੱਲ ਕਰ ਰਿਹਾ ਸੀ ਕਿ ਇਹ ਜਿਹੜੇ ਮਤਲਬ ਜਿਹੜੀ ਸਾਡੀ ਨਵਾਂ 19 ਸੰਵਿਧਾਨ ਦੇ ਵਿੱਚ ਸੋਧ ਕੀਤੀ ਆ, ਇਹਦੀ ਸਪੋਰਟ ਨਹੀਂ ਕਰ ਰਿਹਾ, ਵੀ ਇਹ ਜਿਹੜਾ ਦਿੱਲੀ ਦੀ ਚੋਣ ਹੋ ਰਹੀ ਆ, ਪਾਕਿਸਤਾਨ ਦੀ ਤੇ ਇੰਡੀਆ ਦੀ ਚੋਣ ਹੋ ਰਹੀ ਆ, ਇਹੋ ਜਿਹੀਆਂ ਗੱਲਾਂ ਵੀ ਕੀਤੀਆਂ ਜੀ। ਉਹ ਤਾਂ ਇੱਕੋ ਹੀ ਗੱਲ ਆ ਨਾ ਜੀ, ਇਹ ਇੱਕ ਧਰਮ ਦਾ ਫਿਰਕਾ, ਕੋਈ ਧਰਮ ਦਾ ਫਿਰਕਾ, ਮੰਨ ਲਓ ਕਿ ਹਿੰਦੁਸਤਾਨ ਦੇ ਆਪਾਂ ਪਿਛਲਾ ਇਤਿਹਾਸ ਖੋਲੀਏ ਹਿੰਦੁਸਤਾਨ ਦਾ, ਹਾਂਜੀ, ਉਹ ਪਿਛਲੇ ਇਤਿਹਾਸ ਦੀਆਂ 11-12 ਸਦੀਆਂ ਗੁਲਾਮ ਰਹੀਆਂ। ਹਾਂ ਹਾਂ, ਜਿਹੜੀਆਂ 11-12 ਸਦੀਆਂ ਗੁਲਾਮ ਰਹੀਆਂ, ਉਹ ਜਦੋਂ ਗੁਲਾਮ ਰਹੇ, ਗੁਲਾਮ ਰਹਿਣ ਵੇਲੇ ਜੋ ਕੁਝ ਵਾਪਰਿਆ ਉਹਦਾ ਇਤਿਹਾਸ ਖੋਲ ਕੇ ਵੇਖੋ ਵੀ ਕੀ ਕੁਝ ਹੋਇਆ। ਠੀਕ ਹੈ, ਜੇ ਅੱਜ ਸਾਡੇ ਕੋਲ ਜਾਂ ਹਿੰਦੁਸਤਾਨ ਦੀ ਸਰਕਾਰ ਕੋਲ ਜਾਂ ਹਿੰਦੂ ਧਰਮ ਨੂੰ ਬਿਲੋਂਗ ਕਰਨ ਵਾਲੇ ਸਨਾਤਨਵਾਦ ਦੇ ਲੋਕਾਂ ਕੋਲ ਰਾਜ ਆਇਆ, ਠੀਕ ਹੈ, ਤਾਂ ਉਹਨਾਂ ਨੇ 11-12 ਸਦੀਆਂ, 11-1200 ਸਾਲ ਦਾ ਜਿਹੜਾ ਸਮਾਂ ਪੀਰੀਅਡ ਆ, ਕੀ ਲੋਕ ਜਿਹੜੇ ਅੱਜ ਦੇਖੋ ਅੱਜ ਜ਼ਮਾਨਾ ਕਿੱਥੇ ਪਹੁੰਚਾ ਹੋਇਆ। ਹਾਂ ਹਾਂ, ਅੱਜ ਹਰ ਇੱਕ ਮਨੁੱਖ ਦੇ ਕੋਲ, ਹਰ ਇੱਕ ਬੰਦੇ ਦੇ ਗੱਲ ਦੇ ਕੋਲ ਆਪਣੀ ਗੱਲ ਕਹਿਣ ਦੇ ਲਈ ਆਪਣਾ ਮੀਡੀਆ। ਹਾਂ ਹਾਂ, ਠੀਕ ਹੈ, ਹਾਂਜੀ, ਜਿਹੜੀਆਂ ਇਹ ਗੱਲਾਂ ਕਰਦੀਆਂ ਕਿ ਦੂਸਰਾ ਮਨੁੱਖ ਮਨੁੱਖ ਨਹੀਂ, ਠੀਕ, ਕਿ ਇਹ ਵੀ ਮਨੁੱਖ ਦੀ ਸੋਚ ਆ।
ਹਾਂਜੀ ਗਿਆਨੀ ਜੀ, ਜਿੱਦਾਂ ਹੁਣ ਆਪਾਂ ਇਹ ਸੁਧੀਰ ਸੂਰੀ ਨੇ ਗੱਲਬਾਤ ਕੀਤੀ ਆ, ਜੇ ਇਹੋ ਜਿਹੀਆਂ ਗੱਲਾਂ ਨਾ ਹੋਣ ਕਿੱਦਾਂ ਰੁਕ ਕਿੱਦਾਂ ਸਕਦੀਆਂ? ਰੁਕ ਤਾਂ ਇੱਦਾਂ ਸਕਦੀਆਂ ਕਿ ਜਿਹੜਾ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਕਿਸੇ ਵੀ ਦੇਸ਼ ਦਾ ਕਾਨੂੰਨ ਸੰਵਿਧਾਨ ਆ, ਹਾਂਜੀ, ਹਰ ਇੱਕ ਮਨੁੱਖ ਚਾਹੀਦਾ ਕਿ ਉਹ ਕਾਨੂੰਨ ਸੰਵਿਧਾਨ ਦੇ ਅਨੁਸਾਰ ਆਪਣੀ ਗੱਲ ਕਹਿਣ ਦਾ ਉਹ ਹੱਕ ਰੱਖਦਾ ਹੋਵੇ। ਠੀਕ ਆ। ਜਦੋਂ ਜਦੋਂ ਕਿ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਆ ਉਹ ਕਹਿੰਦੇ ਜੀ ਕਿ ਹਿੰਦੁਸਤਾਨ ਇੱਕ ਸੰਪਰਦਾਇਕ ਧਰਮ ਆ, ਸੰਪਰਦਾਇਕ ਦੇਸ਼ ਆ। ਠੀਕ ਆ। ਇੱਥੇ ਹਰ ਹੀ ਕੌਮ ਵਸਦੀ ਆ। ਹਾਂਜੀ ਹਾਂਜੀ। ਤੇ ਹਰ ਕੌਮ ਦੇ ਹਿੱਤਾਂ ਦਾ ਖਿਆਲ ਰੱਖਣਾ ਚਾਹੀਦਾ। ਠੀਕ। ਜੇ ਹਰ ਕੌਮ ਦੇ ਹਿੱਤਾਂ ਦਾ ਖਿਆਲ ਰੱਖਣਾ ਤਾਂ ਇਹ ਲੋਕਾਂ ਨੂੰ ਇਹ ਨਹੀਂ ਦਿਸਦਾ ਕਿ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਹੋਈ ਆ ਉੱਥੇ ਸਿਰ ਕਿੰਨੇ ਕਿੰਨੇ ਕਿਹਨਾਂ ਕਿਹਨਾਂ ਲੋਕਾਂ ਨੇ ਲਾਏ। ਠੀਕ ਠੀਕ। ਹਾਂਜੀ, ਇਹ ਗੱਲ ਹਾਂਜੀ ਪਹਿਲੀ ਗੱਲ ਤਾਂ ਉਹਨਾਂ ਦਾ ਫਰਜ਼ ਬਣਦਾ। ਦੂਸਰਾ ਇਹ ਆ ਕਿ ਜਿਹੜੇ ਉੱਥੋਂ ਦੇ ਜਿਵੇਂ ਜਿਹੜੀ ਇਹ ਬੀਬੀ ਬੋਲੀ ਆ ਸਾਧਵੀ ਦੇਵਾ ਠਾਕੁਰ, ਹਾਂਜੀ, ਇਦਾਂ ਦੇ ਜਿਹੜੇ ਬਾਕੀ ਧਾਰਮਿਕ ਲੋਕ ਵੀ ਬੜੇ ਸਿਆਣੇ ਆ। ਹਾਂਜੀ ਹਾਂਜੀ। ਹਿੰਦੂ ਧਰਮ ਵਿੱਚ ਵੀ ਬਹੁਤ ਸਾਰੇ ਸਿਆਣੇ ਲੋਕ ਜਿਹੜੇ ਆ ਉਹ ਹੈਗੇ ਆ, ਪੜ੍ਹੇ ਲਿਖੇ ਆ, ਉਹਨਾਂ ਨੂੰ ਧਰਮ ਬਾਰੇ ਪਤਾ ਆ ਬਹੁਤ। ਆਏ ਦਿਨ ਆਪਾਂ ਉਹਨਾਂ ਦੇ ਬਿਆਨ ਜਾਂ ਗੱਲਾਂ ਸੁਣਦੇ ਰਹਿੰਦੇ ਆ ਕਿ ਉਹ ਕਿੰਨਾ ਵਧੀਆ ਬੋਲਦੇ ਆ। ਠੀਕ ਆ। ਉਹ ਲੋਕਾਂ ਦੀ ਇਹ ਗੱਲ ਸੁਣਨ, ਲੋਕਾਂ ਦੀ ਗੱਲ ਸੁਣ ਕੇ ਇਹਨਾਂ ਲੋਕਾਂ ਨੂੰ ਸਮਝ ਕਰ ਲੈਣੀ ਚਾਹੀਦੀ ਆ ਕਿ ਅਸੀਂ ਇਸ ਪ੍ਰਕਾਰ ਦੇ ਬਿਆਨ ਨਾ ਦਈਏ, ਨਾ ਭੜਕਾਊ ਕੋਈ ਐਸਾ ਇਸ਼ੂ ਛੇੜੀਏ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਭੜਕਦੀਆਂ, ਜਿਹਦੇ ਨਾਲ ਦੰਗੇ ਭੜਕਦੇ ਆ, ਜਿਹਦੇ ਨਾਲ ਲੋਕ ਮਰਦੇ ਆ, ਲੋਕਾਂ ਦਾ ਨੁਕਸਾਨ ਹੁੰਦਾ। ਕਿਉਂ? ਠੀਕ। ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ, ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਆ, ਤੇ ਫਿਰ ਵੀ ਤੁਹਾਡੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਰਵਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਸਨ ਗਿਆਨੀ ਬਲਜਿੰਦਰ ਸਿੰਘ ਜੀ ਇਟਲੀ ਤੋਂ, ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ ਹੈ, ਅਤੇ ਕਾਲਾਂ ਆ ਰਹੀਆਂ ਸਨ, ਇੱਕ ਦੋ ਕਾਲਾਂ ਮਿਸ ਵੀ ਹੋਈਆਂ ਹਨ ਵਿੱਚੋਂ, ਸੋ ਮੈਂ ਅਗਲੀ ਕਾਲ ਵੱਲ ਤੁਹਾਨੂੰ ਲੈ ਕੇ ਚੱਲਦਾ। ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜਾ ਸੁਧੀਰ ਸੂਰੀ ਨੇ ਜਿਹੜਾ ਬਿਆਨ ਦਿੱਤਾ ਹੈ ਉਹਦੇ ਕਰਕੇ ਜਿਹੜਾ ਸਾਰੀ ਗੱਲਬਾਤ ਹੋਈ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਘਵੀਰ ਸਿੰਘ ਜੀ ਕਿੱਦਾਂ? ਠੀਕ ਠਾਕ ਜੀ। ਚੜ੍ਹਦੀ ਕਲਾ ਭਾਈ ਕੁਲਵੰਤ ਸਿੰਘ ਜੀ, ਅੱਜ ਅਸੀਂ ਜਿਹੜਾ ਇਸ਼ੂ ਆ ਤੁਹਾਡੇ ਕੋਲ, ਤੁਸੀਂ ਦੇਖ ਹੀ ਲਿਆ ਕਿ ਸੁਧੀਰ ਸੂਰੀ ਨੇ ਪਿਛਲੇ ਦਿਨੀ ਬੜਾ ਜੋਸ਼ ਦੇ ਵਿੱਚ ਆ ਕੇ ਕਿਹਾ ਸੀ ਕਿ 2% ਲੋਕ ਆ ਸਿੱਖ, ਇਹਨਾਂ ਨੂੰ ਜਿੱਥੇ ਦਿਸਦੇ ਆ ਮਸਲ ਦਿਓ, ਅਤੇ ਹੁਣ ਉਹ ਆਪਣੇ ਜਿਹੜੇ ਬਿਆਨ ਆ ਉਹਨਾਂ ਤੋਂ ਮੁੱਕਰਦਾ ਆ ਦੂਏ ਪਾਸੇ, ਕਿਉਂਕਿ ਕੱਲ੍ਹ ਸਾਧਵੀ ਦੇਵਾ ਠਾਕੁਰ ਨੇ ਵੀ ਠੋਕ ਕੇ ਬਿਆਨ ਦਿੱਤਾ ਕਿ ਇਹੋ ਜਿਹੇ ਸੁਧੀਰ ਠਾਕੁਰ ਵਰਗੇ ਸੂਰੀ ਵਰਗੇ ਜਿਹੜੇ ਲੋਕ ਆ ਇਹ ਜਿਹੜੇ ਲੋਕਾਂ ਦੇ ਵਿੱਚ ਝਗੜੇ ਕਰਾਉਂਦੇ ਆ, ਦੰਗੇ ਕਰਾਉਂਦੇ ਆ, ਇਸ ਕਰਕੇ ਮਤਲਬ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਵੀ ਹਿੰਦੂ ਧਰਮ ਦੀ ਜੇ ਹੋਂਦ ਆ ਤਾਂ ਸਿੱਖਾਂ ਕਰਕੇ ਆ, ਸਿੱਖ ਗੁਰੂਆਂ ਕਰਕੇ ਆ। ਕੀ ਕਹਿਣਾ ਚਾਹੋਗੇ? ਹਾਂਜੀ, ਇਹ ਦੇਖੋ ਰਘਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਵਾਜੇ ਕੌਮ ਟੀਵੀ ਦਾ, ਤੇ ਸਾਰੇ ਜਿੰਨੇ ਵੀ ਸਰੋਤੇ ਜਿਹੜੇ ਦੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਤੁਸੀਂ ਜਿਹੜਾ ਮਸਲਾ ਇਹ ਸਿੱਖ ਕੌਮ ਦੀ ਟੀਵੀ ਦੇ ਪਲੇਟਫਾਰਮ ਦੇ ਉੱਤੇ ਲਿਆ ਰਿਹਾ। ਤਾਂ ਦੇਖੋ ਗੱਲ ਇਹ ਹੈਗੀ ਆ, ਕਾਫੀ ਲੰਮੇ ਸਮੇਂ ਤੋਂ ਜਿਹੜੇ ਨਾ ਕੁਛ ਏਦਾਂ ਦੇ ਕੱਟੜਵਾਦੀ ਲੋਕ ਜਿਹੜੇ ਹੈਗੇ ਏਦਾਂ ਦੇ ਭੜਕਾਊ ਬਿਆਨ ਸਮੇਂ ਸਮੇਂ ਦੇ ਉੱਤੇ ਦਿੰਦੇ ਆ ਰਹੇ, ਆਪਾਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਦੇ ਹਾਂ ਕਿ
ਇਹ ਸੁਧੀਰ ਸੂਰੀ ਹੋ ਗਿਆ, ਨਿਸ਼ਾਨ ਸ਼ਰਮਾ ਹੋ ਗਿਆ, ਇੱਕ ਗੁਰਸਿਮਰ ਮੰਡ ਹੋ ਗਿਆ, ਇਹ ਬਾਰ ਬਾਰ ਏਦਾਂ ਦੇ ਸਿੱਖ ਕੌਮ ਦੇ ਨੂੰ ਜਿਹੜੇ ਹੈਗੇ ਬੜੇ ਚੁਭਵੇਂ ਬਿਆਨ ਦੇ ਰਹੇ ਆ। ਅੱਛਾ ਜੀ, ਦੇਖੋ ਧਰਮ ਦਾ ਜਿਹੜਾ ਹੈਗਾ, ਦੇਖੋ ਇਹ ਤਾਂ ਇਤਿਹਾਸ ਇਹਨਾਂ ਨੂੰ ਵੀ ਪੜ੍ਹ ਲੈਣਾ ਚਾਹੀਦਾ। ਆਪਾਂ ਨੂੰ ਵੀ ਪਤਾ ਕਿ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੇ ਵਿੱਚ ਜਾ ਕੇ ਆਪਣਾ ਸੀਸ ਦਿੱਤਾ। ਹਾਂਜੀ, ਔਰ ਇਹਨਾਂ ਨੂੰ ਇਹ ਸਿਰਫ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਉੱਥੇ ਸਰਕਾਰ ਜਿਹੜੀ ਆ ਉਹ ਨੀ ਕੋਈ ਐਕਸ਼ਨ ਲੈ ਰਹੀ, ਉਹ ਸੁੱਤੀ ਪਈ ਆ, ਪ੍ਰਸ਼ਾਸਨ ਸੁੱਤਾ ਪਿਆ। ਸ਼ਰੇ ਸ਼ਰੇ ਆਮ ਮੀਡੀਆ ਦੀ ਹਾਜ਼ਰੀ ਦੇ ਵਿੱਚ ਪਿਸਟਲ ਕੱਢ ਕੇ ਲਹਿਰਾਉਣਾ ਔਰ ਨੌਜਵਾਨਾਂ ਨੂੰ ਸੱਦਾ ਦੇਣਾ ਵੀ ਜਿਹੜੇ ਸਿੱਖ ਆ ਇਹ 2% ਆ, ਇਹਨਾਂ ਨੂੰ ਇਹ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ ਕਿ ਜਿਹੜਾ ਇਹ 2% ਸਿੱਖਾਂ ਦੀਆਂ ਗੱਲਾਂ ਕਰਦਾ, ਇਸ 2% ਹੀ ਸਿੱਖ ਕੌਮ ਹੈ ਜਿਹੜੀ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਇਹਨਾਂ ਦੀ ਬਹੂ ਬੇਟੀ ਨੂੰ ਬਚਾ ਕੇ ਲਿਆਉਂਦੀ ਰਹੀ ਹੈ ਜਤਾਬਰ ਨੂੰ। ਹਾਂਜੀ, ਤੇ ਇਹ ਜਿਹੜੇ ਲੋਕ ਹੈਗੇ ਸਿਰਫ ਤੇ ਸਿਰਫ ਆਪਣੀ ਲੀਡਰੀ ਤੇ ਚੌਧਰੀ ਚਮਕਾਉਣ ਨੂੰ ਇੱਦਾਂ ਦੇ ਜਿਹੜੇ ਬਿਆਨ ਦੇ ਰਹੇ ਆ। ਤੇ ਦੂਜੀ ਗੱਲ ਇਹ ਹੈਗੀ ਆ ਕਿ ਇੱਕ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ, ਜਿਹੜੇ ਏਦਾਂ ਦੇ ਲੋਕ ਇੱਕ ਮਤਲਬ ਕਿ ਏਦਾਂ ਦਾ ਟੈਰਰ ਮਾਹੌਲ ਜਿਹੜਾ ਉਹਨੂੰ ਕ੍ਰੀਏਟ ਕਰ ਰਹੇ ਆ ਔਰ ਸਰਕਾਰਾਂ ਖਾਮੋਸ਼ ਬੈਠੀਆਂ, ਏਦਾਂ ਦੇ ਬੰਦਿਆਂ ਨੂੰ 40-40, 50-50 ਬੰਦੇ ਸਿਕਿਉਰਿਟੀ ਤੇ ਦੇ ਰਹੀ ਆ ਸਰਕਾਰ, ਸਾਨੂੰ ਤਾਂ ਅਜੇ ਤੱਕ ਇਹ ਸਮਝ ਨਹੀਂ ਆ ਰਹੀ ਵੀ ਇਹ ਕਿਹੜਾ ਵੱਡਾ ਏਡਾ ਕੋਈ ਸਮਾਜ ਸੇਵਕ ਦਾ ਜਿਹੜਾ ਕੰਮ ਕਰ ਰਿਹਾ, ਜਿਹੜੀ ਇੰਨੀ ਸਿਕਿਉਰਿਟੀ ਇਹਨੂੰ ਦਿੱਤੀ ਹੋਆ, ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਕੱਢ ਕੇ ਤਨਖਾਹਾਂ ਜਿਹੜੀਆਂ ਉਹਨਾਂ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ, ਔਰ ਮੁਲਾਜ਼ਮ ਜਿਹੜੇ ਦੇ ਨਾਲ 30-30, 40-40 ਜਿਹੜੇ ਗਨਮੈਨ ਉਹ ਇਹਨਾਂ ਨੂੰ ਇਹ ਦਿੱਤੇ ਗਏ ਆ, ਔਰ ਸਰਕਾਰ ਨੂੰ ਇਹਦੇ ਉੱਤੇ ਗੰਭੀਰਤਾ ਦੇ ਨਾਲ ਨੋਟਿਸ ਲੈਣਾ ਚਾਹੀਦਾ। ਔਰ ਦੂਜੀ ਗੱਲ ਇਹ ਹੈਗੀ ਹੈ ਕਿ ਜੇ ਆਪਾਂ ਸਿੱਖ ਜਿਹੜੇ ਹੈਗੇ ਆ ਉੱਥੇ ਪੰਜਾਬ ਦੇ ਅੰਦਰ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਨਾਂ ਲੈਣੇ, ਜਿਹਨਾਂ ਨੂੰ ਇਹ ਜਾਂ ਇਹਨਾਂ ਦੇ ਕੁਛ ਜਿਹੜੇ ਹੋਰ ਏਦਾਂ ਦੇ ਕੱਟੜਵਾਦੀ ਸੋਚ ਦੇ ਲੋਕ ਹੈਗੇ ਆ, ਉਹ ਅੱਤਵਾਦੀ ਵੀ ਵੱਖਵਾਦੀ ਕਹਿੰਦੇ ਆ, ਸੰਤ ਭਿੰਡਰਾਂ ਵਾਲਿਆਂ ਨੂੰ ਵੀ ਕਹਿੰਦੇ ਆ, ਇਹ ਪ੍ਰਚਾਰ ਵੀ ਰੈਫਰੈਂਡਮ 2020 ਦੇ ਖਿਲਾਫ਼ ਵੀ ਕਰਦੇ ਆ। ਦੇਖੋ ਹਰ ਇੱਕ ਦਾ ਅਧਿਕਾਰ ਆ, ਡੈਮੋਕਰੇਸੀ ਵਿੱਚ ਆਪਾਂ ਗੱਲ ਕਰ ਸਕਦੇ ਕੌਮ ਦੀ ਆਜ਼ਾਦੀ ਦੇ ਹੀ, ਪਰ ਇੱਕ ਗੱਲ ਇਹ ਸਮਝ ਨਹੀਂ ਆ ਰਹੀ ਕਿ ਸਰਕਾਰ ਜੇ ਤਾਂ ਉੱਥੇ ਕੋਈ ਨੌਜਵਾਨ ਖਾਲਿਸਤਾਨ ਦੀ ਗੱਲ ਕਰੇ ਜਾਂ ਰੈਫਰੈਂਡਮ 2020 ਦੀ ਗੱਲ ਕਰੇ, ਉਹਦੇ ਉੱਤੇ ਤਾਂ ਝੂਠੇ ਪਰਚੇ ਉਦੋਂ ਮਿੰਟੋ ਮਿੰਟ ਹੀ ਜਿਹੜਾ ਇੱਕਦਮ ਪ੍ਰਸ਼ਾਸਨ ਹਰਕਤ ਵਿੱਚ ਆ ਕੇ ਬੰਦੇ ਨੂੰ ਅਰੈਸਟ ਵੀ ਕਰਦਾ, ਤਸ਼ੱਦਦ ਵੀ ਕਰਦੇ ਆ ਔਰ ਉਹਤੇ ਕੇਸ ਵੀ ਪਾਏ ਜਾਂਦੇ ਆ। ਪਰ ਇਹ ਜਿਹੜੇ ਲੋਕ ਆ ਇਹ ਮੀਡੀਆ ਦੇ ਵਿੱਚ ਸ਼ਰੇਆਮ ਏਦਾਂ ਦੇ ਬਿਆਨ ਦੇ ਰਹੇ ਆ, ਇਹ ਗੱਲ ਸਮਝ ਤੋਂ ਬਾਹਰ ਆ। ਇੱਥੋਂ ਇਹੀ ਗੱਲ ਸਾਬਤ ਹੁੰਦੀ ਆ ਵੀ ਇਹ ਸਾਰਾ ਕੁਛ ਵੀ ਪ੍ਰਸ਼ਾਸਨ ਤਾਂ ਸਰਕਾਰਾਂ ਹੀ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਹੈਗੀਆਂ ਪਿੱਛੇ ਬੈਠੀਆਂ, ਉਹ ਸਾਰਾ ਕੁਛ ਏਦਾਂ ਦੇ ਬੰਦਿਆਂ ਦੇ ਰਾਹੀਂ ਏਦਾਂ ਦੇ ਬਿਆਨ ਦਵਾ ਰਹੀਆਂ। ਔਰ ਦੂਸਰੀ ਗੱਲ ਆ, ਇਹਨਾਂ ਨੂੰ ਇਹ ਇਹ ਸਮਝ ਹੋਣੀ ਚਾਹੀਦੀ ਆ, ਪਹਿਲਾਂ ਤਾਂ ਬਿਆਨ ਇਹ ਦੇ ਦਿੰਦੇ, ਜਦੋਂ ਫਿਰ ਇਹਨਾਂ ਨੂੰ ਪਤਾ ਲੱਗਦਾ ਸਿੱਖ ਕੌਮ ਵੀ ਗੁੱਸੇ ਦੇ ਵਿੱਚ ਭੜ ਗਈ ਆ, ਇਹ ਫਿਰ ਦੂਜੇ ਦਿਨ ਮੁੱਕਰ ਜਾਂਦੇ ਮੀਡੀਆ ਦੇ ਵਿੱਚ। ਉਹ ਕੱਲ ਮੁੱਕਰ ਗਿਆ ਮੀਡੀਆ ਦੇ ਵਿੱਚ, ਕਹਿੰਦਾ ਜੀ ਮੈਂ ਤਾਂ ਇੱਦਾਂ ਕਿਹਾ ਹੀ ਨਹੀਂ, 2% ਸਿੱਖ ਕੌਮ ਨੂੰ, ਕਿਸੇ ਕੌਮ ਨੂੰ ਨਹੀਂ ਟਾਰਗੇਟ ਕੀਤਾ, ਸ਼ਰੇਆਮ ਉਹਦੀ ਵੀਡੀਓ ਮੀਡੀਆ ਨੇ ਵੀ ਚਲਾਈ ਆ, ਆਪਾਂ ਵੀ ਸ਼ਰੇਆਮ ਦੇਖੀ ਆ ਵੀ ਉਹਦੇ ਵਿੱਚ ਲਲਕਾਰ ਕੇ ਕਹਿ ਰਿਹਾ ਕਿ 2% ਸਿੱਖ ਆ, ਜਿੱਥੇ ਵੀ ਦੇਖਦੇ ਇਹਨਾਂ ਨੂੰ ਮਸਲ ਦੇਣਾ ਚਾਹੀਦਾ, ਇਹਨਾਂ ਨੂੰ ਮਾਰ ਦੇਣਾ ਚਾਹੀਦਾ। ਪਰ ਏਦਾਂ ਦੇ ਜਿਹੜਾ ਮਾਹੌਲ ਖਰਾਬ ਕਰਨ ਵਾਲੇ ਲੋਕ ਆ, ਇਹਨਾਂ ਨੂੰ ਸਰਕਾਰਾਂ ਕਿਉਂ ਨੀ ਨੱਥ ਪਾ ਰਹੀ ਆ, ਨੱਥ ਇਹਨਾਂ ਨੂੰ ਪਾਉਣੀ ਚਾਹੀਦੀ ਆ। ਔਰ ਦੂਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਵਾਰ ਵਾਰ ਇਹ ਗੱਲ ਕਰਦੇ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅੱਤਵਾਦੀ ਇਹ ਆ ਵੋ ਆ, ਅੱਜ ਤੱਕ ਕਿਸੇ ਵੀ ਥਾਣੇ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੇ ਖਿਲਾਫ਼ ਕੋਈ FIR ਦਰਜ ਨਹੀਂ ਹੈਗੀ, ਕਈ ਵਾਰ ਮੀਡੀਆ ਦੇ ਵਿੱਚ ਵੀ ਆ ਚੁੱਕਾ ਜਿਹੜਾ ਹੈਗਾ। ਹਾਂਜੀ, ਬਾਕੀ ਦੇਖੋ ਜਿਹੜੇ ਆਪਾਂ ਸਿੱਖ ਕੌਮ ਹੈਗੇ, ਅਸੀਂ ਤਾਂ ਹਰ ਵੇਲੇ 2 ਟਾਈਮ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਆਪਾਂ ਮੰਗ ਰਹੇ ਹਾਂ ਨਾ, ਤੇਰੇ ਭਾਣੇ ਸਰਬੱਤ ਦਾ ਭਲਾ ਨਾ, ਸਾਡਾ ਕਿਸੇ ਦੇ ਨਾਲ ਬੈਰ ਨਹੀਂ, ਅਸੀਂ ਸਾਰੇ ਧਰਮ ਦਾ ਸਤਿਕਾਰ ਕਰਦੇ ਹਾਂ। ਪਰ ਜੇ ਕੋਈ ਵਾਰ ਵਾਰ ਸਿੱਖਾਂ ਨੂੰ ਹੀ ਟਾਰਗੇਟ ਕਰਕੇ ਏਦਾਂ ਦੇ ਘਟੀਆ ਬਿਆਨ ਦਊਗਾ ਤਾਂ ਉਹ ਤਾਂ ਫਿਰ
ਜਵਾਬ ਤਾਂ ਫਿਰ ਸਿੱਖ ਕੌਮ ਦਊਗੀ ਨਾ, ਉਹਦੇ ਲਈ ਫਿਰ ਸਰਕਾਰਾਂ ਦੀ ਸਾਰੀ ਜ਼ਿੰਮੇਵਾਰੀ ਇਹ ਬਣੂਗੀ ਵੀ ਜੇ ਉਹ ਇੱਦਾਂ ਦੇ ਆਂਸਰਾਂ ਨੂੰ ਨਹੀਂ ਨੱਥੋ। ਕੁਲਵੰਤ ਸਿੰਘ ਜੀ, ਜਿੱਦਾਂ ਦੇਖੋ ਜਿਹੜਾ ਸੁਧੀਰ ਸੂਰੀ ਉਹ ਵੀ ਕਹਿੰਦਾ ਮੈਂ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਆ, ਹਿੰਦੂਆਂ ਦਾ ਦੇਸ਼ ਆ ਇਹ, ਮਤਲਬ ਬਹੁਤ ਹੋਰ ਵੀ ਗੱਲਾਂ ਕਰਦਾ ਜਿੱਦਾਂ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੰਦਾ। ਦੂਏ ਪਾਸੇ ਕੱਲ ਜਿਹੜੀ ਸਾਧਵੀ ਦੇਵਾ ਠਾਕੁਰ ਉਹ ਵੀ ਕਹਿੰਦੀ ਮੈਂ ਹਿੰਦੂ ਧਰਮ ਨਾਲ ਬਿਲੋਂਗ ਕਰਦੀ ਹਾਂ, ਪਰ ਮੈਂ ਇਹ ਮੰਨਦੀ ਹਾਂ ਵੀ ਜੇ ਸਿੱਖ ਗੁਰੂ ਨਾ ਹੁੰਦੇ ਜਾਂ ਸਿੱਖ ਨਾ ਹੁੰਦੇ ਤਾਂ ਸਾਡੀ ਹੋਂਦ ਨਹੀਂ ਸੀ ਹੋਣੀ। ਅੱਜ ਵੀ ਹੋਣ ਕਿਹਾ ਜੋ ਸਿੱਖਾਂ ਨੇ ਬਾਹਰ ਜਾ ਕੇ ਸਿੱਖਾਂ ਦਾ ਨਾਂ, ਧਰਮ ਦਾ ਨਾਂ ਉੱਚਾ ਕੀਤਾ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਜਿੱਥੇ ਕੋਈ ਹੜ੍ਹ ਆ ਜਾਂਦੀ ਆ ਜਾਂ ਕੋਈ ਆਫਤ ਆ ਜਾਂਦੀ ਆ, ਸਿੱਖ ਮੂਹਰੇ ਹੋ ਕੇ ਜਾਂਦੇ ਆ, ਦੋਨੇ ਹਿੰਦੂ ਆ। ਤੇ ਪਰ ਅਸੀਂ ਹੁਣ ਕੀ ਸਮਝੀਏ ਜਾਂ ਆਪਾਂ ਕੀ ਸਮਝੀਏ ਬਈ ਜਿਹੜੇ ਲੋਕ ਸਾਡੇ ਨਾਲ ਏਦਾਂ ਕਰਦੇ ਆ ਉਹ ਹਿੰਦੂ ਧਰਮ ਦੀ ਪ੍ਰਫੁੱਲਤਾ ਕਰ ਰਿਹਾ ਜਾਂ ਹਿੰਦੂ ਧਰਮ ਨੂੰ ਬਦਨਾਮ ਕਰ ਰਿਹਾ? ਦੇਖੋ ਇੱਕ ਤਾਂ ਇਹ ਗੱਲ ਹੈਗੀ ਆ ਵੀ ਹੁਣ ਦੋ ਪੱਖ ਆਪਣੇ ਬਿਲਕੁਲ ਸਾਹਮਣੇ ਆ। ਉਹ ਸੁਧੀਰ ਸੂਰੀ ਉਹ ਵੀ ਆਪਣੇ ਆਪ ਨੂੰ ਹਿੰਦੂ ਕੱਟੜਵਾਦੀ ਕਹਿੰਦਾ, ਉਹ ਸਿੱਖਾਂ ਦੇ ਖਿਲਾਫ ਇੰਨਾ ਜ਼ਹਿਰ ਜਿਹੜਾ ਉਗਲ ਰਿਹਾ। ਔਰ ਇਹ ਜਿਹੜੀ ਕੱਲ ਜਿਹੜੀ ਸਟੇਟਮੈਂਟ ਦਿੱਤੀ ਆ ਦੇਵਾ ਠਾਕੁਰ, ਹਾਂਜੀ ਹਾਂਜੀ ਉਹਨਾਂ ਦੇਵਾ ਠਾਕੁਰ ਨੇ, ਉਹਨਾਂ ਨੇ ਇਹ ਗੱਲ ਦਿੱਤੀ ਆ ਵੀ ਜਿਹੜਾ ਹਿੰਦੂ ਧਰਮ ਜਿਹੜਾ ਬਚਿਆ ਹੀ ਸਿੱਖਾਂ ਦੇ ਕਰਕੇ। ਦੇਖੋ ਇਹਨਾਂ ਨੂੰ ਸੁਧੀਰ ਸੂਰੀ ਵਰਗਿਆਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਇਸ ਜਿਹੜੀ ਇਹ ਭਾਰਤ ਦੀ ਹੁਣ ਗੱਲ ਕਰਦੇ ਆ ਜੀ, ਇਹ ਹਿੰਦੂ ਰਾਸ਼ਟਰ ਦਾ ਜੇ ਹਿੰਦੂਆਂ ਦਾ ਇਕੱਲਾ ਆ, ਇਸ ਭਾਰਤ ਨੂੰ ਯਾਦ ਕਰਾਉਣ ਦੇ 2% ਵਾਲੀ ਦੀ ਜਿਹੜੀ ਇਹ ਗੱਲ ਕਰਦਾ, 90% ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ, ਫਾਂਸੀਆਂ ਦੇ ਰੱਸੇ ਜਿਹੜੇ ਸਿੱਖਾਂ ਨੇ ਚੁੰਮੇ ਆ ਇਸ ਦੇਸ਼ ਨੂੰ ਯਾਦ ਕਰਨ ਦੇ। ਪਰ ਬਦਕਿਸਮੀ ਸਾਡੀ ਇਹ ਆ, ਇਹ ਆਪਣਾ ਦੇਸ਼ ਲੈ ਕੇ ਬਹਿ ਕੇ ਪਾਕਿਸਤਾਨ ਜੁਦਾ ਬਣ ਗਿਆ, ਅਸੀਂ ਜਿਹੜੀ ਸਾਡੀ ਸਿੱਖ ਕੌਮ ਆ ਅਸੀਂ ਫਿਰ ਉਹ ਵਿਚਾਲੇ ਵਿਚਾਲੇ ਜਿਹੜੇ ਇਹ ਭਟਕਦੇ ਰਹਿ ਗਏ, ਸਾਡਾ ਦੇਸ਼ ਹੀ ਕੋਈ ਨੀ। ਜਿਸ ਕਰਕੇ ਜਿਹੜਾ ਸਾਨੂੰ ਹਰੇਕ ਦੇਸ਼ ਦੇ ਵਿੱਚ ਇੱਦਾਂ ਜਲੀਲ ਹੋਣਾ ਪੈ ਰਿਹਾ। ਸੋ ਇਹਦੇ ਲਈ ਤਾਂ ਦੇਖੋ ਇਹ ਗੱਲ ਹੈਗੀ, ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਾਂ ਤਾਂ ਸੁਧੀਰ ਸੂਰੀ ਜਿਹੜਾ ਬਿਲਕੁਲ ਅਣਜਾਣ ਆ, ਇਹਨੂੰ ਪਤਾ ਨੀ ਹਿੰਦੂ ਧਰਮ ਦਾ ਵੀ ਹਿੰਦੂ ਧਰਮ ਹੈ ਕੀ ਆ, ਕੀ ਇਹਦਾ ਪਿਛੋਕੜ ਹੈਗਾ, ਇਹ ਸਿਰਫ ਫੋਕੀ ਚੌਧਰ ਫੋਕੀ ਲੀਡਰੀ ਲਈ, ਕਿਉਂਕਿ ਕਈ ਵਾਰੀ ਏਦਾਂ ਦਾ ਹੁੰਦਾ ਜਿਹੜੇ ਏਦਾਂ ਦੇ ਬੰਦੇ ਹੁੰਦੇ ਏਦਾਂ ਦੇ ਬਿਆਨ ਦਿੰਦੇ ਆ, ਸਿਕਿਉਰਟੀਆਂ ਲੈਣ ਲਈ ਸਾਰਾ ਕੁਛ ਹੱਥ ਕੰਡੇ ਵਰਤਦੇ, ਉਹ ਮੰਡ ਵਰਗੇ ਵੀ ਵਾਰ ਵਾਰ ਸਿੱਖ ਹੋ ਕੇ ਕਹਿਣਾ ਵੀ ਆਪਣੇ ਆਪ ਨੂੰ ਸਿੱਖ ਆ, ਵਾਰ ਵਾਰ ਕਹੀ ਜਾਂਦੇ ਜਿਹੜੇ ਸਾਡੇ ਯੋਧੇ ਆ ਜਿਹਨਾਂ ਨੇ ਸਿੱਖ ਕੌਮ ਲਈ ਕੁਰਬਾਨੀਆਂ ਦਿੱਤੀਆਂ, 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਨਜ਼ਰ ਬੰਦ ਆ, ਉਹਨਾਂ ਦੇ ਉਂਗਲਾਂ ਉਠਾਈ ਜਾਣੀਆਂ ਜਾਂ ਸਾਧ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਂਗਲਾਂ ਉਠਾਉਣੀਆਂ, ਇਹਨਾਂ ਦਾ ਮਕਸਦ ਇੱਕੋ ਇੱਕ ਹੁੰਦਾ ਇਹਨਾਂ ਨੂੰ। ਇਹ ਮੈਂ ਤਾਂ ਕਹਿੰਦਾ ਵੀ ਇਹਨਾਂ ਦਾ ਧਰਮ ਹੀ ਫਿਰ ਕੋਈ ਨੀ ਹੈਗਾ, ਇਹਨਾਂ ਦਾ ਸਿਰਫ ਇਹੀ ਆ ਕਿ ਫਿਰਕੂ ਨਫ਼ਰਤ ਜਿਹੜੀ ਫੈਲਾ ਕੇ ਆਪਸ ਵਿੱਚ ਫਿਰਕਿਆਂ ਦੇ ਵਿੱਚ ਉਹ ਨਫ਼ਰਤ ਪੈਦਾ ਕਰਦੀਆਂ। ਕੁਲਵੰਤ ਸਿੰਘ ਜੀ, ਜਿੱਦਾਂ ਮਤਲਬ 1984 ਤੋਂ ਪਹਿਲਾਂ ਮਤਲਬ ਜਿਹੜਾ ਮਾਹੌਲ ਸੀਗਾ ਜਦੋਂ ਉਦੋਂ ਵੀ ਬਹੁਤ ਬਿਆਨ ਆਉਂਦੇ ਸੀ ਦੁੱਕੀ ਤਿੱਕੀ ਰਹਿਣ ਨੀ ਦੇਣੀ, ਸਿਰ ਤੇ ਪਗੜੀ ਰਹਿਣ ਨੀ ਦੇਣੀ, ਕਛਕੜਾ ਕਿਰਪਾਨ, ਇਹਨੂੰ ਭੇਜੋ ਪਾਕਿਸਤਾਨ, ਬਈ ਇਹ ਉਹੋ ਜਿਹਾ ਮਾਹੌਲ ਦੁਆਰਾ ਸਿਰਜਿਆ ਜਾ ਰਿਹਾ ਬਈ ਜਿਹੜੇ ਨੌਜਵਾਨ ਹੈ ਜਾਂ ਸਿੱਖੀ ਦੇ ਹੁਣ, ਕਿਉਂਕਿ ਕਾਫੀ ਲੰਮਾ ਸਮਾਂ ਲੰਘ ਗਿਆ 1984 ਨੂੰ, ਵੀ ਇਸ ਤੋਂ ਬਾਅਦ ਇਹੋ ਜਿਹੀਆਂ ਭੜਕਾਊ ਚੀਜ਼ਾਂ ਕਰਕੇ ਸਿੱਖ ਨੌਜਵਾਨੀ ਨੂੰ ਜਾਂ ਖਤਮ ਕਰਨ ਲਈ ਇਹੋ ਜਿਹੀਆਂ ਸਕੀਮਾਂ ਤਾਂ ਨਹੀਂ ਗੁੰਦੀਆਂ ਜਾ ਰਹੀਆਂ? ਦੇਖੋ ਇਹ ਗੱਲ ਇਹੀ ਆ, ਉਹ ਸਮਾਂ 84 ਤੋਂ ਪਹਿਲਾਂ ਤਾਂ ਦੇਖਿਆ ਸੀ ਵੀ ਪੰਜਾਬ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹ ਅੰਮ੍ਰਿਤਸਰ ਦੇ ਵਿੱਚ ਵੀ ਨਾਰੇ ਲੱਗਦੇ ਰਹੇ ਆ, ਉੱਥੇ ਸਾਰੇ ਕਲੂਸ ਵੀ ਨਿਕਲਦੇ ਰਹੇ ਆ ਜੀ ਇਹਨਾਂ ਨੂੰ ਭੇਜੋ ਪਾਕਿਸਤਾਨ, ਸਾਰਾ ਕੁਛ। ਇਹ ਸੇਮ ਉਹੀ ਸਥਿਤੀ ਜਿਹੜੀ ਪੈਦਾ ਹੁੰਦੀ ਜਾ ਰਹੀ ਆ ਵਾਰ ਵਾਰ, ਜਿਹੜੀਆਂ ਸਰਕਾਰਾਂ ਹਮੇਸ਼ਾ ਸਿੱਖਾਂ ਦੇ ਉੱਤੇ ਉਂਗਲ ਉਠਾ ਰਹੀਆਂ ਕਿ ਹਾਂਜੀ ਮੈਂ ਕਿਹਾ ਸਰਕਾਰਾਂ ਇਹਨੂੰ ਰੋਕਦੀਆਂ ਕਿਉਂ ਨੀ, ਇਹੋ ਜਿਹਾ ਮਾਹੌਲ ਸਿਰਜਣ ਕਿਉਂ ਦਿੰਦੀਆਂ? ਮੈਂ ਇਹ ਗੱਲ ਕਰਦਾ ਵੀ ਜੇ ਇਹ ਮਾਹੌਲ ਖਰਾਬ ਹੁੰਦਾ ਤਾਂ ਫਿਰ ਸਿੱਧੇ ਤੌਰ ਤੇ ਸਰਕਾਰਾਂ ਤੇ ਉੱਥੇ ਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ, ਉਹੀ ਅਸਲ ਦੇ ਵਿੱਚ ਫਿਰ ਜ਼ਿੰਮੇਵਾਰ ਹੋਈਆਂ ਨਾ, ਜਿਹੜੀਆਂ ਜਾਣ ਬੁੱਝ ਕੇ ਇੱਦਾਂ ਦੇ ਬੰਦਿਆਂ ਨੂੰ ਨੱਥ ਨਹੀਂ ਪਾ ਕੇ ਮਾਹੌਲ ਖਰਾਬ ਕਰ ਰਹੀਆਂ। ਔਰ ਸਰਕਾਰਾਂ ਸਿੱਖਾਂ ਦੇ ਉੱਤੇ ਉਂਗਲ ਉਠਾਉਣੀਆਂ ਜੀ, ਸਿੱਖ ਵੱਖਵਾਦੀ ਆ, ਸਿੱਖ ਅੱਤਵਾਦੀ ਆ, ਇੱਦਾਂ ਆ ਉੱਦਾਂ ਆ, ਹੁਣ ਉਹਨਾਂ ਦੇ ਬਿਲਕੁਲ ਸਾਹਮਣੇ ਆ, ਕੋਈ ਏਦਾਂ ਦੀ ਪੰਜਾਬ ਦੇ ਵਿੱਚ ਗੱਲ ਨੀ, ਸਾਰੀ
ਸ਼ਾਂਤੀ ਵਾਲਾ ਕੋਈ ਮਾਹੌਲ ਹੈਗਾ, ਸਾਰਾ ਕੁਛ ਠੀਕ ਠਾਕ ਆ। ਹਾਂਜੀ ਪਰ ਦੇਖੋ ਗੱਲ ਇਹ ਹੈਗੀ, ਇਹ ਲੋਕ ਜਿਹੜੇ ਆ ਇਹ ਜਾਣੀ ਕਿ ਸ਼ਰੇਆਮ, ਇੱਕ ਤਾਂ ਹੁੰਦਾ ਨਾ ਵੀ ਲੋਕ ਛਪ ਕੇ ਸ਼ਰੇਆਮ ਮੀਡੀਆ ਦੇ ਵਿੱਚ ਏਦਾਂ ਦੀਆਂ ਗੱਲਾਂ ਕਰਦੇ ਆ, ਪਿਸਟਲ ਪੁਸਟਲ ਜਿਹਾ ਲਹਿਰਾ ਕੇ। ਸੋ ਇਹਦੇ ਲਈ ਸਰਕਾਰ ਪ੍ਰਸ਼ਾਸਨ ਜਾਂ ਉੱਧਰ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਾਂ ਜਿਹੜੇ ਉਹ ਰਵਨੀਤ ਬਿੱਟੂ ਵਰਗੇ ਜਿਹੜੇ ਸਾਇੰਸਦਾਨ ਨੂੰ ਕਹਿੰਦੇ ਸੀ ਮੈਂ ਇੱਕ ਵਾਰੀ ਨੀ 100 ਵਾਰੀ ਅੱਤਵਾਦੀ ਕਹੂੰਗਾ, ਉਹਨਾਂ ਨੂੰ ਇਹੀ ਨੀ ਪਤਾ ਵੀ ਅੱਤਵਾਦੀ ਹੁੰਦਾ ਕੀ ਆ। ਅੱਤਵਾਦੀ ਸੰਤ ਨਹੀਂ ਸੀ ਜਿਨ੍ਹਾਂ ਨੇ ਹਿੰਦੂਆਂ ਦੀਆਂ ਬਹੂ ਬੇਟੀਆਂ ਨੂੰ ਵੀ ਉਹਨੂੰ ਛੁਡਾ ਕੇ ਲਿਆਂਦਾ ਸੀ, ਕਿਸੇ ਜਬਰ ਕਿਸੇ ਧਰਮ ਦੇ ਖਿਲਾਫ਼ ਨਹੀਂ ਸੀ ਲੜਾਈ, ਸਾਡੀ ਜਬਰ ਜ਼ੁਲਮ ਦੇ ਖਿਲਾਫ਼ ਲੜਾਈ ਸੀ। ਪਰ ਉਹਦੇ ਜਿਹੜਾ ਬਾਬਾ ਸੀ ਬੁੱਚੜ ਮੁੱਖ ਮੰਤਰੀ ਬਿਆਨਤਾ, ਜਿਹਨੇ ਘਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਿਆ, ਸੰਤਾਪ ਸਾਰਾ ਪਿੰਡਾਂ ਦੇ ਉੱਤੇ ਹੰਢਾਇਆ, ਸਮਾਂ ਵੀ ਸਾਰਾ ਦੇਖਿਆ, ਨੌਜਵਾਨੀ ਨੂੰ ਖਤਮ ਕੀਤਾ। ਸੋ ਉਹ ਜਿਹੜਾ ਬਿੱਟੂ ਵਰਗੇ ਵੀ ਹੈਗੇ ਆ, ਉਹ ਤੇ ਲੁਧਿਆਣੇ ਦੇ ਵਿੱਚ ਰਹਿੰਦੇ ਆ, ਬਿਲੋਂਗ ਕਰਦੇ ਆ, ਉਹ ਤੈਨੂੰ ਲੀਡ ਕਰਦੇ ਆ, ਮੈਂਬਰ ਪਾਰਲੀਮੈਂਟ ਆ ਉਹ ਵੀ ਹੁਣ ਕਿੱਥੇ ਸੁੱਤੇ ਪਏ ਆ, ਕਿਉਂ ਨੀ ਉਹ ਹੁਣ ਉਹਨਾਂ ਨੂੰ ਕਿਉਂ ਨੀ ਪਤਾ ਲੱਗਦਾ ਵੀ ਇਹ ਅਸਲ 'ਚ ਸੁਧੀਰ ਸੂਰੀ ਵਰਗੇ ਜਿਹੜੇ ਹਿੰਦੂ ਅੱਤਵਾਦੀ ਆ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ। ਠੀਕ, ਕੁਲਵੰਤ ਸਿੰਘ ਜੀ, ਆਖਿਰ ਦੇ ਵਿੱਚ ਜਿੱਦਾਂ ਹੁਣ ਜਦੋਂ ਵੀ ਕੋਈ ਗੱਲ ਆਉਂਦੀ ਆ ਲੋਕ, ਮਤਲਬ ਜਦੋਂ ਸਿੱਖ ਨੂੰ ਇਹ ਕੇਰੀ ਕਹਿ ਦਿੱਤਾ ਜਾਂਦਾ ਕਿ ਹਿੰਦੂਆਂ ਦੇ ਖਿਲਾਫ਼ ਹੈ ਜਾਂ ਹਿੰਦੂਆਂ ਦੇ ਖਿਲਾਫ਼ ਲੜਾਈ ਆ, ਪਰ ਜਦੋਂ ਆਪਾਂ ਤੁਸੀਂ ਹੁਣ ਬੇਅੰਤ ਸਿੰਘ ਮੁੱਖ ਮੰਤਰੀ ਦੀ ਗੱਲ ਕੀਤੀ ਆ, ਜਾਂ ਜਦੋਂ ਵੀ ਜੇ ਕੋਈ ਸਿੱਖੀ ਸਰੂਪ ਵਿੱਚ ਵੀ ਜਾਲਮ ਆਇਆ ਤਾਂ ਉਹਦੇ ਨਾਲ ਵੀ ਸਿੱਖਾਂ ਨੇ ਜਿੱਦਾਂ ਆਪਣਾ ਦਸਤ ਪੰਜਾ ਲਿਆ, ਜੇ ਭਾਵੇਂ ਕਿਸੇ ਵੀ ਰੂਪ 'ਚ ਆ ਗਿਆ ਉਹਨਾਂ ਲਿਆ, ਪਰ ਇਹ ਇਹ ਕਈ ਵਾਰੀ ਅਸੀਂ ਸਪਸ਼ਟ ਨਹੀਂ ਕਰ ਸਕੇ ਵੀ ਸਾਡੀ ਲੜਾਈ ਹੈ ਕੀ। ਦੇਖੋ ਸਾਡੀ ਲੜਾਈ ਜਿਹੜੀ ਹੈਗੀ ਰਘਵੀਰ ਸਿੰਘ ਜੀ, ਇਹ ਸਿੱਧੇ ਤੇ ਸਪਸ਼ਟ ਤੌਰ ਦੇ ਉੱਤੇ ਜਬਰ ਤੇ ਜ਼ੁਲਮ ਹੈ, ਉਹਦੇ ਵਿੱਚ ਚਾਹੇ ਕੋਈ ਸਿੱਖ ਜ਼ੁਲਮ ਕਰਦਾ ਹੋਵੇ ਉਹਦੇ ਖਿਲਾਫ਼ ਆ, ਚਾਹੇ ਕੋਈ ਹਿੰਦੂ ਕਰਦਾ ਹੋਵੇ, ਅਸੀਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰਦੇ ਕਿ ਅਸੀਂ ਜਾਣ ਬੁੱਝ ਕੇ ਹਿੰਦੂ ਧਰਮ ਨੂੰ ਟਾਰਗੇਟ ਕਰਦੇ। ਜੇ ਕਿਸੇ ਨੇ ਸਿੱਖੀ ਸਰੂਪ ਦੇ ਵਿੱਚ ਰਹਿੰਦੇ ਹੋਏ ਅਹੁਦੇ ਦੀਆਂ ਦੁਰਵਰਤੋਂ ਕਰਦੇ ਹੋਏ ਸਾਡੇ ਸਿੱਖਾਂ ਦੇ ਉੱਤੇ ਜ਼ੁਲਮ ਢਾਇਆ ਔਰ ਉਹਨਾਂ ਦੇ ਨਾਲ ਜਿਹੜਾ ਆ ਅਸੀਂ ਟੱਕਰ ਲਈ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ, ਧਰਮ ਦੇ ਖਿਲਾਫ਼ ਸਾਡੀ ਕਿਸੇ ਦੇ ਨਾਲ ਕੋਈ ਕੌਮ ਦੇ ਨਾਲ ਕਿਸੇ ਧਰਮ ਦੇ ਨਾਲ ਨਾ ਤਾਂ ਸਾਡੀ ਗੁਰੂਆਂ ਦੀ ਕੋਈ ਏਦਾਂ ਦੀ ਟੱਕਰ ਸੀ, ਨਾ ਸਾਡੀ ਕੋਈ ਟੱਕਰ ਹੈ, ਸਾਡੀ ਟੱਕਰ ਜ਼ਬਰ ਅਤੇ ਜ਼ੁਲਮ ਦੇ ਖਿਲਾਫ਼ ਹੈ, ਉਹ ਕੋਈ ਵੀ ਕਰੇ, ਸਿੱਖ ਕਰੇ, ਹਿੰਦੂ ਕਰੇ ਜਾਂ ਹੋਰ ਵੀ ਕੋਈ ਕਰੇ। ਸੁਧੀਰ ਸੂਰੀ ਦੇ ਸੰਬੰਧ ਦੇ ਵਿੱਚ ਆਖਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਹੋਰ? ਦੇਖੋ ਸੁਧੀਰ ਸੂਰੀ ਨੂੰ ਤਾਂ ਹੁਣ ਗੱਲ ਇਹ ਹੈਗੀ ਆ, ਦੇਖੋ ਰਘਵੀਰ ਸਿੰਘ ਜੀ ਕੋਈ ਹੱਦ ਹੁੰਦੀ ਆ, ਦੇਖੋ ਪਾਣੀ ਸਿਰ ਤੋਂ ਲੰਘ ਗਿਆ, ਕਿੰਨੇ ਚਿਰ ਤੋਂ ਇਹ ਲੋਕ ਜਿਹੜੇ ਏਦਾਂ ਦੇ 4-5 ਜਿਹੜੇ ਹੈਗੇ ਆ, ਇਹਨਾਂ ਨੂੰ ਸਰਕਾਰ ਬੜਾਵਾ ਦੇ ਰਹੀ ਆ, ਸਿਕਿਉਰਟੀਆਂ ਦੇ ਦੇ ਕੇ ਇਹਨਾਂ ਨੂੰ, ਇਹਨਾਂ ਦਾ ਮੂੰਹ ਖੁੱਲ ਗਿਆ ਵੀ ਸ਼ਾਇਦ ਸਿੱਖ ਕੌਮ ਸਾਡੇ ਤੋਂ ਡਰਦੀ ਆ, ਉਹ ਬੋਲ ਗਈ, ਏਦਾਂ ਦੀ ਕੋਈ ਗੱਲ ਨੀ, ਪਰ ਇਹ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਕੀ ਕਰਦੀ ਆ। ਪਰ ਜੇ ਕੋਈ ਸਰਕਾਰ ਨਹੀਂ ਕੋਈ ਸਟੈਪ ਚੱਕੂਗੀ ਜਾਂ ਪ੍ਰਸ਼ਾਸਨ ਏਦਾਂ ਦੇ ਗੁੰਡਿਆਂ ਨੂੰ ਨੱਥ ਨਾ ਪਾਊਗਾ ਜਿਹੜੇ ਏਦਾਂ ਦੇ ਬਿਆਨ ਦਿੰਦੇ ਆ, ਇਹ ਜਿਹੜੇ ਇਹਨਾਂ ਦੇ ਉੱਤੇ ਤੁਰੰਤ ਪਰਚਾ ਦਰਜ ਕਰਕੇ ਏਦਾਂ ਦੇ ਬੰਦੇ ਨੂੰ ਜੇਲ੍ਹਾਂ ਦੇ ਅੰਦਰ ਸਲਾਖਾਂ ਅੰਦਰ ਡੱਕਣਾ ਚਾਹੀਦਾ, ਤਾਂ ਕਿ ਹੋਰ ਵੀ ਜਿਹੜੇ ਏਦਾਂ ਦੇ ਬੰਦੇ ਗੁੰਡੇ ਅਨਸਰ ਜਿਹੜੇ ਹੈਗੇ ਆ ਉਹਨਾਂ ਦਾ ਮੂੰਹ ਨਾ ਪਵੇ ਕਿਸੇ ਸਿੱਖ ਕੌਮ ਦੇ ਉੱਤੇ ਜਾਂ ਕਿਸੇ ਹੋਰ ਕੌਮ ਦੇ ਖਿਲਾਫ਼ ਏਦਾਂ ਦੀਆਂ ਭੜਕਾਊ ਜਿਹੜੀਆਂ ਬਿਆਨਬਾਜ਼ੀਆਂ ਕਰਨ ਲਈ। ਇੱਕ ਸ਼ਰੇਆਮ ਦੇਖੋ ਨੌਜਵਾਨਾਂ ਨੂੰ ਕਹਿਣਾ ਕਿ ਜੇ ਕਿਸੇ ਨੂੰ ਲਾਇਸੈਂਸ ਦੀ ਲੋੜ ਹੈ ਸਾਨੂੰ ਦੱਸੋ, ਇਹ ਤਾਂ ਸਿੱਧੇ ਤੌਰ ਦੇ ਉੱਤੇ ਜ਼ਾਹਰਾ ਤੌਰ ਦੇ ਉੱਤੇ ਇਹ ਲੋਕ ਕਹਿ ਰਿਹਾ ਕਿ ਜੇ ਲਾਇਸੈਂਸ ਨਹੀਂ ਬਣਦੇ ਤਾਂ ਅਸੀਂ ਬਣਾ ਕੇ ਦੇਵਾਂਗੇ। ਨਹੀਂ ਉਹ ਸਪਸ਼ਟ ਕਹਿ ਰਿਹਾ, ਦੇਖੋ ਹੁਣ ਉਹ ਮੁੱਕਰ ਰਿਹਾ, ਹੁਣ ਉਹ ਲੱਤਾਂ ਭਾਰ ਨਹੀਂ ਚੱਲਦੀਆਂ, ਅਸੀਂ ਇਹ ਕਹਿਣਾ ਚਾਹੁੰਦੇ ਬਿਆਨ ਉਹਨਾਂ ਕ ਦਿਓ ਜਿੰਨਾ ਕਿ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ, ਹੁਣ ਤੁਸੀਂ ਉਹਦੇ ਉੱਤੇ ਖੜੇ ਰਹੋ, ਇਹ ਨਹੀਂ ਤੁਸੀਂ ਅੱਜ ਮੀਡੀਆ 'ਚ ਬਿਆਨ ਦੇਤਾ ਚਾਹੁਣ ਕਿ ਕੱਲ ਨੂੰ ਤੁਸੀਂ ਫਿਰ ਮੀਡੀਆ ਦੇ ਵਿੱਚ ਡਰਦੇ ਮੁੱਕਰੀ ਹੋ, ਮੈਂ ਤਾਂ ਇੱਦਾਂ ਕਿਹਾ ਹੀ ਨਹੀਂ, ਇਹ ਤਾਂ ਮੈਂ ਤਾਂ ਇੱਦਾਂ ਕਿਹਾ ਹੀ ਨਹੀਂ, ਉਹ ਸ਼ਰੇਆਮ ਮੀਡੀਆ ਦੇ ਵਿੱਚ ਕਹਿੰਦਾ ਵੀ ਸਾਨੂੰ ਦੱਸੋ ਜੀ ਜੇ ਲਾਇਸੈਂਸ ਦੀ ਲੋੜ ਆ ਫੋਨ ਨਾ ਲਵੋ ਜੀ ਮਹਿੰਗੇ, ਇਹ ਦੱਸੋ ਫਿਰ ਕੀ ਸੁਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਮੀਡੀਆ। ਜਦੋਂ ਅੱਗੇ ਤਾਂ ਜਦੋਂ ਲਿਖਤੀ ਕੋਈ ਜਿਹੜਾ ਮਤਲਬ ਅਖਬਾਰਾਂ ਹੁੰਦੀਆਂ ਉਹ 'ਚ ਮੁੱਕਰ ਜਾਂਦੇ, ਅਸੀਂ ਲਿਖ ਕੇ ਨਹੀਂ ਦਿੱਤਾ, ਆਹ ਨਹੀਂ ਕਿਹਾ, ਹੁਣ ਤਾਂ ਆਪਣੀ ਜ਼ਬਾਨ ਤੋਂ ਕਹਿ ਰਿਹਾ, ਆਵਾਜ਼ ਉਹਦੀ ਆ।
ਹੁਣ ਦੇਖੋ ਹੁਣ ਤਾਂ ਸ਼ਰੇਆਮ ਹੁਣ ਤਾਂ ਕੋਈ ਉਹ ਮੁੱਕਰੇ ਨੀ ਸਰ ਨਾ, ਉਹ ਜਿਹੜੀ ਰਿਟਨ ਸਟੇਟਮੈਂਟ ਉਦੋਂ ਬੰਦਾ ਮੁੱਕਰ ਜੋ ਮੈਂ ਨਹੀਂ ਦਿੱਤੀ ਹੈ, ਤਾਂ ਹੁਣ ਮੀਡੀਆ ਸੋਸ਼ਲ ਮੀਡੀਆ ਦਾ ਜੋਗ ਆ, ਵੀਡੀਓ ਬਣੀ ਹੋਆ ਸਪੈਸ਼ਲ, ਉਹ ਆਲੇ ਦੁਆਲੇ ਸਿਕਿਉਰਿਟੀ ਗਾਰਡ ਖੜੇ ਆ, ਪਿਸਟਲ ਜੇ ਉਹਦੇ ਵਿੱਚੋਂ ਕੱਢ ਕੇ ਲਹਿਰਾਉਂਦਾ ਆ, ਸਾਨੂੰ ਚਲਾਉਣੇ ਨੀ ਭੁੱਲੇ, ਸਾਨੂੰ ਉਹ ਨੀ ਭੁੱਲੇ, ਦੱਸੋ ਇਹ ਕਿਹਨੂੰ ਏਦਾਂ ਦਾ ਮੈਸੇਜ ਇਹ ਦੇਣਾ ਚਾਹੁੰਦਾ ਆ? ਪਰ ਸਰਕਾਰਾਂ ਨੂੰ ਪਤਾ ਨੀ, ਵੀਡੀਓ ਸਰਕਾਰ ਨੇ ਦੇਖੀ ਨੀ, ਪ੍ਰਸ਼ਾਸਨ ਨੇ ਨੀ ਦੇਖੀ, ਪੁਲਿਸ ਨੇ ਨੀ ਦੇਖੀ, ਕਿਉਂ ਨੀ ਤੁਰੰਤ ਐਕਸ਼ਨ ਲੈਂਦੇ? ਫਿਰ ਜੇ ਮਤਲਬ ਆਉਣ ਵਾਲੇ ਸਮੇਂ ਦੇ ਕੋਈ ਏਦਾਂ ਦੇ ਬੰਦਿਆਂ ਦਾ ਕੋਈ ਨੁਕਸਾਨ ਹੁੰਦਾ, ਫਿਰ ਸਰਕਾਰਾਂ ਇਹਦੇ ਵਿੱਚ ਜ਼ਿੰਮੇਵਾਰ ਹੋਣਗੀਆਂ। ਬਹੁਤ ਬਹੁਤ ਧੰਨਵਾਦ ਜੀ ਕੁਲਵੰਤ ਸਿੰਘ ਜੀ, ਤੁਸੀਂ ਪ੍ਰੋਗਰਾਮ 'ਚ ਹਿੱਸਾ ਲਿਆ, ਤਾਂ ਅਸੀਂ ਫਿਰ ਵੀ ਅਗਲੇ ਪ੍ਰੋਗਰਾਮ 'ਚ ਤੁਹਾਨੂੰ ਜ਼ਰੂਰ ਯਾਦ ਕਰਾਂਗੇ। ਥੈਂਕ ਯੂ ਤੁਹਾਡਾ ਰਘਵੀਰ ਸਿੰਘ ਜੀ, ਬਹੁਤ ਬਹੁਤ ਸਮਾਂ ਦੇਣ ਦਾ ਉੱਤੇ। ਹਾਂਜੀ, ਬਹੁਤ ਵਧੀਆ ਤੁਸੀਂ ਜਿਹੜਾ ਇੱਦਾਂ ਦੇ ਇਸ਼ੂ ਲਿਆਉਂਦੇ ਰਹਿੰਦੇ ਸਮੇਂ ਸਮੇਂ ਦੇ ਉੱਤੇ ਵਾਜੇ ਕੌਮ ਟੀਵੀ ਦੇ ਉੱਤੇ। ਹਾਂਜੀ ਹਾਂਜੀ ਜੀ, ਧੰਨਵਾਦ ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਸਨ ਭਾਈ ਕੁਲਵੰਤ ਸਿੰਘ ਜੀ ਮੁਠੱਡਾ, ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਆ, ਅਤੇ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਕਾਲਾਂ ਕਾਫੀ ਮਿਸ ਹੋਈਆਂ ਆ, ਆਪਾਂ ਉਹਨਾਂ ਨੂੰ ਕਾਲ, ਕਿਉਂਕਿ ਮੈਂ ਨੰਬਰ ਵੈਸੇ ਜਿਹੜਾ ਸਕਰੀਨ 'ਤੇ ਦੋ ਆ ਰਹੇ ਆ, ਅਤੇ ਬਹੁਤ ਮੇਰਾ ਖਿਆਲ ਜਿਹੜੇ ਦਰਸ਼ਕ ਆ ਸਾਡੇ ਦੇਖਦੇ ਜਾਂ ਜਾਣਕਾਰ ਆ, ਉਹਨਾਂ ਨੂੰ ਇੱਦਾਂ ਲੱਗਦਾ ਵੀ ਸ਼ਾਇਦ ਇੱਕ ਨੰਬਰ ਹੀ ਚੱਲਦਾ ਆ ਜਿਹਦੇ 'ਤੇ ਉਹ ਕਾਲ ਕਰਦੇ ਆ, ਸੋ ਨੰਬਰ ਦੋ ਚੱਲਦੇ ਆ, ਦੋਨੇ ਸਕਰੀਨ ਦੇ ਉੱਪਰ ਆ ਰਹੇ ਆ, ਤੁਸੀਂ ਉਹਨਾਂ 'ਚੋਂ ਕਿਸੇ ਦੇ ਉੱਪਰ ਵੀ ਕਾਲ ਕਰ ਸਕਦੇ ਹੋ। ਸੋ ਜਿਵੇਂ ਕੁਲਵੰਤ ਸਿੰਘ ਜੀ ਮਠੱਡਾ ਉਹਨਾਂ ਨੇ ਗੱਲ ਕੀਤੀ ਆ, ਅਤੇ ਆਪਾਂ ਹੋਰ ਵੀ ਜਿੱਦਾਂ ਜਿਹੜੀ ਉਹਨਾਂ ਨੇ ਗੱਲਬਾਤ ਕਰਦੇ ਹਾਂ, ਇਹ ਵੀ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਮਾਹੌਲ ਆ ਉਹਨੂੰ ਖਰਾਬ ਕੀਤਾ ਜਾ ਰਿਹਾ। ਸੋ ਇਹ ਮਾਹੌਲ ਕਿਉਂ ਇਹੋ ਜਿਹਾ ਸਿਰਜਿਆ ਜਾ ਰਿਹਾ, ਕਿਉਂ ਇਹੋ ਜਿਹੀ ਗੱਲ ਕੀਤੀ ਜਾ ਰਹੀ ਆ, ਇਹਦੇ ਪਿੱਛੇ ਵੀ ਬਹੁਤ ਵੱਡੇ ਕਾਰਨ ਆ, ਇਹ ਸਾਨੂੰ ਸਮਝਣੇ ਪੈਣਗੇ। ਜਦੋਂ ਵੀ ਕੌਮ ਡੈਮੋਕ੍ਰੇਟਿਕ ਤਰੀਕੇ ਨਾਲ ਕੁਛ ਕਰਨਾ ਚਾਹੁੰਦੀ ਆ, ਅਤੇ ਕੁਝ ਜਿਹੜੇ ਚਲਾਕ ਲੋਕ ਆ ਜਾਂ ਕੁਛ ਨਾ ਕੁਛ ਉਹ ਜਿੱਦਾਂ ਕਰਨਾ ਚਾਹੁੰਦੇ ਆ, ਉਦੋਂ ਫਿਰ ਜ਼ਰੂਰ ਗੱਲਬਾਤ ਹੁੰਦੀ। ਹਾਂਜੀ, ਜਿਹੜਾ ਖਤਮ ਕਰ ਦਿੱਤਾ ਜਾਵੇ। ਸੋ ਮੈਂ ਦਰਸ਼ਕਾਂ ਨੂੰ ਵੀ ਦੱਸ ਦਵਾਂ ਕਿ ਸਰਦਾਰ ਹਰਜੀਤ ਸਿੰਘ ਸਰਪੰਚ ਜੋ ਸਿੰਘ ਸਭਾ ਗੁਰਦੁਆਰਾ ਸੌਥਲ ਦੇ ਮੀਤ ਪ੍ਰਧਾਨ ਹਨ, ਇਸ ਵੇਲੇ ਅਮਰੀਕਾ ਦੇ ਵਿੱਚੋਂ ਉਹ ਕਾਲ ਤੇ ਸਾਡੇ ਨਾਲ ਹਨ। ਹਾਂਜੀ, ਕੀ ਕਹੋਗੇ? ਗੱਲ ਇਹ ਆ ਵੀ ਮੈਨੂੰ ਪਹਿਲਾਂ ਤਾਂ ਇਹ ਗੱਲ ਆ ਵੀ ਜੇ ਤਾਂ ਕੋਈ ਸਿੱਖ ਏਦਾਂ ਦਾ ਬਿਆਨ ਦੇਵੇ ਤਾਂ ਉਹਦੇ ਤੇ ਉਸੇ ਵੇਲੇ ਕਾਰਵਾਈ ਹੋ ਜਾਂਦੀ ਆ। ਹੁਣ ਕੀ ਪ੍ਰਸ਼ਾਸਨ ਜਾਂ ਇਹ ਤਾਂ ਮੈਨੂੰ ਏਦਾਂ ਲੱਗਦਾ ਵੀ ਜਿਹੜੀਆਂ ਏਜੰਸੀਆਂ ਜਾਂ ਵੀ ਉਹਨਾਂ ਦਾ ਪਾਲਿਆ ਉਹ ਆ ਜਾਂ ਕਿ ਉਹ ਸਰਕਾਰ ਦਾ ਪਾਲਿਆ, ਜੇ ਪ੍ਰਸ਼ਾਸਨ ਇੱਕ ਸਿੱਖ ਤੇ ਇੱਕਦਮ ਨਿੱਕੀ ਜਿਹੀ ਗੱਲ ਤੋਂ ਉਹਨਾਂ ਨੂੰ ਲਿਜਾ ਕੇ ਇੰਟੈਰੋਗੇਸ਼ਨ ਕਰਕੇ ਕੇਸ ਪਾ ਸਕਦਾ ਤੇ ਸੁਧੀਰ ਸੂਰੀ ਨੂੰ ਕਿਉਂ ਨੀ ਫੜਿਆ ਅੱਜ ਤੱਕ? ਹਾਂਜੀ, ਦੂਜੀ ਗੱਲ ਆ ਵੀ ਇਹਨਾਂ ਇੱਕ ਏਦਾਂ ਦੇ ਬੰਦਿਆਂ ਨੇ ਜੋ ਇਹਨੇ ਕਿਹਾ ਏਦਾਂ ਦੇ ਦੇਸ਼ ਪੰਜਾਬ ਦੇ ਵਿੱਚ ਇੱਕ ਸੀ ਕਹਿੰਦੇ ਵੀ ਸਿੱਖਾਂ ਨੂੰ ਮਾਹੌਲ ਖਰਾਬ ਕਰਦੇ ਆ ਪੰਜਾਬ ਦਾ, ਹੁਣ ਸਰਕਾਰ ਨੂੰ ਕੋਈ ਜਾਗਰੂਕ ਰਹਿ ਨੀ ਵੀ ਸਿੱਖ ਇਹ ਮਾਹੌਲ ਇਹ ਖਰਾਬ ਕਰ ਰਿਹਾ ਕਿ ਸਿੱਖ ਖਰਾਬ ਕਰ ਰਹੇ ਆ? ਇਹ ਸਰਪੰਚ ਸਾਹਿਬ ਜਿੱਦਾਂ ਤੁਸੀਂ ਦੇਖੋ, ਤਿੰਨ ਨੌਜਵਾਨਾਂ ਤੋਂ ਬੁੱਕਾਂ ਫੜੀਆਂ ਜਾਂਦੀਆਂ, ਕਿਤਾਬਾਂ ਫੜੀਆਂ ਜਾਂਦੀਆਂ, ਉਹਨਾਂ ਨੂੰ ਉਮਰ ਕੈਦ ਹੋ ਜਾਂਦੀ ਆ। ਕਹਿ ਰਿਹਾ ਨਹੀਂ, ਉਹਨਾਂ ਨੂੰ 20-20 ਸਾਲ ਕਹਿ ਰਿਹਾ। ਇਹਨਾਂ ਲਈ ਸਾਡੇ ਮਾੜੀ ਜੀ ਅਸੀਂ ਗੱਲ ਕਰਦੇ ਹਾਂ ਤੇ ਸਾਡੇ ਤੇ ਟਾਡਾ ਤਿਆਰ ਹੁੰਦਾ ਸੀ, ਤਿੰਨ ਵੜਾ ਚਾਰ ਲਾ ਕੇ ਤੇ ਟਾਡਾ ਲਾ ਦੇਣਾ ਜੀ। ਇਹ ਸੁਧੀਰ ਸੂਰੀ ਲਈ ਕੁਛ ਨੀ ਹੈਗਾ ਹਨਾ। ਮੈਂ ਤਾਂ ਇੱਕ ਕਹੂੰਗਾ ਵੀ ਉਹ ਜਿਹੜੀ ਇੱਕ ਕੁੜੀ ਬੋਲੀ ਆ ਜਿਹੜੀ ਪਾਰਲੀਮੈਂਟ ਸਾਧਣੀ ਆ, ਪਾਰਲੀਮੈਂਟ ਨਹੀਂ ਇਹ ਜੀ, ਸਾਧਵੀ ਹਰਿਆਣੇ ਤੋਂ ਆ, ਸਾਧਵੀ ਦੇਵਾ ਠਾਕੁਰ ਹੈ ਇਹਦਾ ਨਾਂ, ਇਹਦੇ ਨਾਲ ਆਪਾਂ ਕੱਲ ਇੰਟਰਵਿਊ ਕੀਤਾ ਹੈ ਵਾਜੇ ਕੌਮ ਤੇ। ਦੇਵਾ ਠਾਕੁਰ ਹੈ ਇਹਦਾ ਨਾਂ? ਹਾਂਜੀ।
ਪਰ ਜਿਹੜੇ ਬੰਦੇ ਭਾਈ ਰਘੁਵੀਰ ਸਿੰਘ ਜੀ ਜਿਹੜੇ ਧਾਰਮਿਕ ਹੁੰਦੇ ਹੈ ਨਾ, ਧਾਰਮਿਕ ਬੰਦੇ ਕੋਈ ਵੀ ਕਿਸੇ ਦੇ ਵੀ ਹੋਣ, ਜਿਹੜੇ ਪੂਰੇ ਜਿਹਨਾਂ ਦੇ ਆਪਣੀ ਗੱਲ ਹੋ ਰਹੇ ਹਨਾ, ਉਹਨਾਂ ਉਹਨਾਂ ਦੇ ਵਿੱਚ ਸੱਚ ਬੋਲਣ ਦੀ ਵੀ ਜ਼ਰੂਰਤ ਹੁੰਦੀ ਆ, ਸਮਝ ਆਉਂਦੀ ਗੱਲ ਨੂੰ? ਉਹ 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 ਜਿਸ ਉਹ ਉਹਨਾਂ ਵਰਗੇ ਅਹਿਮਦ ਸ਼ਾਹ ਅਬਦਾਲੀ ਦੇ ਜਿਹੜੇ ਮਤਲਬ ਪਿੱਠੂ ਸੀ, ਸੁੱਚਾ ਆਨੰਦ ਵਰਗੇ ਐਰਾ ਵਗੈਰਾ, ਉਹਨਾਂ ਵਰਗੇ ਨਾ ਹੋਣ ਹਨਾ ਜੀ, ਤੇ ਜਿਹੜੇ ਬਿਗੇ ਬੰਦੇ ਨਾ ਹੋਣ, ਜਸਪਤ ਰਾਏ ਤੇ ਲਖਪਤ ਰਾਏ ਵਰਗੇ ਉਹ ਨਾ ਹੋਣ, ਮਤਲਬ ਜਿਹੜੀ ਬੀਬੀ ਇਹ ਬੋਲੀ ਆ, ਜਿਹੜਾ ਇਹਦਾ ਨਾਂ ਕੀ ਨਾਂ ਇਹਦਾ ਤੁਸੀਂ ਦੱਸਿਆ? ਸਾਧਵੀ ਦੇਵਾ ਠਾਕੁਰ ਆ, ਇਹ ਪ੍ਰਚਾਰ ਕਰਦੀ ਹਿੰਦੂ ਧਰਮ ਦਾ, ਉਹਨੇ ਨੂੰ ਸਿੱਧਾ ਸੁਧੀਰ ਸੂਰੀ ਨੂੰ ਕਿਹਾ ਵੀ ਤੂੰ ਜਿਹੜੇ ਹਿੰਦੂਆਂ ਦੀ ਹੋਂਦ ਸਿੱਖ ਗੁਰੂਆਂ ਕਰਕੇ ਤੇ ਸਿੱਖਾਂ ਕਰਕੇ ਆ। ਬਿਲਕੁਲ ਜੀ, ਮੈਂ ਉਹਦਾ ਸਾਰਾ ਸੁਣਿਆ, ਮੈਂ ਪਹਿਲਾਂ ਤੋਂ ਤੁਹਾਡੇ ਟੈਲੀਵਿਜ਼ਨ ਰਾਹੀਂ ਮੈਂ ਉਹਦਾ ਧੰਨਵਾਦ ਕਰਦਾ ਵੀ ਕਿਸੇ ਧਾਰਮਿਕ ਬੰਦੇ ਚ ਜ਼ਰੂਰਤ ਗਈ ਪਈ ਆ ਸੱਚ ਬੋਲਣ ਦੀ, ਹਨਾ ਜੀ, ਤੇ ਮੈਂ ਉਸ ਬੀਬੀ ਦਾ ਬਹੁਤ ਧੰਨਵਾਦੀ ਆ। ਮੈਂ ਤੁਹਾਨੂੰ ਜਿੱਦਾਂ ਮਹਾਰਾਜ ਨੇ ਕਿਰਪਾ ਕਰੇ ਸਿੱਖਾਂ ਵੱਲੋਂ ਸਾਰਿਆਂ ਨਾਲੋਂ ਹੀ, ਵੀ ਜੋ ਉਹਨੇ ਕਿਹਾ ਉਹਨੇ ਬਹੁਤ ਚੰਗਾ ਕਿਹਾ। ਦੂਜੀ ਗੱਲ ਹੈ ਸੂਰੀ ਨੂੰ ਚੇਤਾ ਭੁੱਲ ਜਾਣਾ, ਸੂਰੀ ਨੂੰ ਬੜਾ, ਕਈ ਬੰਦੇ ਆਏ ਆ ਏਦਾਂ ਹੀ ਅੰਬਰਸਰ ਜੀ ਕਈ ਆਏ ਆ ਜਿਹੜੇ ਕਹਿੰਦੇ ਸੀ ਸਾਨੂੰ ਪੁੱਛ ਕੇ ਦਿਨ ਚੜ੍ਹਦਾ, ਹਨਾ ਜੀ, ਉਹਨਾਂ ਨੂੰ ਫਿਰ ਉਹ ਸੂਰੀ ਨੂੰ ਇਹ ਪਤਾ ਲੱਗ ਲੈਣਾ ਚਾਹੀਦਾ ਵੀ ਇਹਨਾਂ ਨੇ ਤੇ ਆਣ ਕੇ ਇੰਗਲੈਂਡ ਦੇ ਵਿੱਚ ਅਡਵੈਰ ਨੂੰ ਵੀ ਨੀ ਛੱਡਿਆ, ਸਮਝਣਾ ਮੇਰੀ ਗੱਲ ਨੂੰ? ਹਾਂਜੀ ਹਾਂਜੀ, ਵੀ ਸੂਰੀ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਡਵੈਰ ਵੀ ਇੱਥੇ ਇੰਗਲੈਂਡ ਚ ਆਣ ਕੇ ਨਹੀਂ ਰਿਹਾ, ਤੇ ਜਿਹਨ ਸਾਡੇ ਹਰਿਮੰਦਰ ਸਾਹਿਬ ਵੱਲ ਨੂੰ ਮੂੰਹ ਕੀਤਾ ਉਹ ਵੀ ਨੀ ਰਿਹਾ, ਹਨਾ ਜੀ, ਤੇ ਮਤਲਬ ਅਸੀਂ ਵੱਡੇ ਵੱਡੇ ਜੇ ਮਸਾ ਰੰਗਲ ਦਰਬਾਰ ਸਾਹਿਬ ਆਇਆ ਸੀ ਉਹ ਵੀ ਨੀ ਰਿਹਾ, ਹਨਾ ਜੀ। ਸੂਰੀ ਜਿਹੜਾ ਕਰਦਾ ਨਾ ਸਿੱਖਾਂ ਚ ਭਾਈ 2% ਆ, ਉਹਨੂੰ ਪੁੱਛੇ 2% ਆ, ਕਿਸੇ ਚੀਜ਼ ਦੇ ਵਿੱਚ ਸੰਤ ਜਰਨੈਲ ਸੋਹਣੀ ਕਹਿੰਦੇ ਹੁੰਦੇ ਸੀ ਭਾਈ ਜੇ ਦਾਲ ਚ ਲੂਣ ਜ਼ਿਆਦਾ ਪੈ ਜਾਏ ਤਾਂ ਦਾਲ ਨਹੀਂ ਖਾ ਹੁੰਦੀ, ਸਮਝਦਾ? ਇਹਨਾਂ ਨੇ ਸਾਡੀ ਆਜ਼ਾਦੀ ਵੇਲੇ ਕੱਲ ਦੀਆਂ ਗੱਲਾਂ ਕਰਦਾ ਵੀ ਅੱਜ ਇਹਨਾਂ ਨੂੰ ਮੁਕਾ ਦਿਓ, ਆਜ਼ਾਦੀ ਵੇਲੇ 3200 ਬੰਦਾ ਕਾਲੇ ਪਾਣੀ ਗਿਆ ਰਘਵੀਰ ਸਿੰਘ ਜੀ, 3200, ਹਨਾ ਜੀ, ਉਤੋਂ 2700 ਸਿੱਖ ਗਿਆ। ਦੇਖੋ ਬੰਗਲਾਦੇਸ਼, ਪਾਕਿਸਤਾਨ, ਹਿੰਦੁਸਤਾਨ ਕਿੱਡਿਆ, ਮਤਲਬ ਸਾਰਾ ਇਹੋ ਲਈ ਇੱਕੋ ਮੁਲਕ ਸੀ, ਹਨਾ ਜੀ, ਜੇ 120 ਫਾਂਸੀਆਂ ਚੋਂ 93 ਸਾਡੇ ਸਿਆਂ ਆਈਆਂ, ਹਨਾ ਜੀ, ਤੇ ਜੇ ਅੱਜ ਦੀ ਸੰਨ 71 ਦੀ ਲੜਾਈ ਨੂੰ ਲੈ ਲਈਏ, 62 ਦੀ ਲੜਾਈ ਨੂੰ ਲੈ ਲਈਏ, ਇਹਨੂੰ ਸਤੂਰੀ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੇਰੇ ਵਰਗੇ ਉਦੋਂ ਜੰਮੇ ਵੀ ਨੀ ਸੀ ਅਜੇ, ਹਨਾ ਜੀ, ਤੇ ਤੂੰ ਕਿੱਥੋਂ ਤੇਰੇ ਵਰਗਾ ਗੱਲ ਆ ਵੀ ਤੂੰ 71 ਦੀ ਲੜਾਈ ਨੂੰ ਦੇਖ ਲਾ ਵੀ ਉਹ ਕਿਹਨਾਂ ਨੇ ਯਾਦ ਕਰਾਈ, ਬੰਗਲਾਦੇਸ਼ ਕਿਹਨਾਂ ਨੇ ਬਣਾਇਆ, ਤੇ ਤੂੰ 62 ਦੀ ਲੜਾਈ ਵੇਲੇ ਤੁਸੀਂ ਕਿੱਥੇ ਭੱਜ ਗਿਆ ਸੀ ਤੇਰੇ ਵਰਗੇ ਸੂਰੀ ਵਰਗੇ? ਮੈਂ ਸਾਰੇ ਹਿੰਦੂ ਵੀਰਾਂ ਨੂੰ ਨੀ ਕਹਿੰਦਾ, ਮੈਂ ਸਾਰਿਆਂ ਨੂੰ ਨੀ ਕਹਿੰਦਾ, ਹੁਣ ਉਹਦੇ ਵਿੱਚ ਉਹ ਜਿਹੜੀ ਆ ਬੀਬੀ ਉਹ ਵੀ ਆਉਂਦੀ ਆ, ਉਹਨੇ ਬਹੁਤ ਵਧੀਆ ਕਿਹਾ, ਪਰ ਮੈਂ ਦੂਜੀ ਗੱਲ ਮੈਂ ਇਹ ਵੀ ਕਹਿੰਦਾ ਕਿ ਹਿੰਦੁਸਤਾਨ ਦੀ ਸੈਂਟਰ ਦੀ ਜਾਂ ਏਜੰਸੀਆਂ ਸੁੱਤੀਆਂ ਪਈਆਂ ਜੋ ਸੂਰੀ ਕਹਿੰਦਾ, ਹਾਂ ਠੀਕ ਹੈ, ਨਹੀਂ ਜੋ ਸੂਰੀ ਕਹਿੰਦਾ ਉਹ ਕਰਾਉਣੀਆਂ ਏਜੰਸੀਆਂ, ਸਰਕਾਰਾਂ ਨੂੰ ਇਹ ਨੀ ਪਤਾ ਵੀ ਕੱਲ ਨੂੰ ਪੰਜਾਬ ਦੇ ਵਿੱਚ ਅੱਗ ਲੱਗੀ ਜੇ ਤਾਂ ਫਿਰ ਉਹਦਾ ਜ਼ਿੰਮੇਵਾਰ ਕੌਣ ਆ? ਸਰਪੰਚ ਸਾਹਿਬ, ਮੈਂ ਤਾਂਹੀਓ ਪੁੱਛਣਾ ਚਾਹੁੰਦਾ ਕਿ ਤੁਸੀਂ, ਕਿਉਂਕਿ ਸਾਰਾ ਸੰਘਰਸ਼ ਦੇਖਿਆ 1984 ਤੋਂ ਵੀ ਪਹਿਲਾਂ, ਇਹ ਨਾਰੇ ਅਖਬਾਰਾਂ ਚ ਆਉਂਦੇ ਸੀ ਵੀ ਕੱਚ ਕੜਾ ਕਿਰਪਾਨ, ਇਹਨੂੰ ਭੇਜੋ ਪਾਕਿਸਤਾਨ, ਤੁੱਕੀ ਤਿੱਕੀ ਰਹਿਣ ਨੀ ਦੇਣੀ, ਸਿਰ ਤੇ ਪਗੜੀ ਰਹਿਣ ਨੀ ਦੇਣੀ। ਦੇਖੋ ਗੱਲ ਇਹ ਆ, ਅੱਜ ਆ ਕੇ ਨਾ ਸਰਕਾਰਾਂ ਨੇ ਬਹੁਤ ਕੰਮ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਇਹਨਾਂ ਨੇ ਜ਼ੋਰ ਲਾਇਆ, ਹਾਂਜੀ ਹਾਂਜੀ ਠੀਕ, ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਜ਼ੋਰ ਲਾਇਆ। ਦੇਖੋ ਮੁਸਲਮਾਨ ਵਾਲੇ ਕਾਨੂੰਨ ਕੀ ਬਣ ਰਿਹਾ ਜਦੋਂ, ਪਰ ਇੱਕ ਮੈਨੂੰ ਜ਼ਰੂਰ ਦੁੱਖ ਦੀ ਗੱਲ ਆਉਂਦੀ ਆ ਵੀ ਜਦੋਂ ਸਾਡੇ ਤੇ ਗੱਲ ਆਈ ਹੈ ਨਾ, ਸਾਡੇ ਤੇ ਹਨਾ ਜੀ, ਸਾਡਾ ਨੌਜਵਾਨ ਮਾਰਿਆ, ਸਾਡੀ ਗੱਲ ਕੀਤੀ ਆ, ਮੈਂ ਚਲੋ ਦਿੱਲੀ ਦੇ ਵਿੱਚ ਜਦੋਂ ਸਾਡੇ ਇਹਨਾਂ ਨੇ ਦਿੱਲੀ ਦੇ ਵਿੱਚ ਸਾਡੀ ਨਸਲਕੁਸ਼ੀ ਕੀਤੀ ਆ ਨਾ ਜੀ, ਉੱਥੇ ਮੈਂ ਉੱਥੇ ਮੁਸਲਮਾਨਾਂ ਵੀਰਾਂ ਨੇ ਸਾਡੇ ਸਿੱਖਾਂ ਨੂੰ ਪਰਾਹ ਦਿੱਤੀ ਆ, ਇਹ ਚ ਕੋਈ ਉਹਨਾਂ ਦਾ ਮੈਂ ਧੰਨਵਾਦੀ ਆ, ਠੀਕ ਨੀ, ਪਰ ਜਦੋਂ ਸਾਨੂੰ ਮਾਰਿਆ ਗਿਆ ਸਾਡੇ ਲਈ ਕਿਸੇ ਨੇ ਹਰਾ ਨਾਰਾ ਨੀ ਮਾਰਿਆ ਰਘਵੀਰ ਸਿੰਘ ਜੀ, ਹਰਾ ਨਾਰਾ ਨੀ ਮਾਰਿਆ, ਪਰ ਸਾਡਾ ਤੇ ਹੋਰ ਦੂਜੇ ਧਰਮਾਂ ਦਾ ਫਰਕ ਇਹ ਆ, ਅਸੀਂ ਕਿਸੇ ਵੀ ਕਿਸੇ ਨਾਲ ਜ਼ੁਲਮ ਹੋਇਆ ਅਸੀਂ ਉਹਦੇ ਨਾਲ ਖੜੇ ਹੁੰਦੇ ਹਾਂ, ਹਨਾ ਜੀ, ਹਾਂਜੀ ਹਾਂਜੀ, ਮੈਂ ਕਹਿੰਦਾ ਜੇ ਉਹ ਸਾਡੇ ਕੋਲ ਅੱਜ ਕੱਲ੍ਹ ਤੇ ਮੁਸਲਮਾਨ ਵੀਰ ਵੀ ਆਏ ਆ ਨਾ ਜੇ, ਹਨਾ,
ਠੀਕ ਹੈ। ਅਸੀਂ ਚਾਹੇ ਕੋਈ ਹਿੰਦੂਆਂ ਨਾਲ ਧੱਕਾ ਹੋਵੇ, ਚਾਹੇ ਕ੍ਰਿਸਚਨਾਂ ਨਾਲ ਹੋਵੇ, ਚਾਹੇ ਮੁਸਲਮਾਨਾਂ ਨਾਲ ਹੋਵੇ, ਹਾਂਜੀ ਅਸੀਂ ਅਸੀਂ ਜ਼ੁਲਮ ਦੇ ਖਿਲਾਫ ਸਾਨੂੰ ਖੜਨਾ ਚਾਹੀਦਾ, ਕਿਉਂਕਿ ਇਹਨਾਂ ਨੂੰ ਏਦਾਂ ਅੱਜ ਆਹ ਤੁਹਾਡੇ ਤੇ ਅੱਗੇ ਗੱਲਾਂ ਕਰ ਕਰਕੇ ਦੇਖਦੇ ਆ ਵੀ ਸਿੱਖਾਂ ਚ ਕਿੰਨਾ ਕੁ ਪਾਣੀ ਆ, ਹਨਾ ਜੀ। ਠੀਕ, ਇੱਕ ਪਾਸੇ ਤਾਂ ਸਾਨੂੰ ਧਰਮ ਤੇ ਮਾਰਿਆ ਜਾ ਰਿਹਾ, ਹਨਾ ਜੀ, ਸਾਡੇ ਧਰਮ ਨੂੰ ਸਾਰੇ ਨੂੰ ਹੀ ਕੰਡੈਮ ਕਰ ਦਿੱਤਾ ਜਾ ਰਿਹਾ। ਤੁਸੀਂ ਇੱਕ ਸਿੰਘ ਦੀ ਉਹ ਦੇਖੀ ਆ ਵੀਡੀਓ, ਸਿੰਘ ਨੇ ਉਹ ਚੰਗਾ ਫਿਲਾਸਫਰ ਆ, ਉਹਨੇ ਬੁੱਕ ਵੀ ਲਿਖੀ 200 ਪੇਜ ਤੇ, ਬਹੁਤ ਉਹ ਵੱਡ ਲੈਵਲ ਦੇ ਉਹਦੀ ਪੜ੍ਹਾਈ ਆ, ਮੈਂ ਦੇਖੀ ਆ ਉਹ ਬੰਦੇ ਨੂੰ ਸੁਣ ਕੇ, ਹਨਾ ਜੀ। ਉਹਨੇ ਗਿਆਨ ਨੂੰ ਕਿੱਥੇ ਲਿਖਿਆ, ਉਹ ਕਹਿੰਦਾ ਗਿਆਨ ਕੋਈ ਗੱਲ ਨੀ, ਜਿਹਨੂੰ ਤੁਸੀਂ ਦੇਖ ਲਓ ਜਿਹਨੂੰ ਕੋਈ ਜ਼ਿਆਦਾ ਗਿਆਨ ਆ ਜਾਂਦਾ ਉਹ ਜ਼ਿਆਦਾ ਹੀ ਟੱਪ ਜਾਂਦਾ, ਹਨਾ ਜੀ, ਉਹਨੂੰ ਰੱਬ ਦੇ ਨਾਂ ਦੀ ਉਹਦੀ ਸ਼ਰਧਾ ਦੀ, ਜਿੱਥੇ ਧਰਮ ਖੜਾ ਉਹ ਧਰਮ ਖੜਾ ਸ਼ਰਧਾ ਤੇ, ਹਨਾ ਜੀ। ਜਦੋਂ ਇਹ ਲੋਕ ਆਉਂਦੇ ਆ ਇਹ ਸਾਡੇ ਲਾਲਾ ਦੇਖਦੇ ਆ, ਸਾਡੇ ਧਰਮ ਨੂੰ ਵੀ ਇਹਨਾਂ ਨੇ ਏਦਾਂ ਦੇ ਬੰਦੇ ਪੈਦਾ ਕੀਤੇ ਆ ਜਿਹੜੇ ਮਤਲਬ ਗੌਰਮੈਂਟ ਦੇ ਟੋਟ ਆ, ਹਨਾ ਜੀ, ਉਹ ਮਤਲਬ ਜਿੱਦਾਂ ਨਿਰੰਕਾਰੀ ਪੈਦਾ ਕੀਤਾ ਸੀ, ਹੁਣ ਸਾਡੇ ਵਿੱਚ ਵੀ ਕਈ ਨਿਰੰਕਾਰੀ ਆ, ਹਨਾ ਜੀ, ਠੀਕ ਹੈ। ਉੱਦਾਂ ਦੇ ਉਹ ਨਿਰੰਕਾਰੀਆਂ ਨੂੰ ਵੀ ਉੱਪਰ ਦੀ ਜਾ ਰਹੇ ਆ ਸਾਰੀ ਗੱਲਬਾਤ, ਹਨਾ ਜੀ, ਠੀਕ ਹੈ। ਤੇ ਇਹ ਸਾਨੂੰ ਧਰਮ ਪਾਸਿਓਂ ਵੀ ਕੁੱਟ ਪੈ ਰਹੀ ਆ, ਇਹ ਪਾ ਰਹੀ ਆ ਸਿੱਖਾਂ ਨੂੰ, ਤਕੜੇ ਹੋਣਾ ਚਾਹੀਦਾ ਮਹਾਰਾਜ ਦੀ ਕਿਰਪਾ ਨਾਲ, ਹੁਣ ਇਹਨਾਂ ਨੂੰ ਇੱਕ ਚੇਤਾ ਹੋਣਾ ਚਾਹੀਦਾ ਸੂਰੀ ਨੂੰ ਵੀ, ਅੱਗੇ ਤਾਂ ਅਸੀਂ ਪੰਜਾਬ ਚ ਸੀ ਜਾਂ ਹਿੰਦੁਸਤਾਨ ਚ ਸੀ, ਹੁਣ ਅਸੀਂ ਸਾਰੇ ਦੇਸ਼ਾਂ ਚ ਬੈਠੇ ਆ, ਸਾਰੇ ਦੇਸ਼ਾਂ ਚ। ਇਹ ਆਪਣੇ ਸਰਪੰਚ ਸਾਹਿਬ ਜਿੱਦਾਂ ਹੁਣ ਸੁਧੀਰ ਸੂਰੀ ਨੇ ਗੱਲਬਾਤ ਕੀਤੀ ਆ, ਤੁਸੀਂ ਇਹਦੇ ਸੰਬੰਧ ਚ ਸਰਕਾਰਾਂ ਨੂੰ ਜਾਂ ਜਿੱਦਾਂ ਭਾਰਤ ਸਰਕਾਰ ਆ ਪੰਜਾਬ ਸਰਕਾਰ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਦੋਹਾਂ ਸਰਕਾਰਾਂ ਨੂੰ, ਪਹਿਲਾਂ ਤੇ ਪੰਜਾਬ ਸਰਕਾਰ ਦਾ ਫਰਜ਼ ਬਣਦਾ, ਮੈਂ ਐਵੇਂ ਟਾਲ ਕੇ ਸੈਂਟਰ ਤੇ ਛੱਡ ਦਿਆਂ, ਪਹਿਲਾਂ ਉਹ ਗਲਤ ਕਰ ਲਿਆ, ਠੀਕ ਹੈ। ਪਹਿਲਾਂ ਪਹਿਲਾਂ ਤੇ ਮੈਂ ਕੈਪਟਨ ਨੂੰ ਸਾਡਾ ਵੀ ਤੂੰ ਜਿਹੜੀਆਂ ਉੱਥੇ ਜਾ ਜਾ ਕੇ ਮੁਕਤੀਆਂ ਲੈਣਾ ਨਾ, ਜਾ ਕੇ ਉੱਥੇ ਆਪਣੇ ਜਿੱਥੇ ਠੰਡੇ ਉੱਥੇ ਕਿਹੜਾ ਉਹਨੂੰ ਕੀ ਕਹਿੰਦੇ ਆ ਜਿੱਥੇ ਸ਼ਿਮਲਾ, ਉਹਨੂੰ ਜਾਣਾ ਛੱਡ ਦੇ, ਆਪਣੇ ਧਰਮ ਨੂੰ ਥੋੜਾ ਜਿਹਾ ਕਾਇਮ ਰੱਖ ਲਾ। ਤੂੰ ਗਾਂਹ ਜਾਣ ਵਾਲਾ ਤੁਰਨੇ ਤੋਂ ਹੁੰਦਾ ਨੀ, ਨਾ ਬਾਦਲ ਤੋਂ ਤੁਰ ਹੁੰਦਾ, ਨਾ ਤੇਤੋਂ ਤੁਰ ਹੁੰਦਾ, ਹਨਾ। ਤੁਸੀਂ ਜਾਣ ਵਾਲੇ ਆ, ਕੁਛ ਤਾਂ ਲੈ ਜਾਓ ਮਹਾਰਾਜ ਦੇ ਕੋਲ, ਤੁਸ਼ਟਾਂ ਜਾ ਕੇ ਲੈ ਜਾਓ ਕਿ ਪਾਪਾਂ ਲਈ ਪੰਡ ਬਣ ਕੇ ਲਿਜਾਣੀ ਤੁਸੀਂ ਦੋਹਾਂ ਨੇ, ਹਨਾ ਜੀ। ਮੈਂ ਇਹਨੂੰ ਕਹਿੰਦਾ ਕਿ ਇਹਦਾ ਹੱਕ ਬਣਦਾ ਜੇ ਸਿੱਖਾਂ ਨੂੰ ਪਛਤਾਣ ਫੜਦਾ, ਤੇ ਕੈਪਟਨ ਮੈਂ ਕਹਿੰਦਾ ਮੈਂ ਫੌਜੀ ਰਿਹਾ, ਮੈਂ ਡਾਂਗਾਂ ਦਿਖਾਲਦਾ, ਕਦੀ ਖੂੰਡੇ ਦਿਖਾਲਦਾ, ਠੀਕ ਨੀ, ਤੂੰ ਪਛਤਾਣ ਨੂੰ ਕਸਬੇ ਨੂੰ ਕਿਉਂ ਨੀ ਫੜਦੇ? ਜੇ ਅੱਜ ਮੈਂ ਕਹਿਣਾ ਚਾਹੁੰਦਾ ਜੇ ਅੱਜ ਪ੍ਰਸ਼ਾਸਨ ਨੂੰ ਕੈਪਟਨ ਨਹੀਂ ਫੜਦਾ, ਸੈਂਟਰ ਤੇ ਆਪਾਂ ਫੇਰ ਜਾਵਾਂਗੇ। ਪਹਿਲਾਂ ਜੇ ਪੰਜਾਬ ਨੀ ਬਣਦਾ, ਜੇ ਪੰਜਾਬ ਐਕਸ਼ਨ ਨੀ ਲੈਂਦਾ, ਸੈਂਟਰ ਨੂੰ ਐਕਸ਼ਨ ਲੈਣਾ ਚਾਹੀਦਾ। ਸਾਰੀਆਂ ਹੀ ਕੌਮਾਂ ਨਾਲ ਬੈਰ ਪਾ ਕੇ ਸਾਰਾ ਕੁਛ ਕਰਕੇ ਹਿੰਦੁਸਤਾਨ ਦਾ ਪੱਠਾ ਨਾ ਗਰਕ ਕਰ ਲਈ, ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ ਸਰਪੰਚ ਸਾਹਿਬ, ਤੁਸੀਂ ਅਮਰੀਕਾ ਚ ਇਸ ਵੇਲੇ ਤੇ ਚਲੋ ਪਰਮਾਤਮਾ ਚੜ੍ਹਦੀ ਕਲਾ ਰੱਖੇ, ਤੁਸੀਂ ਹਮੇਸ਼ਾ ਕੌਮ ਦੇ ਨਾਲ ਖੜ ਕੇ ਕੰਮ ਕੀਤਾ ਤੇ ਅੱਜ ਵੀ ਹਾਂਜੀ ਧਰਮ ਲਈ ਖੜੇ ਆ, ਆਪਾਂ ਧਰਮ ਲਈ ਖੜੇ ਆ, ਠੀਕ। ਗੁਰੂ ਮਹਾਰਾਜ ਸਾਡਾ ਪਹਿਲਾ ਧਰਮ ਆ, ਸਾਰੀਆਂ ਗੱਲਾਂ ਆ ਪਹਿਲਾਂ ਸਾਨੂੰ ਧਰਮ ਆ ਜੀ, ਉਹ ਤੇ ਖੜੇ ਹੋਣਾ। ਬਾਕੀ ਸੂਰੀ ਆ ਕੇ ਬਥੇਰੇ ਜੰਮਦੇ ਆਏ ਤੇ ਬਥੇਰਿਆਂ ਜੰਮਣਾ ਸੁੱਚਾ ਆਨੰਦ ਵੀ ਉਹ ਹੀ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ ਕੀ ਹਾਲ ਚਾਲ ਜੀ? ਇੱਕ ਮਿੰਟ ਹੋਲਡ ਕਰਿਓ ਜੀ, ਵਿੱਚ ਕਾਲ ਦੋ ਕਾਲਾਂ ਮਿਕਸ ਹੋ ਗਈਆਂ, ਕੱਟ ਕੇ ਕਰਿਓ ਕਾਲ। ਹਾਂਜੀ ਟੰਡੀ ਸਾਹਿਬ, ਹਾਂਜੀ ਦਰਸ਼ਕੋ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਤੁਸੀਂ ਹਾਲੇ ਕਾਲ ਤੇ ਹੀ ਆ। ਹਾਂਜੀ ਧੰਨਵਾਦ ਜੀ ਧੰਨਵਾਦ। ਹਾਂਜੀ ਦਰਸ਼ਕੋ ਇਹ ਸਨ ਸਰਜੀਤ ਸਿੰਘ ਜੀ ਸਰਪੰਚ, ਜਿਹੜਾ ਗੁਰਦੁਆਰਾ ਸਾਊਥ ਹਾਲ ਸਿੰਘ ਸਭਾ ਦੇ
ਪ੍ਰਧਾਨ ਵੀ ਮੀਤ ਪ੍ਰਧਾਨ ਹਨ ਅਤੇ ਉਹਨਾਂ ਨੇ ਗੱਲਬਾਤ ਕੀਤੀ ਆ ਅਤੇ ਕਾਲਾਂ ਕਾਫੀ ਆ ਰਹੀਆਂ ਅਤੇ ਮੈਂ ਸਾਰਿਆਂ ਨੂੰ ਹੀ ਲਾਈਨ 'ਤੇ ਲਊਂਗਾ ਅਤੇ ਭਾਵੇਂ ਸਾਨੂੰ ਟਾਈਮ ਵਧਾਉਣਾ ਵੀ ਪਿਆ ਵਧਾਵਾਂਗੇ ਵੀ। ਹਾਂਜੀ ਅਤੇ ਹੁਣ ਢਾਡੀ ਸਾਹਿਬ ਨੂੰ ਪਹਿਲਾਂ ਕਾਲ ਕਰਦੇ ਹਾਂ। ਜਿਸ ਤਰ੍ਹਾਂ ਉਹਨਾਂ ਨੇ ਗੱਲਬਾਤ ਕੀਤੀ ਆ ਵੀ ਸਾਡੀ ਕਿਸੇ ਧਰਮ ਨਾਲ ਲੜਾਈ ਨਹੀਂ ਗੀ ਅਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪਰਮਜੀਤ ਢਾਡੀ ਸਾਹਿਬ ਜੀ ਆ ਕਹਿੰਦੇ ਆ ਵਾਜੇ ਕੌਮ ਟੀਵੀ ਤੇ ਮੁੱਦਾ ਤਾਂ ਤੁਸੀਂ ਹੁਣ ਤਾਈ ਸੁਣੀ ਲਿਆ ਹੋਣਾ ਪ੍ਰੋਗਰਾਮ ਕੀ ਚੱਲਦਾ ਆ। ਸੁਦੀਪ ਸੂਰੀ ਨੇ ਜੋ ਗੱਲਬਾਤ ਕੀਤੀ ਆ, ਸਰਜੀਤ ਸਿੰਘ ਸਰਪੰਚ ਸਾਹਿਬ ਵੀ ਬੜੇ ਵਧੀਆ ਗੱਲ ਕਰ ਗਏ ਆ, ਮਖੰਡਾ ਸਾਹਿਬ ਤੇ ਉਸ ਤੋਂ ਪਹਿਲਾਂ ਗਿਆਨੀ ਬਲਜਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਸਾਰੇ ਜਿਹੜੇ ਦਰਸ਼ਕ ਦੇਖਦੇ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਕੀ ਰਵੀ ਸਿੰਘ ਜੀ ਸਰਪੰਚ ਸਾਹਿਬ ਨੇ ਬੜੀ ਕਲੀਅਰ ਗੱਲ ਕੀਤੀ ਆ ਕਿ ਜਿਹੋ ਜਿਹੇ ਹਨ ਜਿਹੜੀ ਗੌਰਮੈਂਟ ਆ ਉਹ ਸਾਨੂੰ ਕਿੱਦਾਂ ਮਤਲਬ ਇਹ ਇੱਕ ਟੀਏ ਲਾ ਲਾ ਕੇ ਦੇਖਦੇ ਸਿੱਖਾਂ ਦੇ, ਠੀਕ ਠੀਕ ਹੈ ਨਾ, ਤੇ ਉਹ ਸਿਕਿਉਰਿਟੀ ਲੈਣ ਨੂੰ, ਬਦਮਾਸ਼ੀ ਕਰਨ ਨੂੰ, ਲੋਕਾਂ ਨੂੰ ਸ਼ੋਅ ਅਪ ਕਰਨ ਨੂੰ ਵੀ ਅਸੀਂ ਵੱਡੇ ਲੀਡਰ ਆ, ਸਾਡੇ ਨਾਲ ਦਸ ਬੰਦੇ ਕੰਨਾਂ ਵਾਲੇ ਆ, ਹੈ ਨਾ, ਲੁਕ ਕੇ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦੇ ਆ। ਬਾਕੀ ਜਿਹੜੀ ਗੱਲ ਆ ਇਹੋ ਜਿਹਾ ਇਹ ਫੇਸਬੁੱਕ ਹੀ ਆ। ਅੱਛਾ ਜੀ, ਇੰਨਾ ਖਿਆਲ ਰੱਖਣਾ ਚਾਹੀਦਾ ਸਾਡੇ ਕਈ ਵਾਰੀ ਹੈ ਨਾ ਜਦੋਂ ਹੁੰਦੀ ਆ ਤੇ ਇਹਨਾਂ ਨੇ ਸਿਕਿਉਰਿਟੀ ਲੈਣੀ, ਹੋਰ ਕੁਛ ਨੀ, ਰੋਟੀ ਇਹਨਾਂ ਨੂੰ ਆਪ ਨੂੰ ਨੀ ਖਾਣ ਨੂੰ ਮਿਲਦੀ ਤੇ ਨਾਲ ਪੰਜ ਸੱਤ ਬੰਦੇ ਕਿਤੇ ਕਿਸੇ ਦੇ ਜਾ ਕੇ ਦਸਤੇ ਖੜ ਜਾ ਕਰ। ਢਾਡੀ ਸਾਹਿਬ ਇਹਨਾਂ ਨੂੰ ਸਿਕਿਉਰਿਟੀ ਦੀ ਕੀ ਲੋੜ ਪਈ ਆ, ਇਦਾਂ ਦੇ ਬਿਆਨ ਇਹਨਾਂ ਦੇਣ? ਮੇਰੀ ਗੱਲ ਸਰ ਜਦੋਂ ਹੈ ਨਾ ਗਿੱਦੜ ਦੀ ਮੌਤ ਆਉਂਦੀ ਮਰਾਸੀਆਂ ਦੇ ਮੁੰਨੇ ਨਾਲ ਖਾਈਦਾ ਹੁੰਦਾ। ਅੱਛਾ ਜੀ, ਹਾਂ ਹਾਂ ਸਿੱਧੀ ਗੱਲ ਆ, ਕਿਉਂਕਿ ਜਿਹੜਾ ਬੰਦਾ ਸਿੱਖਾਂ ਦੇ ਖਿਲਾਫ਼ ਜਿਹੜਾ ਇਹ ਗੱਲ ਕਹਿ ਰਿਹਾ ਵੀ ਸਿੱਖ ਸਿਰਫ 2% ਆ ਵੀ ਇਹਨਾਂ ਨੂੰ ਸਾਰਿਆਂ ਨੂੰ ਮਾਰ ਦਿਓ, ਇਹ ਭੁਲੇਖਾ ਆ। ਦੇਖੋ ਸਿੱਖੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੂਟਾ ਲਾਇਆ ਤੇ ਕਲਗੀਧਰ ਪਾਤਸ਼ਾਹ ਨੇ ਇਹਦੀਆਂ ਨਾ ਪੁੱਤਰਾਂ ਦਾ ਖੂਨ ਪਾ ਕੇ ਇਸਨੂੰ ਪ੍ਰਫੁੱਲਤ ਕਰਤਾ ਅੱਜ ਦੁਨੀਆਂ ਤੇ ਆ। ਜਿਹੜੇ ਕਹਿੰਦੇ ਨਾ ਸਿੱਖੀ ਨੂੰ ਮੁਕਾ ਦੇਣਾ, ਉਹ ਤਾਂ ਭੁਲੇਖੇ ਜਾ ਕੇ ਤੇ ਅੰਨੇ ਲੋਕ ਆ ਜੇ ਸਹੀ ਪੁੱਛੀਏ, ਹੈਨਾ, ਕਿਉਂਕਿ ਸਿੱਖੀ ਕੱਲੀ ਪੰਜਾਬ ਚ ਥੋੜਾ, ਪੰਜਾਬ ਚ ਤਾਂ ਹੁਣ ਬਿਲਕੁਲ ਹੀ ਥੋੜੇ, ਬਹੁਤ ਕਿਹੜੇ ਮੁਲਕ ਚ ਹੈ ਨੀ ਸਿੱਖੀ, ਕਿਹੜੇ ਮੁਲਕ ਚ ਗੁਰੂ ਘਰ ਨੀ, ਕਿੱਥੇ ਨਿਸ਼ਾਨ ਸਾਹਿਬ ਨੀ ਸਾਡੇ ਝੋਲਦੇ। ਹਾਂਜੀ ਢਾਡੀ ਸਾਹਿਬ, ਜਿੱਦਾਂ ਮਤਲਬ ਹੁਣ ਆਪਾਂ ਗੱਲ ਕਰਦੇ ਹਾਂ, ਤੁਸੀਂ ਵੀ ਬਿਆਨ ਸੁਣਿਆ ਕੱਲ ਆਵਾਜ਼ੇ ਕੌਮ ਤੇ, ਉਹ ਬੀਬੀ ਨਾਲ ਮੈਂ ਡਾਇਰੈਕਟ ਵੀ ਗੱਲ ਕੀਤੀ ਆ, ਉਹ ਵੀ ਹਿੰਦੂ ਆ ਤੇ ਉਹ ਤੇ ਕਹਿ ਰਹੀ ਆ ਵੀ ਅਸੀਂ ਬਚੇ ਹੀ ਆ ਸਿੱਖ ਗੁਰੂਆਂ ਕਰਕੇ ਆ। ਇੱਕ ਮੈਂ ਤੈਨੂੰ ਗੱਲ ਦੱਸਾਂ, ਜਿਹੜੇ ਬੰਦੇ ਧਰਮੀ ਹੁੰਦੇ ਆ ਨਾ, ਧਰਮੀਆਂ ਦੇ ਵਿੱਚ ਤੇ ਜਿਹੜੇ ਹੈ ਨਾ ਦੂਸਰੇ ਆ ਉਹਨਾਂ 'ਚ ਬਹੁਤ ਅੰਤਰ ਹੁੰਦਾ। ਠੀਕ ਹੈ, ਠੀਕ ਹੈ ਨਾ, ਜਿਹੜਾ ਬੰਦਾ ਧਰਮੀ ਹੁੰਦਾ ਉਹ ਕਿਸੇ ਵੀ ਗੱਲ ਨੂੰ ਕਰੂਗਾ ਸੱਚਾਈ ਤੇ ਖੜੂਗਾ। ਹਾਂ ਹਾਂ ਠੀਕ ਹੈ, ਧਰਮ ਕੋਈ ਲਾ ਲਓ, ਚਾਹੇ ਉਹ ਹਿੰਦੂ ਧਰਮ ਲਾ ਲਓ, ਚਾਹੇ ਮੁਸਲਿਮ ਧਰਮ ਲਾ ਲਓ, ਚਾਹੇ ਸਿੱਖ ਲਾ ਲਓ, ਚਾਹੇ ਈਸਾਈ ਲਾ ਲਓ, ਇਹ ਧਰਮ ਦਾ ਮਤਲਬ ਹੈ ਸੱਚ। ਹਾਂ, ਜਿਹੜਾ ਬੰਦਾ ਚਾਹੇ ਆਪਣਾ ਹੋਵੇ ਚਾਹੇ ਬਾਹਰਲਾ, ਜਿਹੜਾ ਬੰਦਾ ਸੱਚ ਹੀ ਨਹੀਂ ਬੋਲ ਸਕਦਾ ਧਰਮੀ ਨਹੀਂ ਹੋ ਸਕਦਾ। ਕਿਤੇ ਇਹ ਤੇ ਨਹੀਂ ਹੋ ਸਕਦਾ ਵੀ ਜਿੱਦਾਂ ਸਿੱਖ ਲੰਬੀ ਲੜਾਈ ਲੜ ਚੁੱਕੇ ਆ ਕੌਮ ਦੇ ਹੱਕਾਂ ਲਈ ਤੇ ਸਿੱਖ ਚਾਹੁੰਦੇ ਵੀ ਡੈਮੋਕਰੇਟਿਕ ਤਰੀਕੇ ਨਾਲ ਵਿਚਰਿਆ ਜਾਵੇ, ਤੇ ਇਹ ਲੋਕ ਇਦਾਂ ਦੇ ਚਾਹੁੰਦੇ ਨੇ ਵੀ ਇਹ ਮਤਲਬ ਡੈਮੋਕਰੇਟਿਕ ਤਰੀਕੇ ਨਾਲ ਵਿਚਰੇ। ਇੱਕ ਗੱਲ ਕਲੀਅਰ ਆ, ਇਹਨਾਂ ਗੱਲਾਂ ਨੂੰ ਛੱਡੋ ਜਿਹੜੀਆਂ ਏਜੰਸੀਆਂ ਨਾ, ਹਾਂਜੀ, ਜਿਹੜੀਆਂ ਹਿੰਦੁਸਤਾਨ ਦੇ ਵਿੱਚ ਏਜੰਸੀਆਂ ਆ, ਉਹ ਮੈਜੋਰਿਟੀ ਵਿੱਚ ਜਿੰਨੇ ਏਜੰਸੀਆਂ ਦੇ ਵਿੱਚ ਆ ਜਾਂ ਤਾਂ ਨਿਰੰਕਾਰੀ ਆ ਜਾਂ ਇਹੋ ਜਿਹਾ ਰਾਜ ਸਵਾਮੀ, ਦੂਸਰੇ ਬੰਦੇ ਤਾਂ ਹੈ ਹੀ ਨੀ ਤੇ ਉਹ ਕਰਾਉਂਦੇ ਆ ਇਹ। ਹਾਂ, ਜਿੰਨੇ ਵੀ IP ਅਫਸਰ ਜਾਂ ਹੈਰਾ ਵਗੈਰਾ ਜੱਜ ਜਿਹੜੇ ਲੱਗੇ ਪੜ੍ਹ ਲਿਖ ਕੇ, ਕਿਉਂਕਿ ਉਹਨਾਂ ਦੇ ਇਹ ਸਕੂਲ ਸੀ, ਉਹਨਾਂ ਨੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਅੱਜ ਤੋਂ 25-30 ਸਾਲ ਪਹਿਲਾਂ ਸਾਰਾ ਕਾਮਰੇਡਾਂ ਦੇ ਹੱਥ ਪੰਜਾਬ ਹੁੰਦਾ ਸੀ, ਜਿੰਨੇ ਪ੍ਰੋਫੈਸਰ ਹੁੰਦੇ ਸੀ। ਜੇ ਇੱਕ ਪਾਸੇ ਦੇਸ਼ ਦੇ ਹੁਕਮਰਾਨ ਚਾਹੁੰਦੇ ਆ ਸ਼ਾਂਤੀ ਹੋਵੇ, ਕਸ਼ਮੀਰ 'ਚ ਸ਼ਾਂਤੀ ਹੋਵੇ, ਪੰਜਾਬ 'ਚ ਸ਼ਾਂਤੀ ਹੋਵੇ, ਆਸਾਮ 'ਚ ਸ਼ਾਂਤੀ ਹੋਵੇ, ਫਿਰ ਉਹਨਾਂ ਨੂੰ ਲੜਾਉਣ ਦਾ ਉਹਨਾਂ ਨੂੰ ਕੀ ਫਾਇਦਾ?
ਉਹਨਾਂ ਨੂੰ ਫਾਇਦਾ ਇਹ ਆ ਕਿ ਉਹਨਾਂ ਨੂੰ ਜਿਹੜੀ ਬਹੁਤ ਸਮਤੀ ਜਿਹੜੇ ਲੋਕ ਹੈ ਸਾਰੇ ਉੱਥੇ ਧਰਮੀ ਨਹੀਂ ਹੁੰਦੇ। ਠੀਕ ਹੈ, ਤੁਸੀਂ ਮੇਰੀ ਗੱਲ ਸਮਝੇ, ਬਹੁਤ ਸਮਤੀ ਧਰਮੀਆਂ ਦੀ। ਹੁਣ ਆਪਣੇ ਸਿੱਖਾਂ ਦੀ ਲਾ ਲਓ, ਸਿੱਖਾਂ ਦੇ ਸਿੱਖ ਪੈਰੀ ਉਸ, ਕਿਉਂਕਿ ਧਰਮੀ ਨੇ। ਠੀਕ ਹੈ ਨਾ, ਉਹ ਆਪਣੀਆਂ ਰੋਟੀਆਂ ਸਿੱਖਦੇ। ਕੀ ਤੁਸੀਂ ਰਾਜੇ ਵਰਗਿਆਂ ਨੂੰ ਧਰਮੀ ਸਮਝੋਗੇ? ਇਹ ਰੋਟੀਆਂ ਸੇਕਣ ਨੂੰ ਉੱਥੋਂ ਜਦੋਂ 84 ਵੇਲੇ ਅਸਤੀਫਾ ਦੇ ਕੇ ਆ ਗਿਆ, ਅੱਜ ਉਸੇ ਇੰਦਰਾ ਗਾਂਧੀ ਨੂੰ ਮਾਂ ਕਹਿਣ ਲੱਗ ਪਿਆ। ਇਹਨਾਂ ਬੰਦਿਆਂ ਦੇ ਸੰਤ ਕਹਿੰਦੇ ਹੁੰਦੇ, ਇਹ ਜਿਹੜੇ ਲੋਕ ਹੈ ਨਾ, ਇਹ ਗਾਉਂ ਵੇਲੇ ਗਧੇ ਨੂੰ ਪੇਤ, ਪੇ ਨੂੰ ਗਧਾ ਕਹਿ ਦਿੰਦੇ ਆ। ਤੇ ਇਹੋ ਜਿਹੀਆਂ ਜਿੱਦਾਂ ਸੂਰੀ ਵਰਗੇ ਬਿਆਨ ਦਿੱਤੇ ਆ, ਇਹਨਾਂ ਨੂੰ ਮਤਲਬ ਕੀ, ਤੁਹਾਡੇ ਵਿਚਾਰ ਕੀ ਆ, ਕਿੱਦਾਂ ਇਹਨਾਂ ਨੂੰ ਮਤਲਬ ਰੋਕਿਆ ਜਾਵੇ ਜਾਂ ਕੀ? ਮੇਰੀ ਗੱਲ ਸੁਣ, ਸਾਡਾ ਮਤਲਬ ਇਹ ਆ, ਇਹਨੂੰ ਕਿਸੇ ਨੇ ਦੇ ਲਿਓ, ਇਹਦਾ ਮਤਲਬ ਦਾ ਜਿਹੜਾ ਫਲ ਆ ਉਹ ਦੇ ਦੇਣਾ। ਅੱਛਾ, ਅਸੀਂ ਤਾਂ ਇੱਥੇ ਦੂਰ ਬੈਠੇ ਆ, ਉਹ ਚ ਕੋਈ ਨਾ ਕੋਈ ਨੇ ਇਹ ਸਿਰਫ ਜਿਹੜੇ ਹੈ ਨਾ। ਨਹੀਂ, ਪਰ ਜਦੋਂ ਏਦਾਂ ਦੀ ਗੱਲ ਹੋਊਗੀ ਤਾਂ ਮਾਹੌਲ ਤਾਂ ਖਰਾਬ ਹੀ ਹੋਊਗਾ ਨਾ ਪੰਜਾਬ। ਮੇਰੀ ਗੱਲ ਸੁਣੋ, ਇੱਕ ਮਿੰਟ, ਮਾਹੌਲ ਉੱਥੇ ਸੂਤ ਆ ਹੀ ਨਹੀਂ ਸਕਦਾ ਜਿੰਨਾ ਚਿਕਰ ਅਸੀਂ ਆਜ਼ਾਦ ਨਹੀਂ ਹੁੰਦੇ ਸਹੀ ਤਰ੍ਹਾਂ ਉੱਤੇ। ਠੀਕ ਠੀਕ ਹੈ ਨਾ, ਇਹਦਾ 100 ਹੱਥ ਰੱਸਾ ਸਿਰੇ ਤੇ ਗੱਲ, ਪਰ ਜਿੱਦਾਂ ਹੁਣ ਏਦਾਂ ਦੇ ਤੁਸੀਂ ਢਾਡੀ ਵੀ ਲਾਇਆ। ਇੱਕ ਮਿੰਟ, ਹਾਂਜੀ, ਸਿੱਖ ਫੜੇ, ਉਹਨਾਂ ਦੇ ਕੋਲ ਕੀ ਫੜਿਆ? ਸੰਤ ਜਰਨੈਲ ਸਿੰਘ ਦੀਆਂ ਬੁੱਕਾਂ ਫੜ ਲਈਆਂ। ਉਹਨਾਂ ਤੇ ਕਿਹੜੀ ਧਰਾਵਾਂ ਲਾਈਆਂ? ਲਾਈਆਂ ਕਿਹਨੇ? ਪੰਜਾਬ ਦੀ ਪੁਲਿਸ ਨੇ। ਠੀਕ ਠੀਕ ਹੈ, ਉਹਨਾਂ ਨੂੰ ਕਿਸੇ ਨੂੰ 15 ਸਾਲ, ਕਿਸੇ ਨੂੰ 14 ਸਾਲ ਅੰਦਰ ਲਈ ਦੇ ਦਿੱਤਾ। ਇੱਕ ਬੰਦਾ ਸ਼ਰੇ ਆਮ ਗੰਨ ਕੱਢ ਕੇ ਤੁਹਾਨੂੰ ਪਿਸਟਲ ਦਿਖਾਲਦਾ, ਹਾਂਜੀ, ਤੇ ਤੁਸੀਂ ਜਿਹੜੇ ਉੱਥੇ ਦੀ ਗੌਰਮੈਂਟ ਜਾਂ ਉੱਥੇ ਦੀ ਪੁਲਿਸ ਚੁੱਪ ਕਰਕੇ ਬੈਠੀ ਆ। ਨਹੀਂ, ਉਹਦੇ ਤੇ ਕਿਸੇ ਨੇ ਕਿਸੇ ਨੇ ਕੇਸ ਕੀਤਾ ਹੀ ਨਹੀਂ ਜਾਂ ਪੁਲਿਸ ਨੂੰ ਆਪੇ ਕਰਨਾ ਚਾਹੀਦਾ? ਨਹੀਂ, ਕੇਸ ਕਿਉਂ ਨਹੀਂ ਕੀਤਾ? ਲਿਖ ਕੇ, ਮੇਰੀ ਗੱਲ ਸੁਣੋ, ਫਿਰੋਜ਼ਪੁਰ ਆਪਣੇ ਪੰਥਕ ਦਲ ਦੀ ਯੂਨਿਟ ਨੇ DSSB ਨਾਲ ਟਾਈਮ ਬਣਾਇਆ, ਉਹ ਕਹਿੰਦਾ ਮੈਂ ਬਾਹਰ ਆ। ਠੀਕ, ਤੇ ਕੱਲ ਨੂੰ ਉਹਨਾਂ ਨੇ ਫੇਰ ਚੱਲ ਜਾਣਾ ਉੱਥੇ, ਕੇਸ ਉਹ ਨਹੀਂ ਕਰਨਾ, ਨਹੀਂ ਕੁਛ ਵੀ, ਦੇਖ ਲਿਓ। ਮਤਲਬ ਉਹ ਇਹੋ ਜਿਹੀਆਂ ਚੀਜ਼ਾਂ ਦਾ ਜਾਂ ਇਹੋ ਜਿਹੀਆਂ ਭੜਕਾਊ ਬਿਆਨ ਉਹ ਆਪ ਦਿਉਂਦੇ? ਉਹ ਆਪ ਲਵਾ ਰਹੇ ਹੈ ਨਾ, ਕਿਉਂਕਿ ਉਹਨਾਂ ਨੇ ਹੁਣ ਦੇਖੋ, ਮੈਂ ਤੁਹਾਨੂੰ ਇੱਕ ਹੋਰ ਦਿੰਦਾ, ਹਾਂ, ਇਹਦੇ ਵਿੱਚੋਂ ਬਹੁਤ ਪੈਸਾ ਪੁਲਿਸ ਨੇ ਕਮਾਉਣਾ। ਅੱਛਾ, ਤੁਸੀਂ ਸੋਚੋਗੇ ਇਹ ਕਿੱਦਾਂ? ਕਿਸੇ ਨੇ, ਕਿਸੇ ਬੰਦੇ ਨੇ ਇਹਨਾਂ ਨੂੰ, ਕਿਸੇ ਨੇ ਗੁੱਸੇ ਚ ਆਏ ਨੇ ਫੋਨ ਤੇ ਕੁਛ ਕਰ ਲੈਣਾ, ਕਿਸੇ ਨੇ ਕੁਛ, ਉਹ ਲੈ ਕੇ ਉਹਨਾਂ ਬੰਦਿਆਂ ਨੂੰ, ਨਿਆਣਿਆਂ ਨੂੰ, ਮੁੰਡਿਆਂ ਨੂੰ ਜਿਹੜੇ ਜੰਗ ਬਲਾਡੇ, ਉਹਨਾਂ ਨੂੰ ਚੱਕਣਗੇ, ਉਹਨਾਂ ਦੇ ਮਾਂ ਪੇ ਤੋਂ ਲੁੱਟਣਗੇ ਪੈਸੇ, ਫੜਾਓ ਤੁਹਾਡਾ ਮੁੰਡੇ ਤੇ ਨਹੀਂ, ਅਸੀਂ ਕੇਸ ਪਾ ਦੇਣਾ। ਪਰ ਲੋਕੀ ਹੁਣ ਜਿੱਦਾਂ ਪਹਿਲਾਂ ਜਦੋਂ ਚਲੋ ਏਦਾਂ ਦੇ ਭੜਕਾਊ ਬਿਆਨ ਆਉਂਦੇ ਆ ਵੀ ਸਿੱਖ ਅੱਗੇ ਨੂੰ ਸਮਝਦਾਰ ਹੋ ਨਹੀਂ ਗਿਆ, ਬਈ ਬਗੈਰ ਹੀ ਗੱਲ ਤੋਂ ਮਤਲਬ ਕੀ ਕਹਿੰਦੇ ਪਾਣੀ ਤੇ ਬਗੈਰ ਮੋਜੇ ਲਾ ਲੈਣਗੇ। ਨਹੀਂ ਨਹੀਂ, ਪਰ ਬਹੁਤ ਜਿਹੜੇ ਹੈ ਨਾ ਜੰਗ ਬਲੱਡ ਹੁੰਦਾ ਉਹਨਾਂ ਦੇ, ਉਹਨਾਂ ਕਿਉਂਕਿ ਉਹ ਸਾਰੇ ਇੱਕੋ ਜਿਹੇ ਨੀ ਹੁੰਦੇ, ਜਿਹੜੇ ਜਿਹਨਾਂ ਨੇ ਇਹਨਾਂ ਦੇ ਵਿੱਚ ਦੀ ਨਿਕਲ ਗਿਆ ਉਹ ਤਾਂ ਸੋਚਦੇ ਆ, ਜਿਹੜੇ ਜੰਗ ਬਲੱਡ ਆ ਨਾ, ਦੇਖ ਲਿਓ ਤੁਸੀਂ ਇੱਥੇ ਕਿਸੇ ਨੇ ਉਹਨੂੰ ਗਾਲਾਂ ਕੱਢਤੀਆਂ, ਤੈਨੂੰ ਸਾਰੇ ਛੱਡਣਾ ਨੀ, ਇਹ ਨੀ ਕਰਨਾ, ਉਹ ਨੀ ਕਰਨਾ, ਅਗਲੇ ਚੱਕ ਕੇ ਉਹੀ ਚੱਕ ਕੇ ਹੈ ਨਾ, ਇਹੋ ਤਾਂ ਉਹ ਚਾਹੁੰਦਾ ਵੀ ਮੈਨੂੰ ਮਿਲ ਜਾਣ ਤੇ ਇਹ ਮੈਂ ਦਿਖਾਲ ਕੇ ਕੋਰਟ ਵਿੱਚ ਸ਼ੋਅ ਕਰਕੇ ਮੈਂ ਗਨਮੈਨ ਲਵਾਂ। ਤੁਸੀਂ ਜਿੱਦਾਂ ਸਰਪੰਚ ਸਾਹਿਬ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਵੀ ਹਾਂ ਉਹਨਾਂ ਨੂੰ ਇਹ ਤੇ ਧਿਆਨ ਦੇਣਾ ਚਾਹੀਦਾ, ਜਾਂ ਕੇਂਦਰ ਸਰਕਾਰ ਆ ਉਹ ਇਹੋ ਜਿਹੇ ਲੋਕ ਜਿਹੜੇ ਬਿਆਨਬਾਜ਼ੀ ਕਰਕੇ ਭੜਕਾ? ਕਮਾਂਡਰ ਰਘਵੀਰ ਸਿੰਘ ਜੀ ਉਹਨੇ ਨੀ ਗਏ, ਸਾਡੇ ਕਹਿਣ ਨਾਲ ਨਹੀਂ ਕਰਨਾ, ਕੁੱਤੇ ਦੇ ਖੋਰਿਆ, ਨਾ ਬਾਦਲ ਕਿਆ ਨੇ ਕੀਤਾ ਇਹਨਾਂ ਨੂੰ, ਨਾ ਇਹਨਾਂ ਨੇ ਕਰਨਾ, ਇਹ ਭੁੱਲ ਜਾਓ। ਜੇ ਸਰਕਾਰਾਂ ਨਾ ਸਿੱਖਾਂ ਦੀ ਮਾੜਾ ਮੋਟਾ ਵੀ ਕਰਦੀਆਂ ਤੇ ਸਿੱਖੀ ਦਾ ਇੰਨਾ ਨੁਕਸਾਨ ਹੀ ਨਹੀਂ ਸੀ ਹੋਣਾ। ਤੇ ਕੀ ਜਿੱਦਾਂ ਇਹੋ ਜਿਹੇ ਲੋਕੀ ਬਿਆਨ ਦਿੰਦੇ ਆ, ਸਿੱਖੀ ਖਤਮ ਹੋ ਜਾਊਗੀ, ਸਿੱਖ ਖਤਮ ਕਰਦੇ ਹੋ ਜਾਣਗੇ ਜਾਂ ਮਸਲ ਦਿੱਤੇ ਜਾਣਗੇ? ਮੇਰੀ ਗੱਲ ਸੁਣੋ, ਇਸ ਸਿੱਖੀ ਨੂੰ ਖਤਮ ਕਰਨ ਵਾਲੇ ਮੀਰ ਮੰਨੂ ਵਰਗੇ ਆਏ ਜਿਨ੍ਹਾਂ ਨੇ ਸਿਰਾਂ ਦਾ ਮੁੱਲ ਪਾਇਆ, ਹਾਂਜੀ, ਅੱਜ ਤਾਈਂ ਹੋ ਗਏ ਖਤਮ? ਨਹੀਂ, ਮੇਰਾ ਤਾਂ ਸਵਾਲ ਆ ਤੁਹਾਨੂੰ ਵੀ ਇਹੋ ਜਿਹੇ ਬੰਦੇ ਲੋਕ ਮੈਂ ਕਹਿੰਦਾ ਸੋਚ ਵੀ ਨਹੀਂ ਸਕਦੇ। ਠੀਕ, ਸਿੱਖੀ ਕੋਈ ਖਤਮ ਕਰ ਦੋ, ਅਸੀਂ ਸੋਚ ਵੀ ਨਹੀਂ ਸਕਦੇ। ਠੀਕ, ਸਿੱਖੀ ਦਾ ਬੂਟਾ ਨੀ ਲਾਇਆ ਪਖੰਡੀ ਨੇ, ਮੇਰੀ ਗੱਲ ਸੁਣ, ਉਹ ਜਿਹੜੇ ਪੁੱਤਰਾਂ ਦੇ ਦਾਨੀ ਨੇ
ਸਾਰਾ ਪਰਿਵਾਰ ਵਾਰ ਕੇ ਸਿੱਖੀ ਦੇ ਉੱਧਰ ਕਿਹਾ ਸੀ ਇਨਪੁੱਤ ਰੰਗੇ ਸੀ ਇਸ ਪਰਿਵਾਰ ਦੀ ਸੁੱਤ ਚਾਰ ਚਾਰ ਮੂਹੇ ਤੁਕਿਆ ਪਿਆ ਜੀਵਿਤ ਹਜ਼ਾਰਾਂ ਚ ਲੱਖਾਂ ਦੀ ਗਿਣਤੀ ਚ ਬਾਹਰ ਸਿੱਖ ਬੈਠਾ। ਠੀਕ, ਸਿੱਖੀ ਨੀ ਖਤਮ ਹੋਣੀ, ਪਰ ਮੈਂ ਤੈਨੂੰ ਇੱਕ ਗੱਲ ਦੱਸ ਦੇਣਾ, ਜ਼ਾਲਮ ਨੇ ਨੀ ਰਹਿਣਾ ਬਾਲਾ ਚ। ਤੇ ਤੁਹਾਡਾ ਜਿੱਦਾਂ ਲੜਾਈ ਹਿੰਦੂ ਧਰਮ ਨਾਲ ਆ ਜਾਂ ਕਿ ਜਾਲਮ? ਬਿਲਕੁਲ ਨਹੀਂ, ਇਹ ਗੱਲ ਹਜੇ ਤੱਕ ਗੱਲ ਆ। ਸੰਤ ਵੀ ਕਹਿੰਦੇ ਸਾਡੀ ਲੜਾਈ ਹੈਗੀ ਆ ਜ਼ਾਲਮਾਂ ਨਾਲ। ਠੀਕ, ਚਾਹੇ ਉਹ ਕੀ, ਜੇ ਸਾਡੀ ਹਿੰਦੂਆਂ ਨਾਲ ਲੜਾਈ ਤਾਂ ਬੇਅੰਤੇ ਨੂੰ ਕਿਉਂ ਮਾਰਿਆ? ਠੀਕ, ਸਾਡੀ ਕਿਸੇ ਨਾਲ, ਸਾਡੀ ਤਾਂ ਲੜਾਈ ਜ਼ੁਲਮ ਦੇ ਨਾਲ ਆ, ਜਿਹੜੇ ਬੰਦੇ ਜ਼ੁਲਮ ਕਰਦੇ ਉਹਨਾਂ ਨਾਲ ਆ, ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ, ਕੋਈ ਹੋਵੇ, ਕੋਈ ਹੋਵੇ। ਠੀਕ ਹੈ ਜੀ, ਧੰਨਵਾਦ ਜੀ ਪਰਮਜੀਤ ਸਿੰਘ ਜੀ ਢਾਡੀ ਸਾਹਿਬ। ਆਖਿਰ ਦੇ ਵਿੱਚ ਕੋਈ ਹੋਰ ਗੱਲ ਰਹਿ ਗਈ ਹੋਵੇ ਉਹ ਵੀ ਕਰ ਸਕਦੇ ਹੋ? ਬਸ ਮੇਰੀ ਤਾਂ ਇਹੋ ਬੇਨਤੀ ਸਾਰੇ ਸਿੱਖਾਂ ਨੂੰ, ਜਿਹੜੀ ਅਸਲੀ ਸਾਨੂੰ ਮਹਾਰਾਜ ਨੇ ਨਾ ਜਿਹੜਾ ਕੰਮ ਕਿਹਾ ਉਹ ਕਰਨਾ ਚਾਹੀਦਾ। ਸਿੱਖ ਬਣੀਏ, ਅਮਰ ਛਕੀਏ, ਗੁਰੂ ਵਾਲੇ ਬਣੀਏ, ਔਰ ਆਪਣੇ ਧਰਮ ਵਿੱਚ ਪਰਪੱਕ ਰਹੀਏ, ਆਪਣੇ ਬੱਚਿਆਂ ਨੂੰ ਇਸ ਸਿੱਖੀ ਬਾਰੇ ਦੱਸੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ, ਗੁਰੂ ਘਰ ਚ ਬੱਚਿਆਂ ਨੂੰ ਲਿਆ ਕਰਨ ਤਾਂ ਕਿ ਗੁਰੂ ਘਰ ਨਾਲ ਜੁੜ ਸਕਣ। ਇੰਨੇ ਗੁਰਦੁਆਰੇ ਆ, ਜੇ ਅਸੀਂ ਐਡੇ ਐਡੇ ਗੁਰਦੁਆਰੇ ਬਣਾ ਕੇ ਸਾਡੇ ਬੱਚਿਆਂ ਨੂੰ ਇੱਥੇ ਗੁਰੂ ਘਰਾਂ ਚ ਨਾ ਲਿਆਂਦਾ ਤੇ ਇਹ ਗੁਰਦੁਆਰੇ ਵੀ ਚਰਚਾ ਨੂੰ ਨਾ ਵਿਹਲੇ ਰਹਿਣ। ਬਹੁਤ ਗੁਰਦੁਆਰੇ ਉਪਰਾਲਾ ਕਰਦੇ ਆ, ਤੇ ਪਰ ਮੈਂ ਗੁਰਦੁਆਰੇ ਵਾਲਿਆਂ ਨੇ ਕਮੇਟੀਆਂ ਨੂੰ ਨੀ, ਮੈਂ ਜਿਹੜੇ ਆਮ ਲੋਕ ਮੱਥਾ ਟੇਕਣ ਜਾਂਦੇ ਆ ਜਾਂ ਜਿਹੜੇ ਆਮ ਸਿੱਖ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਗੁਰੂ ਘਰ ਆਇਆ ਕਰੋ। ਬਹੁਤ ਬਹੁਤ ਧੰਨਵਾਦ ਜੀ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਸਨ ਭਾਈ ਪਰਮਜੀਤ ਸਿੰਘ ਜੀ ਢਾਡੀ ਸਾਹਿਬ, ਜਿਨ੍ਹਾਂ ਨੇ ਜੋ ਇੰਟਰਨੈਸ਼ਨਲ ਪੰਥਕ ਦਲ ਦੇ ਵੀ ਅੰਤਰਰਾਸ਼ਟਰੀ ਚੀਫ ਆਰਗਨਾਈਜ਼ਰ ਆ, ਤੇ ਉਹਨਾਂ ਨੇ ਗੱਲਬਾਤ ਕੀਤੀ ਆ। ਤੇ ਹੁਣ ਅਸੀਂ ਭਾਈ ਲਵਿਸ਼ਿੰਦਰ ਸਿੰਘ ਜੀ ਡੱਲੇਵਾਲ, ਉਹਨਾਂ ਨੂੰ ਕਾਲ ਲਾਉਂਦੇ ਹਾਂ, ਉਹਨਾਂ ਦੀ ਕਾਲ ਮਿਸ ਹੋਈ ਆ, ਸੋ ਦੇਖਦੇ ਹਾਂ ਜੇ ਉਹ ਕਾਲ ਚੱਕ ਲੈਣਗੇ ਤਾਂ ਆਪਾਂ ਇੱਦਾਂ ਹੀ ਜਿਹੜੇ ਹੋਰ ਕਾਲਾਂ ਵੀ ਮਿਸ ਹੋਈਆਂ ਉਹਨਾਂ ਨੂੰ ਵੀ ਜ਼ਰੂਰ ਲਾਈਨ 'ਤੇ ਲਵਾਂਗੇ। ਹਾਂਜੀ, ਅਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਹੀ ਜਿਹੜਾ ਕੋਈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਲਵਿਸ਼ਿੰਦਰ ਸਿੰਘ ਜੀ ਡੱਲੇਵਾਲ ਸਾਹਿਬ, ਠੀਕ ਠਾਕ ਹੋ ਜੀ? ਹਾਂਜੀ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਕਿੱਦਾਂ ਜੀ? ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਸੁਧੀਰ ਸੂਰੀ ਬਾਰੇ? ਇਹ ਸੁਧੀਰ ਸੂਰੀ ਹੋਇਆ ਜਾਂ ਉਹ ਨਿਸ਼ਾਂਤ ਸ਼ਰਮਾ ਹੋਇਆ? ਹਾਂਜੀ, ਇਹ ਹਿੰਦੂ ਧਰਮ ਦੇ ਕੁੱਤੇ ਹੈਗੇ ਆ ਇਹ, ਮਨਿੰਦਰ ਬਿੱਟਾ ਹੋਇਆ। ਹਾਂ, ਇਹਨਾਂ ਨੂੰ ਜੇ ਭੌਂਕਦੇ ਆ ਆਪਣੇ ਮਾਲਕ, ਜਦੋਂ ਇਹਨਾਂ ਨੂੰ ਜ਼ਬਰਕੀ ਦੇ ਦਿੰਦਾ ਆ ਹਿੰਦੂ ਧਰਮ ਮਾਲਕ ਇਹਨਾਂ ਦਾ, ਉਹਨਾਂ ਕੇ ਭੌਂਕ ਦਿੰਦੇ ਉਹਨਾਂ ਦੇ ਆਖੇ ਹੁੰਦੇ ਆ। ਜਿਸ ਤਰ੍ਹਾਂ ਮੁਸਲਮਾਨਾਂ ਵਿੱਚ ਬਹੁਤ ਚੰਗੇ ਬੰਦੇ ਹੈਗੇ ਆ, ਹਿੰਦੂਆਂ ਵਿੱਚ ਕਈ ਚੰਗੇ ਬੰਦੇ ਆ, ਕਿਉਂਕਿ ਧਰਮ ਤਾਂ ਸਾਰਿਆਂ ਨੂੰ ਸਾਰਿਆਂ ਦਾ ਪਿਆਰ ਸਿਖਾਉਂਦਾ, ਕਿਸੇ ਨਾਲ ਨਫ਼ਰਤ ਨਹੀਂ ਸਿਖਾਉਂਦਾ, ਪਰ ਇਹ ਲੋਕਾਂ ਨੇ ਲੱਕ ਬੰਨਿਆ ਕੇ ਨਫ਼ਰਤ ਫੈਲਾ ਕੇ ਤੇ ਸ਼ਾਇਦ ਅਸੀਂ ਆਪਣੇ ਆਪ ਨੂੰ ਵੱਡੇ ਹਿੰਦੂ ਦਵੀਆਂ ਦੇ ਜਿਹੜੇ ਹਤੈਸ਼ੀ ਆ ਉਹ ਸਾਬਤ ਕਰਾਂਗੇ ਤੇ ਉਹ ਸਾਨੂੰ ਉਹਨਾਂ ਵਿੱਚੋਂ ਕੋਲੋਂ ਕੋਈ ਖਰਾਦ ਮਾਏਗੀ। ਜਿੱਦਾਂ ਹੁਣ ਤੁਸੀਂ ਤਿੰਨ ਬੰਦਿਆਂ ਦਾ ਨਾਂ ਲਿਆ, ਜਿੱਦਾਂ ਸੂਰੀ ਦਾ ਤੇ ਨਿਸ਼ਾਂਤ ਸ਼ਰਮਾ ਦਾ ਤੇ ਮਨਜਿੰਦਰ ਬਿੱਟੇ ਦਾ, ਮਨਜਿੰਦਰ ਬਿੱਟਾ ਕਹਿੰਦਾ ਮੈਂ ਸਿੱਖ ਬਹੁਤ ਵਧੀਆ ਆ ਤੇ ਉਹ ਕਹਿੰਦੇ ਅਸੀਂ ਹਿੰਦੂ ਬਹੁਤ ਵਧੀਆ ਆ। ਹਾਂ, ਜਿੱਦਾਂ ਇੱਕ ਬਿੱਟੂ ਹੋ ਗਿਆ, ਬੈਜੰਤੇ ਦਾ ਪੁੱਤਾ ਹੋ ਗਿਆ, ਇੱਦਾਂ ਕਈ ਆ ਜਿਹੜੇ ਛੱਡੋ ਉਹਨਾਂ ਨੇ ਸੰਗਲੀਆਂ ਖੋਲ ਕੇ, ਜਿੱਥੋਂ ਉਹਨਾਂ ਜੀ ਕਰਦਾ ਉੱਥੋਂ ਥੋੜੇ ਭੌਂਕ ਦਿੰਦੇ ਆ, ਇਹ ਹੋਰ ਕੋਈ ਨੀ ਇਹਨਾਂ ਦਾ ਹੈਗਾ। ਪਰ ਇਹਨਾਂ ਦੀ ਪਰਵਾਹ ਨੀ ਕਰਨ ਦੀ ਲੋੜ ਹੈਗੀ, ਇਹ ਦੇਖੋ ਆਪਣੇ ਹਥਿਆਰ ਰੱਖਣਾ ਹਨਾ, ਇਹ ਕੋਈ ਵੀ ਰੱਖ ਸਕਦਾ, ਇਹ ਕੋਈ ਐਡੀ ਗੱਲ ਗੱਲ ਨੀ ਹੈਗੀ, ਗੱਲ ਪਤਾ ਤਾਂ ਚਲੋ ਪਤਾ ਤਾਂ ਚਲਾਉਣ ਵੇਲੇ ਲੱਗਣਾ ਹਨਾ, ਕਿੱਦਾਂ ਚੱਲਦਾ। ਠੀਕ ਹੈ, ਇਹ ਫੜ ਮਾਰ ਕੇ ਲੋਕਾਂ ਨੂੰ ਭੜਕਾ ਦੇਣਾ ਇਹ ਬਹੁਤ ਸੌਖਾ ਕੰਮ ਆ, ਪਰ ਜਦੋਂ ਚਲਾਉਣਾ ਪਰੰਤ ਪਤਾ ਤੇ ਉਦੋਂ ਲੱਗਣਾ ਕਿੱਦਾਂ ਚੱਲਦਾ ਹੁੰਦਾ। ਪਰ ਹੁਣ ਜਦੋਂ ਵਿਰੋਧ ਤਾਂ ਹੁਣ ਲੱਗ ਪਈ ਹੈ, ਤੂੰ ਕਹਿ ਰਿਹਾ ਮੈਂ ਬਿਆਨ ਹੀ ਦਿੱਤਾ ਹੀ ਨਹੀਂ, ਜਦੋਂ ਕੋਈ ਸ਼ਰੇਆਮ ਵੀਡੀਓ ਆ, ਸ਼ਰੇਆਮ ਵੀਡੀਓ ਵਿੱਚ ਕਹਿ ਰਿਹਾ, ਹੁਣ ਕਹਿੰਦਾ ਮੈਂ ਨਹੀਂ ਅੱਤਵਾਦੀਆਂ ਨੂੰ ਕਿਹਾ ਸੀਗਾ, ਅੱਤਵਾਦੀ ਕੌਣ ਆ?
ਡਰ ਗਿਆ ਜਾਂ ਉਹਨੂੰ ਕੋਈ ਹੋਰ ਫਿਕਰ ਪੈ ਗਿਆ ਵੀ ਕੀ ਗੱਲ ਕਾਹਦੇ ਕਹਿ ਰਿਹਾ? ਦੇਖੋ ਕੋਈ ਵੀ ਬੰਦਾ ਨਾ ਵੜਕ ਮਾਰ ਦਿੰਦਾ, ਚਾਹੇ ਹੁਣ ਆਹ ਵਿਵਾਦ ਗ੍ਰਸਤ ਪ੍ਰਚਾਰ ਕਿਹਾ ਕੋਈ ਢੱਡਰੀ ਵਾਲੇ ਦਾ ਚੇਲਾ ਉੱਠ ਉੱਠ ਕੇ ਕੁਛ ਕਹਿ ਦਿੰਦਾ, ਬੰਤਾ ਸਿੰਘ ਬਹਾਦਰ ਬਾਬਾ ਜੀ ਨੂੰ ਉਹਨੂੰ ਕਹਿ ਦਿੱਤਾ, ਮੁੜ ਕੇ ਜਦੋਂ ਉਹਨਾਂ ਦੀ ਆਤਮਾ ਕੰਬਰੀ ਆ ਇਕੱਲੇ ਬੈਠ ਕੇ ਕਿਤੇ ਮੈਂ ਗਲਤ ਬੋਲ ਆਇਆ, ਮੇਰੇ ਛਿੱਤਰ ਵੀ ਪੈ ਸਕਦੇ ਆ, ਗੁਰੂ ਸਾਹਿਬ ਅਤੇ ਸ਼ਹੀਦਾਂ ਪ੍ਰਤੀ ਮੈਂ ਗਲਤ ਬੋਲ ਕੇ ਅਪਮਾਨ ਵੀ ਕੀਤਾ, ਉਹ ਵੀ ਮੇਰੇ ਤੇ ਇੱਕ ਰੂਪੀ ਹੋ ਸਕਦੀ ਆ, ਇਹ ਕੰਬਦੇ ਆ ਵੀ ਘਰ ਜਾ ਲਾਂਟਾਂ ਨੂੰ ਪੈਂਦੀਆਂ ਆ ਸਮਾਜ ਵਿੱਚ, ਤੁਹਾਨੂੰ ਦਰ ਫਿੱਟੇ ਮੂੰਹ ਦੀ ਹੁੰਦੀ ਆ ਤੇ ਫਿਰ ਜਾ ਕੇ ਮਾਫ਼ੀ ਮੰਗ ਲੈਂਦੇ ਆ, ਪਰ ਇਹ ਮਾਫ਼ੀ ਮੰਗਣਾ ਗਲਤੀ ਕਰ ਲੈਣੀ ਇਹ ਕੋਈ ਏਡੀ ਗੱਲ ਨੀ ਹੈਗੀ ਗੱਲ, ਇਹ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਉਹਨਾਂ ਦੀ ਜਿਹੜੀ ਸਜ਼ਾ ਆ ਨਾ ਉਸ ਗਨਾਹ ਦੀ ਸਜ਼ਾ ਹੀ ਹੁੰਦੀ ਹੈ, ਮਾਫ਼ੀ ਨਹੀਂ ਹੁੰਦੀ, ਪਰ ਜੇ ਮਾਫ਼ੀਆਂ ਦਾ ਰੁਝਾਨ ਚੱਲ ਪਿਆ ਨਾ ਫਿਰ ਇਹ ਵੀ ਬੜਾ ਆਪਣੇ ਵਾਸਤੇ ਠੀਕ ਨੀ ਹੈਗਾ, ਤੇ ਕੋਈ ਨਾ ਕੋਈ ਜਿੱਦਾਂ ਤੁਸੀਂ ਦਰਸ਼ਿੰਦਰ ਸਿੰਘ ਜੀ ਜਿੱਦਾਂ ਮੂਵਮੈਂਟ ਦੇ ਨਾਲ ਹੋ ਤੇ ਰਹੇ ਵੀ ਆ ਪਹਿਲਾਂ ਜਾਂ 1984 ਤੋਂ ਪਹਿਲਾਂ ਵੀ ਇਹੋ ਜਿਹਾ ਮਾਹੌਲ ਸੀਗਾ ਪੰਜਾਬ ਦੇ ਵਿੱਚ ਵੀ ਜਦੋਂ ਕੱਚ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਨੇ ਦੁੱਕੀ ਤਿੱਕੀ ਖੈਲ ਨੀ ਦੇਣੀ ਸਿਰ ਤੇ ਪਗੜੀ ਰਹਿਣ ਨੀ ਦੇਣੀ, ਇਹੋ ਜਿਹਾ ਮਾਹੌਲ ਫਿਰ ਸਿਰਜਿਆ ਜਾ ਰਿਹਾ? ਬਿਲਕੁਲ ਇਹ ਚਾਹੁੰਦੇ ਆ ਵੀ ਉਹ ਜਿਹਾ ਮਾਹੌਲ ਸਰ ਕੇ ਜਿਹੜੀ ਜਿਹੜਾ ਪੰਜਾਬ ਆ ਉਹਨੂੰ ਵਿੱਚ ਹਿੰਦੂ ਤਵ ਦੇ ਰੰਗ ਵਿੱਚ ਪੂਰੀ ਤਰ੍ਹਾਂ ਦਾ ਰੰਗ ਦਈਏ ਨਾ, ਤੇ ਇਸੇ ਤਰ੍ਹਾਂ ਹੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਜਦੋਂ 1978 ਦਾ ਸਾਕਾ ਹੋਇਆ ਨਾ 13 ਅਪ੍ਰੈਲ 1978 ਨੂੰ ਤਰਕਧਾਰੀਆਂ ਦੇ ਨਾਲ, ਤੇ ਉਸ ਵੇਲੇ ਤੱਕ ਐਵਰੇਜ ਆ ਨਾ ਜਿਹੜੇ ਵਹੀਕਲ ਆ ਪੰਜਾਬ ਦੀ ਧਰਤੀ ਤੇ ਚੱਲਦੇ ਮੋਟਰਸਾਈਕਲ ਸਕੂਟਰ ਕਾਰਾਂ ਐਰਾ ਵਗੈਰਾ ਨਾ ਉਹ ਹਰ ਜਿਹੜਾ 15ਵੇਂ ਵਹੀਕਲ ਦੇ ਉੱਪਰ ਨਾ ਨਿਰੰਕਾਰੀ ਨੰਬਰ ਪਲੇਟ ਦੇ ਥੱਲੇ ਨਾ ਛੋਟਾ ਜਿਹਾ ਕਰਕੇ ਨਿਰੰਕਾਰੀ ਲਿਖਿਆ ਹੁੰਦਾ ਸੀ, ਤੇ ਜਦੋਂ ਉਹ ਮੋਟਰਸਾਈਕਲ ਸਟਾਰਟ ਹੋਏ ਨਾ ਸੰਤ ਜਰਨੈਲ ਸਿੰਘ ਜੀ ਖਾਲਸਾ ਭੰਨਰਾਂ ਵਾਲਿਆਂ ਨੇ ਮੋਟਰਸਾਈਕਲ ਸਟਾਰਟ ਕੀਤੇ, ਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਟਾਰਟ ਹੋਏਗਾ ਉਦਾਂ ਉਦਾਂ ਨੰਬਰ ਪਲੇਟਾਂ ਸਾਫ਼ ਹੋ ਗਈਆਂ। ਅੱਛਾ, ਕਿਉਂਕਿ ਜਿਹੜੀ ਸ਼ਕਤੀ ਹੁੰਦੀ ਆ ਉਸ ਮੂਵਮੈਂਟ ਦੀ ਸ਼ਕਤੀ ਹੁੰਦੀ ਆ ਜਾਂ ਸਰਕਾਰ ਦੀ ਸ਼ਕਤੀ ਹੁੰਦੀ ਆ, ਤੇ ਇਸ ਟਾਈਮ ਆਪਣੀ ਜਿਹੜੀ ਮੂਵਮੈਂਟ ਆ ਉਹ ਚ ਵੀ ਖੜੋਤਾ ਹੀ ਆ, ਤੇ ਦੂਜੇ ਪਾਸੇ ਸਰਕਾਰ ਵੀ ਆਪਣੀ ਜਿਹੜੀ ਕਾਤਲੀ ਸਰਕਾਰ ਆ, ਤੇ ਇਹੋ ਜਿਹੇ ਲੋਕਾਂ ਦਾ ਮਤਲਬ ਜਿਹੜੇ ਇਹੋ ਜਿਹੇ ਬਿਆਨ ਦਿੰਦੇ ਆ ਇਹਨਾਂ ਦਾ ਹੱਲ ਇਹੀ ਆ ਵੀ ਉਹਨਾਂ ਨੂੰ ਮਤਲਬ ਜਿੱਦਾਂ 1978 ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਹੋਇਆ ਹੋਰ ਕੋਈ ਹੱਲ ਇਹਦਾ ਹੈ ਹੀ ਨਹੀਂ ਇਸ ਗੱਲ ਦਾ ਨਾ, ਆਪਾਂ ਜੋ ਮਰਜ਼ੀ ਕਰੇ ਧਰਨੇ ਲੈ ਲਓ ਮਜ਼ਾਰੇ ਕਰ ਲਓ ਉਹਨਾਂ ਦਾ ਉਹਨਾਂ ਐਨਰਜੀ ਵੇਸਟ ਹੁੰਦੀ ਹੈ ਬਿਲਕੁਲ ਨਾ। ਅੱਛਾ ਜੀ, ਤੇ ਮੇਰੇ ਹਿਸਾਬ ਨਾਲ ਤਾਂ ਇਹੀ ਹੱਲ ਆ ਨਾ, ਤੇ ਹੁਣ ਬਰਗਾੜੀ ਮੋਰਚਾ ਲਾਇਆ ਧਰਨਾ ਲਾਇਆ 6:30 ਮਹੀਨੇ ਬੈਠੇ ਰਹੇ, ਉਹਨੀ ਪ੍ਰਾਪਤੀ ਥੋੜੀ ਹੋਈ ਜਿੰਨੀ ਹੋਣੀ ਚਾਹੀਦੀ ਸੀ ਜਿੰਨਾ ਉਹ ਚ ਕੌਮ ਦਾ ਸਰਮਾਇਆ ਕੌਮ ਦਾ ਸਮਾਂ ਵੇਸਟ ਹੋਇਆ ਨਾ। ਪਰ ਬਹੁਤ ਲੋਕਾਂ ਦਾ ਆਪਣੇ ਦਰਸ਼ਿੰਦਰ ਸਿੰਘ ਜੀ ਖਿਆਲ ਆ ਕਿ ਸਾਨੂੰ ਜਿੱਦਾਂ ਜਿਹੜੀ ਇਹ ਹਥਿਆਰਬੰਦ ਜੰਗ ਆ ਜਾਂ ਨਹੀਂ ਕਰਨੀ ਚਾਹੀਦੀ, ਸਾਨੂੰ ਡੈਮੋਕਰੇਟਿਕ ਤਰੀਕੇ ਨਾਲ ਜਿਹੜੀ ਪ੍ਰਾਪਤੀ ਕਰਨੀ ਚਾਹੀਦੀ ਹੈ। ਡੈਮੋਕਰੇਟਿਕ ਠੀਕ ਆ ਭਾਈ, ਆਪਾਂ ਲੜਾਈ ਝਗੜਾ ਤਾਂ ਨਹੀਂ ਕਰਨ ਦੇ ਹੱਕ ਦੇ ਵਿੱਚ, ਪਰ ਹੁਣ ਕੀਤਾ ਕੀ ਜਾਵੇ ਹੈ ਨਾ, ਹੁਣ ਇੱਕ ਪਾਸੇ ਤਾਂ 100-98 ਆ ਦੂਜੇ ਪਾਸੇ 2 ਆ, ਦੋ ਦੀ ਡੈਮੋਕਰੇਸੀ ਤਾਂ ਕੀ ਕਰੂਗੀ ਹੈ ਨਾ। ਔਰ ਜੇ ਆਪਾਂ ਇਸ ਸਿਧਾਂਤ ਨੂੰ ਲੈਣਾ ਨਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਾਂ ਨੂੰ ਸਿੱਧਾ ਹੁਕਮ ਕੀਤਾ ਚੂੰ ਕਾਰ ਅਜ ਹਮਾ ਹੀਲ ਤੇ ਦਰ ਗੋਸ਼ਤ ਹਲਾਲ ਅਸਤ ਬਰਦਰ ਵਾ ਸ਼ਮਸ਼ੀਰ ਦਸਤ, ਇਹਦੇ ਸਿੱਧੇ ਅਰਥ ਇਹ ਨਿਕਲਦੇ ਜਦੋਂ ਅਪੀਲ ਵਕੀਲ ਦਲੀਲ ਸਾਰੇ ਰਸਤੇ ਫੇਲ ਹੋ ਜਾਣ ਉਸ ਵੇਲੇ ਕਿਰਪਾਨ ਨੂੰ ਹੱਥ ਪਾਉਣਾ ਜਾਇਜ਼ ਆ, ਤੇ ਇਸੇ ਹੀ ਸਿਧਾਂਤ ਨੂੰ ਸਿੱਖਾਂ ਨੇ ਭਾਵੇਂ ਬਹੁਤੇ ਅੱਜ ਦੇ ਸਿੱਖ ਇਸ ਗੱਲ ਨੂੰ ਭਾਵੇਂ ਨਹੀਂ ਮੰਨਦੇ ਨਾ, ਪਰ ਜਿਹੜੀ ਯੂਨਾਈਟਿਡ ਨੇਸ਼ਨ ਆ ਨਾ ਸੰਯੁਕਤ ਰਾਸ਼ਟਰ ਆ ਜਿਹਦੇ ਵਿੱਚ ਤਕਰੀਬਨ 150 ਤੋਂ ਜ਼ਿਆਦਾ ਦੇਸ਼ ਉਹਦੇ ਵਿੱਚ ਸ਼ਾਮਿਲ ਆ, ਉਹ ਯੂਨਾਈਟਿਡ ਨੇਸ਼ਨ 248 ਸਾਲ ਬਾਅਦ ਲਗਭਗ 250 ਸਾਲ ਬਾਅਦ
10 ਦਸੰਬਰ 1948 ਵਾਲੇ ਦਿਨ ਆਪਣੇ ਮਨੁੱਖੀ ਅਧਿਕਾਰਾਂ ਦੇ ਚੈਪਟਰ ਵਿੱਚ ਦਰਜ ਕਰਦੇ ਆ ਕਿ ਜੇ ਕਿਸੇ ਵਿਅਕਤੀ ਨੂੰ ਬਗਾਵਤ ਦੇ ਰਾਹ ਪੈਣ ਤੋਂ ਰੋਕਣਾ ਤਾਂ ਸੰਬੰਧਿਤ ਸਟੇਟ ਉਹਦੇ ਮੁੱਢਲੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਹੁਕਮ ਆ ਉਹਦਾ ਹੀ ਦੂਜਾ ਰੂਪ ਆ ਇਹ। ਠੀਕ ਹੈ। ਉਹ ਵੀ ਇਹੀ ਕਹਿੰਦੇ ਭਾਈ ਬਗਾਵਤ ਕਰਨੀ ਜਾਇਜ਼ ਆ, ਉਹ ਕਹਿੰਦੇ ਜੇ ਬਗਾਵਤ ਨੂੰ ਰੋਕਣਾ ਤੇ ਉਹਦੇ ਲਈ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ। ਠੀਕ ਹੈ। ਤੇ ਜਿਸ ਤਰ੍ਹਾਂ ਹੁਣ ਆਪਾਂ ਸੂਰੀ ਦੀ ਗੱਲ ਕਰਦੇ ਹਾਂ, ਇਹੋ ਜਿਹੇ ਲੋਕਾਂ ਨੂੰ ਜਿੱਦਾਂ ਅੱਜ ਦੇ ਸਮੇਂ ਦੇ ਵਿੱਚ ਫਿਰ ਦੁਬਾਰਾ ਉਹੋ ਜਿਹਾ ਮਾਹੌਲ ਸਿਰਜਣਾ, ਇਹਨੂੰ ਕਿੱਦਾਂ ਰੋਕਿਆ ਜਾਵੇ? ਇਹਨੂੰ ਤਾਂ ਮੈਂ ਮੇਰੇ ਹਿਸਾਬ ਨਾਲ ਤਾਂ ਇੱਥੇ ਰੋਕ ਸਕਦੇ ਆ ਬੰਦੇ, ਉਦਾਂ ਤਾਂ ਮੁਸ਼ਕਲ ਆ ਨਾ। ਠੀਕ ਹੈ। ਹੁਣ ਦੇਖੋ ਆਪਣੇ ਸਿੱਖ ਕੌਮ ਦੇ ਨਾਇਕ ਭਾਈ ਹਰਦੀਪ ਸਿੰਘ ਤੇ ਭਾਈ ਹਰਮਨਦੀਪ ਸਿੰਘ ਬਗਾਸੀ ਦਾ ਜਿਹਨਾਂ ਨੂੰ ਕਹਿੰਦੇ ਆ, ਤੇ ਭਾਈ ਹਰਮਿੰਦਰ ਸਿੰਘ ਮਿੰਟੂ ਸ਼ਹੀਦ ਭਾਈ ਜਹਦਰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹੋਏ ਆ, ਸ਼ਹੀਦ ਭਾਈ ਹਰਬੀਰ ਸਿੰਘ ਹੋਏ ਆ PhD। ਹੁਣ ਇਹਨਾਂ ਨੇ ਐਕਟ ਕੀਤਾ ਆ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਵਕਤ ਪਾ ਦਿੱਤਾ। ਕਿੰਨੇ ਗਿਣਤੀ ਇਹਨਾਂ ਦੀ ਕਿੰਨੀ ਸੀਗੀ ਨਾ? ਠੀਕ ਹੈ। ਇੱਕ ਦਰਜਨ ਇਹਨਾਂ ਦੀ ਗਿਣਤੀ ਹੈ ਨਾ ਸੀਗੀ ਨਾ, ਤੇ ਇਹੀ ਇਸੇ ਕਰਕੇ ਵੀ ਇਹੋ ਜਿਹੀ ਜਿਹੜੀ ਘੱਟ ਗਿਣਤੀਆਂ ਵਾਸਤੇ ਨਾ ਉਹਨਾਂ ਵਾਸਤੇ ਇਹੀ ਰਾਹ ਹੁੰਦਾ ਆ। ਠੀਕ ਹੈ। ਜਾਂ ਕਿਸੇ ਤਰ੍ਹਾਂ ਸਰਕਾਰ ਉਹਨਾਂ ਦੇ ਆਪਣੀ ਸਰਕਾਰ ਬਣ ਜਾਵੇ ਉਹਨਾਂ ਦੀ ਆਪਣੀ, ਜਾਂ ਉਹਨਾਂ ਦੀ ਮੂਵਮੈਂਟ ਸਟਰੋਂਗ ਹੋ ਜਾਵੇ ਤੇ ਹੋਰ ਕੋਈ ਜਿਹੜਾ ਹੱਲ ਨਹੀਂ ਹੁੰਦਾ। ਪਰ ਜਦੋਂ ਲੋਕ ਇਸ ਰਸਤੇ ਵੱਲ ਨੂੰ ਤੁਰਦੇ ਜਾਂ ਉਹਨਾਂ ਨੂੰ ਹੁਣ ਇੰਗਲੈਂਡ ਦੇ ਵਿੱਚ ਵੀ ਇਹੋ ਜਿਹੀਆਂ ਹੈਪਨ ਹੋਏ ਆ, ਆਪਾਂ ਮੀਡੀਆ ਤੇ ਵੀ ਦੇਖਿਆ ਬਈ, ਤੇ ਜੇ ਨੌਜਵਾਨ ਇਸ ਪਾਸੇ ਨੂੰ ਤੁਰਦੇ ਤੇ ਉਹਨਾਂ ਦੇ ਘਰਾਂ ਦੇ ਛਾਪੇ ਮਾਰੇ ਜਾਂਦੇ। ਉਹ ਦੇਖੋ ਏਦਾਂ ਤਾਂ ਇਹ ਤਾਂ ਹੁੰਦਾ ਹੀ ਆਇਆ ਨਾ, ਇਸ ਰਾਹ ਪੈਣਾ ਉਹ ਤਕਲੀਫਾਂ ਤਾਂ ਆਉਂਦੀਆਂ ਆਪਾਂ ਨੂੰ ਪਤਾ ਇਸ ਗੱਲ ਦੀਆਂ ਨਾ, ਪਰ ਇਹ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਹੈ ਨੀਗਾ ਨਾ। ਹੁਣ ਜਿਹੜੇ ਨੌਜਵਾਨ ਇੱਥੇ ਇੰਗਲੈਂਡ ਦੀ ਧਰਤੀ ਤੇ ਆ, ਹੁਣ ਇੱਥੇ ਦੇ ਬੋਰਨ ਨੌਜਵਾਨ ਆ, ਉਹ ਇੱਥੇ ਦੇ ਜੰਮੇ ਪਲੇ ਆ, ਇੱਥੇ ਦੇ ਪੜ੍ਹੇ ਆ, ਕੁਝ ਯੂਨੀਵਰਸਿਟੀਆਂ 'ਚ ਗਏ ਆ, ਉਹ ਬੜੀਆਂ ਸੋਹਣੀਆਂ ਜੋਬਾਂ ਕਰਦੇ ਆ ਨਾ, 50-50 ਹਜ਼ਾਰ ਲੱਖ ਪਾਉਂਡ ਦੀਆਂ ਤਨਖਾਹਾਂ ਉਹਨਾਂ ਦੀਆਂ, ਉਹ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਆ ਔਰ ਸਿੱਖ ਹੱਕਾਂ ਹਿੱਤਾਂ ਤੇ ਕੌਮੀ ਆਜ਼ਾਦੀ ਨੂੰ ਸਮਰਪਿਤ ਆ ਪੂਰੀ ਤਰ੍ਹਾਂ ਦੇ ਨਾਲ। ਉਹਨਾਂ ਨੂੰ ਨਾ ਤਾਂ ਉਹਨਾਂ ਨੂੰ ਪੈਸੇ ਦੀ ਲੋੜ ਆ, ਨਾ ਕੋਈ ਕੁਰਸੀ ਦੀ ਲੋੜ ਆ ਕਿਸੇ ਚੀਜ਼ ਦੀ, ਉਹ ਐਨ ਪੂਰੀ ਤਰ੍ਹਾਂ ਨਿਸ਼ਕਾਮ ਹੋ ਕੇ ਤੁਰੇ ਆ, ਚਾਹੇ ਉਹ ਸਿੱਖੀ ਡੋਸਪਾਇਰ ਵਾਲੇ ਆ, ਚਾਹੇ ਸਿੱਖ ਜੂਥ ਜੁਗੇ ਵਾਲੇ ਆ, ਚਾਹੇ ਨੈਵਰ ਫੋਰਗੇਟ 84 ਜਿੰਨੇ ਵੀ ਨੌਜਵਾਨ ਹੈਗੇ ਆ ਨਾ, ਉਹਨਾਂ ਦੀਆਂ ਮੁਖਬਰੀਆਂ ਕਰਨੀਆਂ ਜਾਂ ਉਹਨਾਂ ਨੂੰ ਤੰਗ ਕਰਨਾ, ਪੁਲਿਸ ਦੇ ਘਰੋਂ ਤੰਗ ਕਰਵਾਉਣਾ, ਬਹੁਤ ਵੱਡਾ ਗੁਨਾਹ ਆ ਜਿਹੜੇ ਵੀ ਲੋਕ ਕਰਦੇ ਆ। ਮੈਂ ਤਾਂ ਇਹੀ ਕਹਿੰਦਾ ਵੀ ਜਿਹੜਾ ਬੰਦਾ ਨੌਜਵਾਨਾਂ ਦੀ ਵਿਰੋਧਤਾ ਕਰਦਾ ਨਾ, ਉਹ ਆਪਣੀ ਕੌਮ ਦੇ ਭਵਿੱਖ ਦਾ ਕਾਤਲ ਆ ਸਿੱਧੇ ਲਫ਼ਜ਼ਾਂ ਵਿੱਚ। ਪਰ ਜੇ ਇੱਕ ਪਾਸੇ ਬੰਦਾ ਕੋਈ ਹਥਿਆਰ ਨਹੀਂ ਚੱਕ ਰਿਹਾ, ਕੋਈ ਗੱਲ ਨਹੀਂ ਕਰ ਰਿਹਾ, ਕਿਤੇ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਆ ਰਹੀ, ਕੋਈ ਗੱਲ ਨਹੀਂ ਹੋ ਰਹੀ ਉਹਨਾਂ ਨੂੰ, ਉਹਨਾਂ ਨਾਲ ਜਿੱਦਾਂ ਤੁਸੀਂ ਇਹ ਦੱਸਿਆ ਇੱਦਾਂ ਹੋ ਰਹੀ ਆ, ਦੂਜੇ ਪਾਸੇ ਕਈ ਵਿਅਕਤੀ ਆ ਉਹਨਾਂ ਦੇ ਸ਼ਰੇਆਮ ਮੀਡੀਆ ਦੇ ਵਿੱਚ ਗੰਨਾ ਲੈ ਕੇ AK-47 ਲੈ ਕੇ ਫੋਟੋਆਂ ਵੀ ਲਾਈਆਂ ਜਾਂਦੀਆਂ ਤੇ ਉਹਨਾਂ ਨੂੰ ਕੋਈ ਗੱਲ ਨਹੀਂ ਕਹੀ ਜਾਂਦੀ, ਇਹਨੂੰ ਕੀ ਸਮਝਿਆ ਜਾਵੇ? ਉਹਨਾਂ ਦੇ ਹੁਣ ਬਸ ਆਪਾਂ ਇਤਿਹਾਸ ਜਿਹੜੇ ਮੌਜੂਦਾ ਇਤਿਹਾਸ ਤੋਂ ਇੱਕ ਹੀ ਧਾਰਨਾ ਆਪਾਂ ਲੈ ਸਕਦੇ ਹਾਂ ਭਾਈ, ਜਦੋਂ ਪੰਜਾਬ ਸਰਕਾਰ ਨੇ ਨਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ ਤੇ ਉਹਨਾਂ ਦੇ ਸਾਥੀਆਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਸਾਰੇ ਹਨਾ, ਤੇ ਦੂਜੇ ਪਾਸੇ ਉਮਰਾ ਲੰਗਰ ਨੂੰ ਲਾਇਸੈਂਸ ਇਸ਼ੂ ਕਰ ਦਿੱਤੇ ਸੀਗੇ ਉਹਦੇ ਸਾਥੀਆਂ ਨੂੰ। ਉਹ ਤੋਂ ਬਾਅਦ ਜਿਹੜੇ ਅਕਾਲੀ ਵਾਲੇ ਜਦੋਂ ਸੰਤਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਕਾਂਗਰਸ ਦਾ ਏਜੰਡੇ ਆ, ਸੰਤ ਕਹਿੰਦੇ ਮੇਰੀ ਇੱਕ ਮਿਸਾਲ ਨੋਟ ਕਰ ਲਓ ਭਾਈ, ਮੇਰੇ ਲਾਇਸੈਂਸ ਕੈਂਸਲ ਆ, ਉਮਰਾ ਲੰਗਰ ਵਾਲਿਆਂ ਦੇ ਲਾਇਸੈਂਸ ਬਣ ਗਏ ਆ। ਭਾਈ ਹਰਮਿੰਦਰ ਸਿੰਘ ਮਿੰਟੂ ਬਹੁਤ ਹੀ ਵਧੀਆ ਬੰਦਾ ਸੀ, ਭਾਈ ਹਰਮੀਤ ਸਿੰਘ PhD ਬਹੁਤ ਵਧੀਆ ਇਨਸਾਨ ਹੋਏ ਆ, ਔਰ PhD ਦੀ ਜਿਹੜੀ ਡਿਗਰੀ ਆ ਨਾ ਉਹ ਪੰਜਾਬ ਦੇ ਵਿੱਚ ਸੈਂਕੜਿਆਂ ਵਿੱਚੋਂ ਨਹੀਂ ਬਲਕਿ ਹਜ਼ਾਰਾਂ ਚੋਂ ਇੱਕ ਬੰਦੇ ਨੂੰ ਮਿਲਦੀ ਆ, ਉੱਥੇ ਤਾਂ ਕੋਈ ਪਹੁੰਚਦਾ ਨਹੀਂ। ਤਾਂ BA
ਬੀਐਡ ਐਮਏ ਐਮਐਡ ਇੱਥੋਂ ਤੱਕ ਇੱਥੇ ਤੱਕ ਹੀ ਜਾਂਦੇ ਆ ਆਪਣੇ ਨੌਜਵਾਨ, ਕੋਈ ਕੋਈ ਵੀ ਜਾਂਦਾ, ਪਰ ਪੀਐਚਡੀ ਤਾਂ ਬਹੁਤ ਅਹਿਮੀਅਤ ਵਾਲੀ ਗੱਲ ਆ। ਤੇ ਮੇਰੇ ਹਿਸਾਬ ਨਾਲ ਤਾਂ ਪੀਐਚਡੀ ਵਾਲੀ ਬਹੁਤ ਹੀ ਗਿਣਤੀ ਦੇ ਦੋ ਚਾਰ ਆਪਣੇ ਸਿੰਘ ਹੋਏ ਆ ਜਿਹੜੇ ਜਿਹਨਾਂ ਨੇ ਇਸ ਡਿਗਰੀ ਨੂੰ ਪ੍ਰਾਪਤ ਕੀਤਾ ਹੋਵੇਗਾ। ਸੋ ਇਹੋ ਜਿਹਾ ਪੜ੍ਹਿਆ ਲਿਖਿਆ ਬੰਦਾ ਜਦੋਂ ਮੂਵਮੈਂਟ ਵਿੱਚ ਆਉਂਦਾ ਆ ਔਰ ਆਪਣੀ ਜਾਨ ਦੇ ਜਾਂਦਾ, ਹੋਰ ਆਪਾਂ ਉਹ ਤੋਂ ਕੀ ਆਪਾਂ ਆਸ ਰੱਖ ਸਕਦੇ ਹਾਂ, ਵੀ ਹੋਰ ਕੀ ਕਰੇ ਉਹ। ਨਵਿਸ਼ਿੰਦਰ ਸਿੰਘ ਜੀ, ਜਿੱਦਾਂ ਤੁਸੀਂ ਫੈਡਰੇਸ਼ਨ ਆਫ ਸਿੱਖ ਆਰਗਨਾਈਜੇਸ਼ਨ ਦੇ ਕੋਆਰਡੀਨੇਟਰ ਵੀ ਆ ਤੇ ਇੱਕ ਪ੍ਰੋਗਰਾਮ ਵੀ ਮੈਂ ਦੇਖਿਆ ਮੀਡੀਆ ਦੇ ਵਿੱਚ ਜਿੱਦਾਂ ਆ ਰਿਹਾ ਕਿ ਇਹਨਾਂ ਦੇ ਸ਼ਹੀਦਾਂ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਆਪਣੇ ਹਾਈ ਸਟਰੀਟ ਸਮਾਧ ਦੇ ਗੁਰਦੁਆਰੇ, ਉਹਦੇ ਬਾਰੇ ਵੀ ਦੱਸਣਾ ਚਾਹੋਗੇ ਕੁਝ? ਹਾਂਜੀ ਬਿਲਕੁਲ, 28 ਤਰੀਕ ਨੂੰ ਨਾ 28 ਫਰਵਰੀ ਨੂੰ ਸ਼ੁੱਕਰਵਾਰ ਨੂੰ ਇਹਨਾਂ ਆਪਣੇ ਭਾਈ ਹਰਮੀਤ ਸਿੰਘ ਪੀਐਚਡੀ ਤੇ ਨਕੋਦਰ ਸਾਕੇ ਦੇ ਸ਼ਹੀਦ ਆ ਜਿਹੜੇ ਚਾਰ ਹੋਏ ਉਹਨਾਂ 4 ਫਰਵਰੀ 1986 ਨੂੰ ਹੋਏ ਸੀ, ਉਹਨਾਂ ਦੀ ਯਾਦ ਦੇ ਵਿੱਚ ਭਾਈ ਪਰਮਜੀਤ ਸਿੰਘ ਭਿਓਰਾ ਦੀ ਮਾਂ ਦਾ ਚੜ੍ਹਾਈ ਕਰ ਗਏ ਸੀ ਪਿਛਲੇ ਮਹੀਨੇ, ਉਹਨਾਂ ਦੀ ਯਾਦ ਦੇ ਵਿੱਚ ਅਤੇ ਆਪਣੇ ਭੰਡਰਾਵਾਲਾ ਟਾਈਗਰ ਫੋਰਸ ਦੇ ਮੁਖੀ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਯਾਦ ਨੂੰ ਸਮਰਪਿਤ ਨਾ ਇਹ ਸਮਾਗਮ ਆਪਾਂ ਕਰ ਰਹੇ ਹਾਂ, ਜਿਹਨਾਂ ਦੀ ਯਾਦ ਦੇ ਵਿੱਚ ਅਖੰਡਪੁਰ ਸਾਹਿਬ 28 ਫਰਵਰੀ ਨੂੰ ਆਰੰਭ ਹੋਣਗੇ ਤੇ 1 ਮਾਰਚ ਨੂੰ ਭੋਗ ਪੈਣਗੇ ਤੇ ਭੋਗ ਤੋਂ ਬਾਅਦ ਫਿਰ ਆਪਾਂ ਦੀਵਾਨ ਸਜਾਵਾਂਗੇ, ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਆਗੂ ਤੇ ਢਾਡੀ ਰਾਗੀ ਢਾਡੀ ਉਹ ਹਾਜ਼ਰੀ ਭਰਨਗੇ। ਬਹੁਤ ਬਹੁਤ ਧੰਨਵਾਦ ਜੀ। ਆਖਰ ਦੇ ਵਿੱਚ ਜਿੱਦਾਂ ਆਪਾਂ ਗੱਲ ਦਾ ਮੁੱਦਾ ਚਲੋ ਇਹ ਵਿੱਚ ਗੱਲ ਕਰਨੀ ਜ਼ਰੂਰੀ ਸੀ ਜਿਹੜੀ ਤੁਸੀਂ ਕੀਤੀ ਹੈ, ਪਰ ਸੂਰੀ ਵਰਗੇ ਜਾਂ ਕਿਸੇ ਕੋਈ ਵੀ ਬੰਦਾ ਜਿਹੜਾ ਸਿੱਖੀ ਨੂੰ ਖਤਮ ਕਰਨ ਲਈ ਜਿੱਦਾਂ ਸੁਪਨੇ ਲੈ ਰਿਹਾ, ਕਦੀ ਹੋ ਸਕਦੇ ਪੂਰੇ? ਇਹ ਸੁਪਨੇ ਲੈਂਦਾ ਰਹਿੰਦਾ, ਜਗਰੀਆ ਖਾਨ ਚਲੇ ਗਿਆ, ਅਬਦਾਲੀ ਚਲੇ ਗਿਆ, ਮੀਰ ਮਨੂ ਚਲ ਗਿਆ ਹੈ ਤੇ ਆਪਣੀ ਇੰਦਰਾ ਗਾਂਧੀ ਚਲੇ ਗਈ, ਇੱਕ ਥੋੜੀ ਹਜ਼ਾਰਾਂ ਬੰਦੇ ਚਲੇ ਗਏ। ਇਹ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲਿਆਂ ਨੇ ਬਚਣਾ ਕਿ ਜਿਹੜੀ ਸਿੱਖ ਕੌਮ ਆ ਇਹ ਕੇਂਦਰੀ ਨਿਆਈ ਆ, ਜਿੰਨਾ ਇਹਨੂੰ ਕੋਈ ਦਬਾਊਗਾ ਉਨੀ ਜ਼ਿਆਦਾ ਉਭਰਨੀ ਆ। ਸੋ ਜਿੰਨਾ ਕੋਈ ਦਬਾਉਣ ਦੀ ਕੋਸ਼ਿਸ਼ ਕਰੇਗਾ ਉਨਾ ਜ਼ਿਆਦਾ ਇਹ ਉਭਰੇਗੀ। ਔਰ ਦੂਜੀ ਗੱਲ ਆਪਾਂ ਜਦੋਂ ਵੱਡਾ ਘੱਲੂਘਾਰਾ ਹੋਇਆ ਨਾ ਉਸ ਵੇਲੇ ਅੱਧੀ ਕੌਮ ਇੱਕ ਦਿਨ ਸ਼ਹੀਦ ਹੋ ਗਈ ਸੀਗੀ, ਅੱਧੀ ਕੌਮ ਆਪਣੇ ਭਾਣੇ ਅੰਦਰ ਬਤੀਤ ਕਰਾਉਣੀ। ਉਦੋਂ ਗਿਣਤੀ ਆਪਣੀ 30,000 ਬਚੀ ਸੀ, ਹੁਣ ਤਾਂ 30 ਮਿਲੀਅਨ ਆ, ਆਪਾਂ ਹੁਣ ਤਾਂ ਖਤਮ ਕਰਨ ਵਾਸਤੇ ਕੋਈ ਸੋਚ ਵੀ ਨੀ ਸਕਦਾ ਨਾ ਹੀ ਹੋਣੀ ਆ। ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਆਪਣੇ ਕੌਮ ਦਾ ਜਿਹੜਾ ਨਿਸ਼ਾਨਾ ਖਾਲਸਾ ਨਾ ਉਹਦੇ ਵਾਸਤੇ ਹਰੇਕ ਸਿੱਖ ਨੂੰ ਸਮਰਪਿਤ ਹੋਣ ਦੀ ਲੋੜ ਆ। ਬਹੁਤ ਬਹੁਤ ਧੰਨਵਾਦ ਜੀ ਲਵਸ਼ਿੰਦਰ ਸਿੰਘ ਜੀ, ਤੁਸੀਂ ਆਪਣੇ ਵਿਚਾਰ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਸਨ ਭਾਈ ਲਵਸ਼ਿੰਦਰ ਸਿੰਘ ਜੀ ਡੁੱਲੇਵਾਲ ਯੂਨਾਈਟਿਡ ਦਲ ਵੱਲੋਂ, ਤੇ ਜਿਹਨਾਂ ਨੇ ਆਪਣੇ ਵਿਚਾਰ ਦਿੱਤੇ ਆ। ਤੇ ਆਪਾਂ ਗੱਲਬਾਤ ਕਰਦੇ ਜਿਹੜੇ ਹੋਰ ਸਾਡੇ ਵੀਰ ਜਿਹਨਾਂ ਨੇ ਜਿਹਨਾਂ ਦੀਆਂ ਕਾਲਾਂ ਮਿਸ ਹੋਈਆਂ ਆਪਾਂ ਉਹਨਾਂ ਵੱਲ ਦੇਖਦੇ ਹਾਂ। ਹਾਂਜੀ, ਸਰਜੀਤ ਸਿੰਘ ਜੀ ਖੰਡਾ, ਸੁਖਮਿੰਦਰ ਸਿੰਘ ਜੀ ਹਾਂਜੀ ਬਰਾੜ ਸਾਹਿਬ, ਇਹਨਾਂ ਨਾਲ ਗੱਲ ਕਰਕੇ ਦੇਖਦੇ ਜੀ ਇਹਨਾਂ ਦੀ ਕਾਲ ਮਿਲ ਗਈ ਤਾਂ। ਹਾਂਜੀ, ਜਿਵੇਂ ਤੁਸੀਂ ਭਾਈ ਲਵਸ਼ਿੰਦਰ ਸਿੰਘ ਜੀ ਡੁੱਲੇਵਾਲ ਉਹਨਾਂ ਨੇ ਵਿਚਾਰ ਦਿੱਤੇ ਆ, ਸਾਰੇ ਨੇ ਵੀਰਾਂ ਭੈਣਾਂ ਨੇ ਵਿਚਾਰ ਦਿੱਤੇ ਆ, ਉਹ ਵਿਚਾਰ ਅਸੀਂ ਤੁਹਾਡੇ ਸਾਹਮਣੇ ਰੱਖੇ ਆ। ਉਹਨਾਂ ਨੇ ਦੱਸਿਆ ਕਿ ਇਹ ਤਾਂ ਸੁਪਨਾ ਹੀ ਆ, ਜਿਹੜਾ ਵੀ ਕੋਈ ਲੈਂਦਾ ਉਹ ਸੁਪਨਾ ਜ਼ਰੂਰ ਲੈ ਸਕਦਾ, ਪਰ ਇਹ ਸਿੱਖ ਕੌਮ ਜਿਹੜੀ ਆ ਖਤਮ ਨਹੀਂ ਹੋ ਸਕਦੀ। ਹਾਂਜੀ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਰਾੜ ਸਾਹਿਬ, ਸੁਖਮਿੰਦਰ ਸਿੰਘ ਜੀ ਬਰਾੜ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ। ਜੀ, ਅਸੀਂ ਇਸ ਮੁੱਦੇ ਤੇ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਸੁਧੀਰ ਸੂਰੀ ਆ ਉਹਨੇ ਬਿਆਨ ਦਿੱਤਾ ਸੀ ਕਿ 2% ਸਿੱਖ ਇਹਨਾਂ ਨੂੰ ਮਸਲ ਦਿਓ, ਤੇ ਉਹਦੇ ਆਪੋਜਿਟ ਕੱਲ੍ਹ ਬੀਬੀ ਦੇਵਾ ਠਾਕੁਰ ਨੇ ਬਿਆਨ ਦਿੱਤਾ ਸੀ ਬਈ
ਜਿਹੜੀ ਹਿੰਦੂਆਂ ਦੀ ਹੋਂਦ ਹੀ ਸਿੱਖਾਂ ਕਰਕੇ ਆ, ਸਿੱਖ ਗੁਰੂਆਂ ਕਰਕੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੀ ਫਤਿਹ ਸਾਂਝੀ ਕਰੀਏ ਤੇ ਕਹਿ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਰਗਵੀਰ ਸਿੰਘ ਜੀ, ਜਿਹੜਾ ਤੁਹਾਡਾ ਮੁੱਦਾ ਹੈ ਨਾ, ਇਹ ਬੜਾ ਸੰਜੀਦਗੀ ਵਾਲਾ ਮੁੱਦਾ ਹੈ। ਹਾਂਜੀ ਹਾਂਜੀ ਹਾਂਜੀ। ਤੇ ਜੇ 1984 ਤੋਂ ਲੈ ਕੇ ਇਹ ਜਿਹੜੀ ਸ਼ਾਂਤੀ ਦੇ ਨਾਲ ਸਿੱਖ ਰਹਿਣਾ ਸਿੱਖੇ ਸੀਗੇ, ਇਸ ਉਸ ਨੂੰ ਆ ਸ਼ਾਂਤੀ ਦੇ ਵਿੱਚ ਬਦਲਣ ਲਈ ਇਹ ਸਾਰਾ ਮੁੱਦਾ ਛਾਲਿਆ ਜਾ ਰਿਹਾ ਹੈ। ਅੱਛਾ ਜੀ, ਹਾਂਜੀ ਠੀਕ ਹੈ। ਤੇ ਦੂਸਰੀ ਗੱਲ ਇਹ ਹੈਗੀ ਆ ਵੀ ਜਿਹੜੀ ਗੱਲ ਤੁਸੀਂ ਕਹੀ ਆ ਸਾਧਵੀਰ ਜੀ ਬਾਰੇ, ਉਹਨਾਂ ਨੇ ਸੂਰੀ ਨੂੰ ਬੜਾ ਵਧੀਆ ਜਵਾਬ ਦਿੱਤਾ। ਠੀਕ ਹੈ, ਮੈਂ ਆਪਣੇ ਵੱਲੋਂ ਥੋੜੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਜ਼ਰੂਰ ਕਰੋ। ਤੇ ਗੱਲ ਇਹ ਹੈ ਕਿ ਦੁਨੀਆਂ ਦੇ ਵਿੱਚ ਚਾਰ ਕਿਸਮ ਦਾ ਨਸ਼ਾ ਹੈ। ਠੀਕ, ਹਾਂਜੀ ਹਾਂਜੀ। ਚਾਰਾਂ ਕਿਸਮਾਂ ਦੇ ਨਸ਼ੇ ਦੇ ਵਿੱਚੋਂ ਪਹਿਲਾ ਜਿਹੜਾ ਨਸ਼ਾ ਹੈਗਾ ਉਹ ਤਾੜੀ ਦਾ ਨਸ਼ਾ ਜਿਹੜਾ ਕਹਿੰਦੇ ਆ। ਅੱਛਾ ਜੀ। ਤਾੜੀ ਦਾ ਨਸ਼ਾ ਗਿਣਿਆ ਜਾਂਦਾ ਹੈਗਾ ਜਿਹੜਾ ਆਪਣੇ ਬੰਗਾਲ ਦੇ ਵਿੱਚ, ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ ਅਤੇ ਆਪਣੇ ਉੜੀਸਾ ਦੇ ਵਿੱਚ ਇਹ ਤਾੜੀ ਪੈਦਾ ਹੁੰਦੀ ਆ। ਠੀਕ ਹੈ। ਤੇ ਉਹਦੇ ਦਰਖਤ ਉਹਦਾ ਤਾੜੀ ਦਾ ਨਸ਼ਾ ਪੀਂਦੇ ਆ ਤੇ ਤਾੜੀ ਦਾ ਨਸ਼ਾ ਬੰਦੇ ਨੂੰ ਬੇਹੋਸ਼ ਕਰ ਦਿੰਦਾ। ਠੀਕ ਹੈ। ਪਰ ਜਿਹੜਾ ਉਹ ਨਸ਼ਾ ਹੈ ਨਾ ਉਹ ਥੋੜੇ ਚਿਰ ਲਈ ਬੇਹੋਸ਼ ਹੀ ਦਿੰਦਾ ਹੈ। ਠੀਕ, ਮਤਲਬ ਤੁਹਾਡੀ ਜ਼ਿੰਦਗੀ ਨੂੰ ਬੇਹੋਸ਼ ਕਰਦਾ ਗਾ, ਤੁਹਾਡੀਆਂ ਔਲਾਦਾਂ ਨੂੰ ਨਹੀਂ ਬੇਹੋਸ਼ ਕਰਦਾ। ਠੀਕ ਹੈ। ਦੂਸਰਾ ਨਸ਼ਾ ਹੈਗਾ ਹੈ ਫੀਮ ਦਾ ਨਸ਼ਾ। ਠੀਕ ਹੈ। ਜਿਹੜਾ ਫੀਮ ਦਾ ਨਸ਼ਾ ਹੈਗਾ ਹੈ ਉਹ ਬੰਦੇ ਨੂੰ ਬੇਹੋਸ਼ ਕਰਦਾ ਹੈ ਪਰ ਕਿਸੇ ਦਾ ਮੰਦਾ ਨਹੀਂ ਸੋਚਦਾ ਫੀਮ ਜਿਹੜਾ। ਠੀਕ ਹੈ। ਜਿਹੜਾ ਤੀਸਰਾ ਨਸ਼ਾ ਹੈਗਾ ਉਹ ਸ਼ਰਾਬ ਦਾ ਨਸ਼ਾ ਹੈ ਜਿਹਨੂੰ ਮੁਹੰਮਦ ਸਾਹਿਬ ਨੇ ਵੀ ਕੰਡੈਮ ਕੀਤਾ। ਠੀਕ, ਸਾਰੇ ਧਰਮ ਸ਼ਰਾਬ ਦੇ ਨਸ਼ੇ ਨੂੰ ਕੰਡੈਮ ਕਰਦੇ ਆ। ਠੀਕ ਹੈ। ਪਰ ਜਿਹੜਾ ਸਭ ਤੋਂ ਵੱਡਾ ਨਸ਼ਾ ਹੈਗਾ ਉਹ ਰਾਜਨੀਤੀ ਦਾ ਨਸ਼ਾ ਹੁੰਦਾ। ਠੀਕ ਹੈ। ਤੇ ਜਿਹੜੇ ਇਨਸਾਨ ਰਾਜਨੀਤਿਕ ਤੌਰ ਦੇ ਉੱਤੇ ਆਪਣੀ ਪਾਵਰ ਨੂੰ ਵਰਤਦੇ ਆ, ਹਾਂ ਹਾਂ, ਉਹ ਨਸ਼ਈ ਦੇ ਤੌਰ ਦੇ ਉੱਤੇ ਉਹ ਆਪਣੀ ਜ਼ਿੰਦਗੀ ਨਹੀਂ ਖਰਾਬ ਕਰਦੇ, ਆਉਣ ਵਾਲੀਆਂ ਨਸਲਾਂ ਜਿਹੜੀਆਂ ਕਈ ਸੈਂਕੜੇ ਨਸਲਾਂ ਦਾ ਦੀ ਜ਼ਿੰਦਗੀ ਬਰਬਾਦ ਕਰਦੇ ਆ। ਠੀਕ ਹੈ। ਇਹ ਜਿਹੜਾ ਆਪਣਾ ਇਤਿਹਾਸ ਆ ਪੁਰਾਣਾ, ਤੁਸੀਂ ਇਤਿਹਾਸ ਦੇਖੋ, ਔਰੰਗਜ਼ੇਬ ਦੀ ਹਿਸਟਰੀ ਪੜ੍ਹ ਕੇ ਦੇਖ ਲਓ। ਹਾਂ ਹਾਂ, ਹੈਨੇ ਪਹਿਲਾਂ ਉਹਨਾਂ ਨੇ ਰਾਜ ਕੀਤਾ ਪਰ ਜਦੋਂ ਉਹਨਾਂ ਨੂੰ ਰਾਜ ਦਾ ਨਸ਼ਾ ਚੜ ਗਿਆ, ਹਾਂ, ਤੇ ਉਹ ਰਾਜ ਦਾ ਨਸ਼ਾ ਉਹਨਾਂ ਨੂੰ ਇੱਥੋਂ ਤਾਂ ਹੀ ਲੈ ਗਿਆ ਕਿ ਅੱਜ ਉਹਨਾਂ ਦੀ ਜਾਣੇ ਕਿਸੇ ਉਹਨਾਂ ਦੀ ਸਲਤਨਤ ਦਾ ਬਾਰੇ ਕੋਈ ਇੰਡੀਆ ਦੇ ਵਿੱਚ ਖਤਮ ਹੋ ਗਈ, ਜਿੱਦਾਂ ਮਤਲਬ ਕੁੱਲ ਹੀ ਖਤਮ ਹੋ ਗਈ। ਹਾਂ, ਕੁੱਲ ਖਤਮ ਹੋ ਗਈ। ਠੀਕ, ਤੇ ਇਹ ਜਿਹੜਾ ਨਸ਼ਾ ਹੈ ਨਾ, ਜਿਹੜਾ ਨਸ਼ਾ ਸਾਡੀਆਂ ਰਾਜਨੀਤਿਕ ਪਾਰਟੀਆਂ ਨੂੰ ਚੜਿਆ ਹੈ 1947 ਤੋਂ ਬਾਅਦ, ਚਾਹੇ ਉਹ ਕਾਂਗਰਸ ਦੀ ਪਾਰਟੀ ਹੈ, ਚਾਹੇ ਉਹ ਜਿਹੜੀਆਂ ਨਵੀਆਂ ਪਾਰਟੀਆਂ, ਚਾਹੇ ਅਕਾਲੀ ਪਾਰਟੀ ਆ, ਹਾਂਜੀ 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 ਹਾਂਜੀ, ਇਹ ਸਾਰੀਆਂ ਰਾਜਨੀਤਿਕ ਨਸ਼ੇ ਦੇ ਵਿੱਚ ਆ ਕੇ ਲੋਕਾਂ ਦਾ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਤੇ ਤੁਲੀਆਂ ਹੋਈਆਂ। ਠੀਕ, ਹਾਂਜੀ ਹਾਂਜੀ। ਤੇ ਮੈਂ ਇਹਨਾਂ ਰਾਜਨੀਤਿਕ ਨਸ਼ੇ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਇਤਿਹਾਸ ਦੇ ਵਿੱਚ ਦੇਖਿਆ ਜਿਨ੍ਹਾਂ ਨੇ ਵੀ ਇਸ ਰਾਜਨੀਤਿਕ ਨਸ਼ੇ ਨੂੰ ਵਰਤਿਆ ਹੈ 1984 ਤੋਂ ਬਾਅਦ ਉਹਨਾਂ ਦਾ ਕੀ ਹਾਲ ਹੋਇਆ ਹੈ। ਠੀਕ, ਹੈਨਾ, ਹਾਂਜੀ। ਚਾਹੇ ਤਾਂ ਉਹ ਰਾਜਨੀਤਿਕ ਤੌਰ ਤੇ ਉਹਨਾਂ ਦੇ ਪੈਰ ਉੱਖੜ ਗਏ, ਹਾਂ, ਤੇ ਚਾਹੇ ਉਹਨਾਂ ਨੂੰ ਗੋਲੀ ਦਾ ਨਿਸ਼ਾਨਾ ਬਣਨਾ ਪਿਆ, ਮਤਲਬ ਉਹਨਾਂ ਨੂੰ ਮਤਲਬ ਇਹਦਾ ਜਾਨਾ ਭਰਨਾ ਪਿਆ।
ਭਰਨਾ ਪਿਆ ਹਨਾ, ਤੇ ਉਹ ਅਭਿਆਨਾਂ ਜਿਹੜੇ ਹੁਣ ਉਸ ਰਾਜਨੀਤਿਕ ਰਾਜਨੀਤਿਕ ਲੋਕਾਂ ਦੇ ਜਿਹੜੇ ਬੱਚੇ ਆ ਜਾਂ ਦੋਤਰੇ ਪੋਤਰੇ ਆ, ਜੇ ਅੱਜ ਉਹ ਆਪਣੇ ਰਾਜਨੀਤਿਕ ਨਸ਼ੇ ਦੇ ਵਿੱਚ ਉੱਠ ਕੇ ਕੌਮਾਂ ਨੂੰ ਵਿਗਾੜਦੇ ਆ, ਹਾਂਜੀ, ਤੇ ਉਹਨਾਂ ਨੂੰ ਵੀ ਕੱਲ ਨੂੰ ਇਹਦਾ ਅਭਿਆਨਾ ਭਰਨਾ ਪਵੇਗਾ। ਇਹ ਬਰਾੜ ਸਾਹਿਬ, ਤੁਸੀਂ ਇੱਕ ਬਹੁਤ ਵਧੀਆ ਸ਼ਾਇਰ ਹੋ, ਲਿਖਾਰੀ ਹੋ, ਇਤਿਹਾਸ ਤੋਂ ਜਾਣੂ ਆ। ਜੇ ਕੋਈ ਵਿਅਕਤੀ ਦੇਖੋ ਹੁਣ ਜਿਹੜਾ ਸੁਧੀਰ ਸੂਰੀ, ਉਹ ਵੀ ਕਹਿੰਦਾ ਮੈਂ ਹਿੰਦੂ ਹਾਂ, ਮੈਂ ਹਿੰਦੂ ਧਰਮ ਦੀ ਮਤਲਬ ਉਹਦੇ ਲਈ ਕੰਮ ਕਰ ਰਿਹਾ। ਦੂਸਰੇ ਪਾਸੇ ਸਾਧਵੀ ਦੇਵਾ ਠਾਕਰ ਜਿਹਨੇ ਕੱਲ ਬਿਆਨ ਦਿੱਤਾ, ਉਹ ਵੀ ਹਿੰਦੂ ਆ, ਤੇ ਸਮਝਿਆ ਜਾਵੇ ਬਿਆਨ ਮੈਂ ਸੁਣਿਆ ਸਾਧਵੀ ਦੇਵਾ ਠਾਕਰ ਦਾ, ਬਹੁਤ ਸੋਹਣਾ ਉਹਨਾਂ ਨੇ ਬਿਆਨ ਦਿੱਤਾ। ਮੇਰਾ ਸਵਾਲ ਇਹ ਆ ਕਿ ਇਹ ਇਹ ਹਿੰਦੂ ਆਪਾਂ ਕੀ ਸਮਝੀਏ ਕਿ ਹਿੰਦੂ ਧਰਮ ਵਾਲੇ ਸਾਡੇ ਖਿਲਾਫ਼ ਆ ਜਾਂ ਅਸੀਂ ਸਿੱਖ ਹਿੰਦੂ ਧਰਮ ਦੇ ਖਿਲਾਫ਼ ਆ? ਨਹੀਂ ਨਹੀਂ, ਨਾ ਸਿੱਖ ਹਿੰਦੂਆਂ ਦੇ ਵਰ ਖਿਲਾਫ਼ ਆ ਤੇ ਨਾ ਹੀ ਹਿੰਦੂ ਸਿੱਖਾਂ ਦੇ ਵਰ ਖਿਲਾਫ਼। ਠੀਕ, ਫਿਰ ਲੜਾਈ ਕੀ ਆ? ਨਸ਼ੇ ਵਾਲੀ ਗੱਲ ਕੀਤੀ ਆ ਨਾ, ਨਸ਼ਈ ਲੋਕ ਆ ਜਿਹੜੇ, ਇਹਨਾਂ ਨੂੰ ਰਾਜਨੀਤਿਕ ਨਸ਼ਾ ਚੜਿਆ ਹੋਇਆ। ਠੀਕ, ਉਹ ਆਪਣੀ ਕੁਰਸੀ ਨੂੰ ਕਾਇਮ ਰੱਖਣ ਲਈ ਹਨੇ ਸਾਡੇ ਵਿੱਚ ਵੰਡ ਪਾ ਕੇ ਸਾਡੇ ਲੋਕਾਂ ਦੀ ਦੁਰਵਰਤੋਂ ਕਰਕੇ ਸਾਡਾ ਖੂਨ ਖਰਾਬਾ ਕਰਨਾ ਚਾਹੁੰਦੇ। ਤੇ ਜਿਹੜੇ ਇਹੋ ਜਿਹੇ ਸੁਪਨੇ ਲੈਂਦੇ ਆ ਲੋਕ ਨਸ਼ੇ ਤਾਕਤ ਦੇ ਨਸ਼ੇ ਦੇ ਵਿੱਚ, ਉਹਨਾਂ ਦੇ ਸੁਪਨੇ ਸਾਕਾਰ ਹੋ ਸਕਦੇ? ਦੇਖੋ, ਮੈਂ ਪਹਿਲਾਂ ਇਤਿਹਾਸ ਦੀ ਗੱਲ ਕਰ ਚੁੱਕੇ ਆ। ਹਾਂ ਠੀਕ, ਜਿਨ੍ਹਾਂ ਦਾ ਤੁਸੀਂ ਹੁਣ 1984 ਦੇ ਬਾਅਦ ਬੇਅੰਤ ਸਿੰਘ ਦੀ ਗੱਲ ਦੇਖ ਲਓ। ਹਾਂ ਠੀਕ, ਹਨੇ ਹਾਂਜੀ, ਉਸ ਨੂੰ ਨਸ਼ਾ ਚੜਿਆ ਹੋਇਆ ਸੀ ਤੇ ਅੱਜ ਉਸਦਾ ਪੋਤਰਾ ਉਸੇ ਨਸ਼ੇ ਦੇ ਵਿੱਚ ਆਪਣੀ ਗੱਲ ਕਰ ਰਿਹਾ। ਠੀਕ ਹੈ, ਉਸਦੇ ਪੋਤਰੇ ਨੂੰ ਆਪਣੇ ਬਾਬੇ ਦੀ ਜਿਹੜੀ ਹਿਸਟਰੀ ਤੋਂ ਸਬਕ ਸਿੱਖਣਾ ਚਾਹੀਦਾ। ਠੀਕ, ਹਨੇ ਹਾਂਜੀ ਹਾਂਜੀ, ਪਰ ਇਹ ਹੀ ਸਬਕ ਆ ਜੀ, ਜਿਹੜਾ ਬੱਚਾ ਸਮਝਦਾਰ ਹੁੰਦਾ ਹੈ ਉਹ ਸਬਕ ਸਿੱਖਦਾ ਹੈ, ਤਾਂ ਗਾਂਹ ਉਹਨਾਂ ਦੀ ਔਲਾਦ ਵੀ ਚੰਗੇ ਕੰਮ ਕਰਦੀ ਹੈ। ਠੀਕ, ਤੇ ਜੇ ਉਹਨਾਂ ਦੇ ਪੈਰ ਉਖੜੇ ਹੋਣ ਹਾਂਜੀ, ਨਸ਼ੇ ਦੇ ਵਿੱਚ ਹੀ ਹੋਣ, ਉਹ ਵੀ ਬਾਬੇ ਵਾਲੇ ਨਸ਼ੇ ਵਿੱਚ ਹੀ ਤੁਰੇ ਫਿਰਨਗੇ, ਤੇ ਫਿਰ ਆਪਾਂ ਨੂੰ ਪਤਾ ਹੈ। ਤੇ ਦੂਸਰੇ ਪਾਸੇ ਜਿਹੜਾ ਸੂਰੀ ਸਾਹਿਬ ਨੇ ਬਿਆਨ ਦਿੱਤਾ ਹੈ ਕਿ 2% ਆ ਇਹਨਾਂ ਨੂੰ ਖਤਮ ਕਰ ਦਿਓ, ਉਹਨੂੰ ਇਸ ਗੱਲ ਦਾ ਬੜਾ ਭੁਲੇਖਾ ਹੈ ਕਿ ਦੋ ਸਿੱਖ ਜਿਹੜੇ ਆ ਨਾ ਉਹ ਆਪਣਾ ਰਾਜ ਕਾਇਮ ਕਰ ਸਕਦੇ ਆ। ਠੀਕ, ਦੋ ਸਿੱਖ ਆਪਣਾ ਪੁਰਾਣਾ ਇਤਿਹਾਸ ਤੈਨੂੰ ਪਤਾ ਹੀ ਆ। ਹਾਂਜੀ ਹਾਂਜੀ ਠੀਕ, ਹਨੇ ਹਾਂਜੀ ਹਾਂਜੀ, ਬੋਤਾ ਸਿੰਘ ਤੇ ਗਰਜਾ ਸਿੰਘ, ਬੋਤਾ ਸਿੰਘ ਹਾਂਜੀ, ਹਨੇ ਤੇ ਇਹ ਜੇ ਉਹ ਦੋ ਕਰ ਸਕਦੇ ਰਾਜ, ਤੇ ਇਹ ਜਿਹੜਾ ਖੂਨ ਆ ਨਾ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਸਾਡੇ ਵਿੱਚ ਸਪਿੱਟ ਭਰੀ ਹੈਗੀ ਆ, ਹਾਂਜੀ, ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਸਾਡੇ ਚ ਸਪਿੱਟ ਭਰੀ ਹੈ। ਹਾਂਜੀ, ਤੇ ਉਹ ਜਦੋਂ ਸਪਿੱਟ ਜਾਗੂਗੀ ਨਾ, ਹਾਂਜੀ, ਤੇ ਜਿਹੜੇ ਰਾਜਨੀਤਿਕ ਨਸ਼ੇ ਵਾਲੇ ਆ ਨਾ ਉਹਨਾਂ ਨੂੰ ਆਪਣੇ ਪੈਰਾਂ ਦੀ ਪੈ ਜਾਣੀ। ਠੀਕ ਹੈ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਜੀ ਬਰਾੜ ਸਾਹਿਬ, ਤੁਸੀਂ ਪ੍ਰੋਗਰਾਮ 'ਚ ਹਿੱਸਾ ਲਿਆ, ਅਤੇ ਕੁਝ ਹੋਰ ਕਹਿਣਾ ਚਾਹੁੰਦੇ ਲਾਸਟ ਦੇ ਵਿੱਚ ਕਹਿ ਸਕਦੇ? ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਨਾ, ਹਾਂਜੀ, ਉਹ ਹੁਣ ਬੜਾ ਸੋਹਣਾ ਹੈਗਾ, ਜਿਹੜੇ ਪੋਲੀਟੀਕਲ ਲੋਕ ਹੈ ਉਹਨੂੰ ਵਿਗਾੜਨ ਦੀ ਕੋਸ਼ਿਸ਼ ਨਾ ਕਰਨ, ਚਾਹੇ ਉਹ ਹਿੰਦੂ ਹੋਣ ਚਾਹੇ ਉਹ ਸਿੱਖ ਹੋਣ। ਠੀਕ ਹੈ, ਹਨੇ ਹਾਂਜੀ, ਤੇ ਦੂਸਰੇ ਪਾਸੇ ਮੈਂ ਜਿਹੜੇ ਧਾਰਮਿਕ ਅਦਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇਹਨਾਂ ਇਸ ਗੱਲ ਨੂੰ ਸਹਿਰਦਤਾ ਦੇ ਨਾਲ ਲੈ ਕੇ, ਹਾਂਜੀ, ਤੇ ਜਿਹੜੇ ਬੰਦੇ ਰਾਜਨੀਤਿਕ ਤੌਰ ਤੇ ਗਲਤੀ ਕਰ ਰਹੇ ਹਨ, ਸਰਕਾਰ ਨੂੰ ਵੀ ਚਾਹੀਦਾ ਹੈ ਉਹਨਾਂ ਨੂੰ ਸਜ਼ਾ ਦੇ ਭਾਗੀ ਬਣਾਉਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦਰਸ਼ਕੋ, ਇਹ ਸਨ ਸਾਡੇ ਮੇਰੇ ਬਹੁਤ ਹੀ ਪਰਮ ਪਿਆਰੇ ਮਿੱਤਰ ਸੁਖਮੰਦਰ ਸਿੰਘ ਜੀ ਬਰਾੜ, ਜੋ ਇੱਕ ਕਵੀ ਵੀ ਆ, ਉਹਨਾਂ ਨੇ ਆਪਣੇ ਵਿਚਾਰ ਜਿਹੜੇ ਤੁਹਾਡੇ ਸਾਹਮਣੇ ਰੱਖੇ ਆ, ਅਤੇ ਉਹ ਹੋਰ ਵੀ ਕਾਲਾਂ ਕਾਫੀ ਮਿਸ ਕਾਲ ਆ, ਅਤੇ ਸਰਜੀਤ ਸਿੰਘ ਜੀ ਖੰਡੇ ਖੰਡਾ, ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ। ਹਾਂਜੀ,
ਜਿਵੇਂ ਅਸੀਂ ਗੱਲਬਾਤ ਕੀਤੀ ਆ ਕਿ ਇਸ਼ੂ ਇਸ ਕਰਕੇ ਰੱਖਿਆ ਕਿ ਪਿਛਲੇ ਦਿਨ ਜਿਹੜਾ ਉਹਨਾਂ ਦਾ ਵਿਚਾਰ ਆਇਆ ਸੀ ਉਹਨੂੰ ਲੈ ਕੇ ਕਿ ਹੁਣ ਉਹ ਮੁੱਕਰਦੇ ਆ, ਪਹਿਲਾਂ ਹੀ ਇਹੋ ਜਿਹੀਆਂ ਗੱਲਾਂ ਨਾ ਕਰਨ, ਪਹਿਲਾਂ ਇਹੋ ਜਿਹਾ ਮਾਹੌਲ ਜਿਹੜਾ ਪੰਜਾਬ ਦਾ ਆ ਉਹਨੂੰ ਖਰਾਬ ਨਾ ਕਰਨ, ਅਤੇ ਤਾਂ ਕਰਕੇ ਕੋਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਿਛਲੇ ਦਿਨ ਕਿਹਾ ਸੀ ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ ਆਪਾਂ, ਤੁਹਾਡੀ ਕਾਲ ਮਿਸ ਕਾਲ ਹੋਈ ਸੀ ਇਸ ਕਰਕੇ ਕਾਲ ਕੀਤੀ, ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹਦੇ ਸੰਬੰਧ ਚ ਤਾਂ ਕਹਿ ਸਕਦੇ ਹੋ। ਮੈਂ ਇਹ ਗੱਲ ਕਹਿਣੀ ਚਾਹੁੰਦਾ ਭਾਈ ਰਘਵੀਰ ਸਿੰਘ ਜੀ ਵੀ ਦੇਖੋ ਇਹ ਸਮੇਂ ਪਰ ਸਮੇਂ ਨਾ ਇਹੋ ਜਿਹੇ ਲੋਕ ਇਹ ਤਿਆਰ ਕਰਕੇ ਪਲੈਂਟ ਕਰਕੇ ਲੋਕ ਇਹ ਰੱਖੇ ਹੋਏ ਉਹਨਾਂ ਨੇ ਤਿਆਰ ਕੀਤੇ ਹੋਏ ਆ ਇਹ, ਠੀਕ ਆ। ਇਹ ਸਿਰਫ ਦਾ ਸਿਰਫ ਨਾ ਲੋਕਾਂ ਚ ਦਹਿਸ਼ਤ ਪਾਉਣੀ ਚਾਹੁੰਦੇ ਆ, ਦਬਾਉਣਾ ਚਾਹੁੰਦੇ ਆ, ਲੋਕਾਂ ਨੂੰ ਦਹਿਸ਼ਤ ਪਾ ਕੇ ਡਰਾਉਣਾ ਚਾਹੁੰਦੇ ਆ, ਠੀਕ ਆ। ਸਾਰੇ ਲੋਕਾਂ ਨੂੰ ਪਤਾ ਏਦਾਂ ਕੋਈ ਕੌਮ ਕਦੀ ਕੋਈ ਖਤਮ ਹੋਈ ਆ, ਨਾ ਕੋਈ ਕਿਸੇ ਕੌਮ ਨੂੰ ਖਤਮ ਕਰ ਸਕਦਾ, ਠੀਕ ਆ। ਜਿਹੜਾ ਸਾਹਮਣੇ ਪਬਲਿਕ ਇਹ ਲੋਕ ਕਰ ਰਹੇ ਨਾ ਮੀਡੀਆ ਦੇ ਸਾਹਮਣੇ, ਇਹ ਇਹ ਨਜਾਣ ਨੇਗੇ ਵੀ ਅਸੀਂ ਗੱਲ ਕੱਢ ਕੇ ਲੋਕਾਂ ਨੂੰ ਦਿਖਾ ਰਹੇ ਹਾਂ, ਮੀਡੀਆ ਨੋਟ ਕਰ ਰਿਹਾ ਵਾ ਵੀ ਸਾਡੀ ਗੱਲ ਨੂੰ ਸਾਡੇ ਤੇ ਐਕਸ਼ਨ ਹੋ ਸਕਦਾ, ਇਹਨਾਂ ਨੂੰ ਸਾਰਾ ਇਹ ਕਿਉਂ ਕਰਦੇ ਤਾਂ ਉਹ ਮੈਂ ਦੱਸਦਾ ਕਿਉਂ ਕਰਦੇ ਆ। ਹਾਂਜੀ ਉਹਦਾ ਕਾਰਨ ਆ, ਮੈਂ ਪਿੱਛੇ ਸੁਣ ਰਿਹਾ ਸੀ ਢਾਡੀ ਜੀ ਵੀ ਤੇ ਸਰਪੰਚ ਜੀ ਵੀ ਸਾਰੇ ਵੀ, ਮੈਂ ਆ ਗਿਆ ਸੀ ਕਮਰੇ ਚ, ਇਹਦਾ ਕਾਰਨ ਇੱਕ ਤਾਂ ਦਹਿਸ਼ਤ ਪਾ ਰਿਹਾ ਤੇ ਦੂਜਾ ਇਹ ਕਰ ਰਿਹਾ ਵੀ ਜੇ ਇਹਦੇ ਨਾਲ ਕੋਈ ਇੱਕ ਅੱਧੀ ਘਟਨਾ ਵਾਪਰ ਜੇ, ਮੰਨ ਲਓ ਵੀ ਦੂਜੇ ਪਾਸਿਓਂ ਕਿ ਜਿਹੜਾ ਵਾ ਸਿੱਖ ਭਾਈਚਾਰੇ ਵੱਲੋਂ ਜਾਂ ਮੁਸਲਮਾਨ ਭਾਈਚਾਰੇ ਵੱਲੋਂ ਕੋਈ ਬੰਦਾ ਟੱਕਰ ਲੈ ਲਵੇ, ਹਾਂਜੀ ਟਕਰਾਓ ਦੇ ਵਿੱਚ ਕੋਈ ਨੁਕਸਾਨ ਹੋ ਜਾਵੇ, ਤੇ ਜਿਹੜਾ ਨੁਕਸਾਨ ਉਹਦਾ ਫਾਇਦਾ ਵੀ ਇਹਨਾਂ ਲੋਕਾਂ ਨੂੰ ਜਾਂਦਾ ਆ। ਅੱਛਾ ਜੀ, ਉਹਦਾ ਕਾਰਨ ਇਹ ਵੀ ਅਸੀਂ ਦੇਖਾਂਗੇ ਵੀ ਕਿੰਨੀ ਕੁ ਜਿਹੜਾ ਧਰਮ ਦੇ ਜਜ਼ਬਾਤ ਜਿਹੜੇ ਆ ਉਹ ਅੱਜ ਕਿੰਨੇ ਕੁ ਲੋਕਾਂ ਵਿੱਚ ਆ, ਜਿਹੜੇ ਮਤਲਬ ਕਿੰਨੇ ਕੁ ਲੋਕ ਗੱਲ ਬਰਦਾਸ਼ਤ ਕਰ ਸਕਦੇ ਕਿ ਨਹੀਂ ਕਰ ਸਕਦੇ, ਠੀਕ ਹੈ। ਜੇ ਉਹ ਕਰਦੇ ਆ ਬਰਦਾਸ਼ਤ ਤੇ ਅਸੀਂ ਸਮਝਾਂਗੇ, ਜਿਵੇਂ ਨਾ ਇੱਕ ਇਤਿਹਾਸਕ ਘਟਨਾ ਵਾ, ਹਾਂਜੀ ਜਿਹੜਾ ਦਿੱਲੀ ਦਾ ਜਿਹੜੇ ਦਿੱਲੀ ਦਾ ਕਿਲ੍ਹਾ ਨਾ, ਇੱਥੇ ਕਦੀ ਜਿਹੜਾ ਸੀਗਾ ਉਹ ਲਾਰ ਇੱਕ ਬਾਦਸ਼ਾਹ ਕੇ ਬੈਠਾ ਸੀਗਾ, ਤੇ ਉਹਨੇ ਨਾ ਸੋਚਿਆ ਵੀ ਇੱਕ ਕੰਮ ਕਰੀਏ, ਉਹਨੇ ਕੰਮ ਕੀ ਕੀਤਾ ਵੀ ਮੁਹੰਮਦ ਸਾਹ ਰੰਗੀਲੇ ਤੋਂ ਉਹਨੇ ਤਖ਼ਤ ਲਿਆ, ਠੀਕ ਹੈ। ਤਖ਼ਤ ਲੈ ਕੇ ਨਾ ਉਹਨੇ ਉਹ ਇੱਕ ਮੰਜਾ ਡਾਹ ਕੇ ਤੇ ਉੱਤੇ ਉਹਨੇ ਛੁਰਾ ਕੱਢ ਕੇ ਰੱਖ ਲਿਆ, ਤੇ ਛੁਰਾ ਕੱਢ ਕੇ ਉਹ ਸਹਿਜਾਦੀਆਂ ਨੂੰ ਕਹਿਣ ਲੱਗਾ ਵੀ ਤੁਸੀਂ ਨੱਚੋ, ਠੀਕ। ਉਹ ਨੱਚਣ ਲੱਗ ਪਈ ਇੱਕੋ ਮਿੰਟ ਦੇ ਵਿੱਚ, ਤੇ ਉਹ ਜਦੋਂ ਨੱਚਦੀਆਂ ਸੀ ਤੇ ਉਹ ਬਨਾਵਤੀ ਘਰਾੜੇ ਮਾਰਦਾ ਸੀਗਾ, ਤੇ ਥੋੜੇ ਟਾਈਮ ਬਾਅਦ ਉਹਨੂੰ ਕਹਿੰਦਾ ਵੀ ਭਾਜੋ ਸਾਰੀਆਂ, ਮਤਲਬ ਸੂਰਮੇ ਜਿਹੜੇ ਹੁੰਦੇ ਉਹ ਬੱਚੀਆਂ ਦੇ ਨਾਚ ਨੀ ਦੇਖਿਆ ਕਰਦੇ, ਠੀਕ ਆ। ਕਿਸੇ ਨੇ ਪੁੱਛਿਆ ਵੀ ਤੁਸੀਂ ਹੁਣੇ ਸੁੱਤੇ ਸੀਗੇ ਤੇ ਹੁਣੇ ਤੁਸੀਂ ਮਤਲਬ ਕਹਿਤਾ ਵੀ ਆ ਭਾਜੋ ਇਹਨਾਂ ਨੂੰ, ਵੀ ਕਾਰਨ ਕੀ ਦਾ ਰੀਜਨ ਕੀ ਆ ਪਿੱਛੇ, ਹਾਂਜੀ। ਉਹ ਕਹਿੰਦਾ ਇਹਦਾ ਰੀਜਨ ਇਹ ਆ ਵੀ ਮੇਰਾ ਮਸਲਤ ਪੇ ਸੌ ਜਾਣਾ ਬਨਾਵਟ ਥੀ ਤਖਲਬ ਥਾ, ਅੱਛਾ ਜੀ। ਮੈਂ ਜਾਣ ਕੇ ਮਸਲਤ ਭਾਵ ਮੰਜੇ ਤੇ ਮੈਂ ਜਾਣ ਕੇ ਸੁੱਤਾ ਸੀਗਾ, ਇਹਦਾ ਮਤਲਬ ਇਹ ਸੀ ਕਿ ਕੋਈ ਤੰਬੂਰ ਕੀ ਬੇਟੀ ਮਾਰ ਡਾਲੇ ਮੇਰੇ ਖੰਜਰ ਸੇ, ਕਹਿੰਦਾ ਇਹਨਾਂ ਦੀ ਕੋਈ ਬੱਚੀ ਆਵੇ ਤੇ ਉਹ ਮੇਰਾ ਖੰਜਰ ਚੱਕ ਕੇ ਮੇਰੇ ਸੀਨੇ ਚ ਖਕੋ ਦੇਵੇ, ਠੀਕ। ਪਰ ਕਹਿੰਦਾ ਉਹਨੇ ਖਕੋਇਆ ਨੀ, ਕਹਿੰਦਾ ਇਹ ਰਾਜ ਖੁੱਲ ਗਿਆ ਸਾਰੇ ਜਮਾਨੇ ਪੇ, ਗੈਰਤ ਨਾਮ ਹੈ ਜਿਸ ਕਾ ਗਈ ਤੰਬੂਰ ਕੇ ਦਰ ਸੀ, ਕਹਿੰਦਾ ਇਹਨਾਂ ਨੇ ਘਰ ਹੁਣ ਅਣਖ ਨੀ ਰਹੀ, ਉਹ ਅਣਖ ਵੇਖਣ ਵਾਸਤੇ ਕੀਤਾ ਸੀ ਮੈਂ, ਠੀਕ ਹੈ। ਇਸ ਇਹ ਅਣਖ ਦੇਖਦੇ ਆ, ਗੈਰਤ ਦੇਖਦੇ ਆ ਵੀ ਇਹਨਾਂ ਚ ਅਣਖ ਗੈਰਤ ਹੈ, ਇਹ ਮਤਲਬ ਟੀਕੇ ਲਾ ਲਾ ਕੇ ਦੇਖਦੇ ਸਿੱਖਾਂ ਨੂੰ, ਟੈਸਟ
ਗੱਲ ਆ, ਜੇ ਮੰਨ ਲਓ ਕੱਲ ਨੂੰ ਸਾਹਮਣੇ ਨੌਜਵਾਨ ਆਉਂਦੇ ਆ, ਇਹਨਾਂ ਦੀ ਹੈਡ ਲਿਸਟ ਚ ਆ ਜਾਂਦੇ ਆ ਵੀ ਆਹ ਬੰਦੇ ਆ, ਤੇ ਸਾਨੂੰ ਕੱਲ ਨੂੰ ਕੋਈ ਇਹੋ ਜਿਹਾ ਮੁਕਾਬਲਾ ਬਣਾ ਕੇ ਕਿਸੇ ਨਹਿਰ ਤੇ ਨਾਲੇ ਸੁੱਟਣਾ ਸੌਖਾ ਹੋ ਜੂ? ਮਤਲਬ ਮਾਹੌਲ ਨੂੰ ਜਿੱਦਾਂ ਤੁਸੀਂ ਤੇ ਖੰਡਾ ਸਾਹਿਬ ਸਾਰੇ ਇਤਿਹਾਸ ਨੂੰ ਜਾਣੇ ਆ, 1978 ਵੇਲੇ ਜਾਂ ਉਸ ਤੋਂ ਬਾਅਦ ਉਦੋਂ ਵੀ ਇਹੋ ਜਿਹੇ ਨਾਰੇ ਜਾਂ ਸਿੱਖਾਂ ਨੂੰ ਕਿਹਾ ਜੀ ਇਹਨਾਂ ਨੂੰ ਮਤਲਬ ਪਾਕਿਸਤਾਨ ਭੇਜ ਦਿਓ, ਕੱਛ ਖੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ, ਇਹੋ ਜਿਹੇ ਨਾਰੇ ਲੱਗਦੇ ਸੀਗੇ? ਇਹ ਕੇਵਲ ਕਿਹਾ ਨੀ ਭਾਈ ਰਘਵੀਰ ਸਿੰਘ ਜੀ, ਕਿਹਾ ਨੀ, ਦੇਖੋ ਇਹਦਾ ਮੁੱਢ ਦੇਖੋ ਤੁਸੀਂ, ਜਦੋਂ ਜਿਹੜੀਆਂ ਸ਼ਹੀਦੀ ਦਾਸਤਾਨ ਦੀਆਂ ਕਿਤਾਬਾਂ ਪੜ੍ਹੀਏ ਨਾ, ਹਾਂਜੀ, ਇੱਕ ਦਾਸਤਾਨ ਫੜਿਆ ਸੀ ਧਰਮਕੋਟ ਦੀ, ਮੈਂ ਪਿੰਡ ਦਾ ਨਾਂ ਨੀ ਲੈਣਾ, ਬੱਚੇ ਨੂੰ, ਬੱਚੀ ਨੂੰ, ਬਜ਼ੁਰਗ ਨੂੰ ਤੇ ਉਹਦੇ ਉਹਦੇ ਭਰਾ ਨੂੰ ਖੜਾ ਕਰਕੇ ਸਾਹਮਣੇ ਥਾਣੇ ਦਾ ਧੀ ਦੇ ਧੀ ਨੂੰ ਅਲਫ ਨੰਗੀ ਕਰਕੇ ਪਿਓ ਨੂੰ ਕਿਹਾ ਇਹਦੇ ਨਾਲ ਕੁਕਰਮ ਕਰ। ਅੱਛਾ ਜੀ। ਤਾਂ ਪਿਓ ਕਹਿ ਰਿਹਾ ਸੀ, ਪਿਓ ਅੱਖਾਂ ਮੀਟ ਰਿਹਾ ਸੀ ਤੇ ਉਹ ਉਹਨੂੰ ਕਰੰਟ ਲਾ ਰਿਹਾ ਸੀ ਤੇ ਧੀ ਨੇ ਆਖਰ ਆਖਰ ਕਹਿ ਦਿੱਤਾ, ਬਾਪੂ ਮੈਂ ਉਹੋ ਹੀ ਹਾਂ ਜਿਹਨੂੰ ਤੂੰ ਨਿੱਕੇ ਹੁੰਦਿਆਂ ਖਟਾਉਂਦਾ ਰਿਹਾ। ਹਾਂ। ਅੱਜ ਅੱਖਾਂ ਕਿਉਂ ਨਵੀ, ਅੱਜ ਅੱਖਾਂ ਨੀਵੀਆਂ ਕਿਉਂ ਕਰ ਲਈਆਂ? ਮੇਰੇ ਕੋਲ ਤੈਨੂੰ ਦੇਖਿਆ ਨੀ ਜਾ ਰਿਹਾ, ਲੋਕ ਤੈਨੂੰ ਟੋਰਚ ਕਰ ਰਿਹਾ। ਦੇਖੋ ਇਹ ਕੱਥੋਂ ਦਾ ਕਾਨੂੰਨ ਆ ਤੇ ਕੱਥੋਂ ਦੀ ਗੱਲ ਇਹ ਖੜਾ ਕਰ ਰਿਹਾ ਸੀ ਵੀ ਇਹਨਾਂ ਦੀ ਅਣਖ ਤੇ ਗੈਰਤ ਇੰਨੀ ਇੰਨਾ ਲੈ ਜਾਓ ਤਾਂ ਕਿ ਸਾਡੇ ਸਾਹਮਣੇ ਖਲੋਣ ਤੇ ਇਹਨਾਂ ਨੂੰ ਕੁਚਲ ਦਾ ਸਾਡੇ ਕੋਲ ਮੌਕਾ ਬਣ ਜਾਏ। ਠੀਕ ਹੈ। ਇਹ ਸਿਰਫ ਤਾਂ ਸਿਰਫ ਸਭ ਪਤਾ ਵਾ, ਅੱਜ ਵੀ ਮੈਂ ਉਹਨੂੰ ਦੇਖਿਆ ਜਦੋਂ ਉਹ ਕੋਰਟ ਲੈ ਕੇ ਜਾ ਰਿਹਾ ਸੀ, ਬੜੀ ਸ਼ਾਨੋ ਸ਼ੌਕਤ ਨਾਲ ਜਾ ਰਿਹਾ ਸੀ, ਜਿਨ੍ਹਾਂ ਤੇ ਜਿਨ੍ਹਾਂ ਨੂੰ ਭਾਈ ਹਵਾਰੇ ਵਰਗੇ ਜੇ ਅੰਦਰ ਆ ਤੇ ਉਹਨਾਂ ਨੂੰ ਲਿਆਉਂਦੇ ਆ ਤੇ ਧੂਕੀ ਲਿਆਉਂਦੇ ਆ, ਬੇੜੀਆਂ ਪਾਈਆਂ ਹੁੰਦੀਆਂ। ਹਾਂਜੀ। ਤੇ ਇਹਨੂੰ ਬੜੇ ਸ਼ਾਨੋ ਸ਼ੌਕਤ ਨਾਲ ਹੱਥ ਮਿਲਾਏ ਜਾ ਰਹੇ ਸੀ, ਖਿੜ ਖੜਾ ਕੇ ਹੱਸ ਕੇ ਜਾ ਰਿਹਾ ਸੀ। ਇਹ ਸਾਰਾ ਤੇ ਸਾਰਾ ਪਲੰਦਾ ਜਿਹੜਾ ਵਾ ਆਪ ਹੀ ਸਰਕਾਰਾਂ ਤਿਆਰ ਕਰਦੀਆਂ ਤਾਂ ਕਿ ਜਿਹੜੇ ਦੂਜੇ ਧਰਮ ਦੇ ਆ, ਚਾਹੇ ਮੁਸਲਮਾਨ ਆ ਚਾਹੇ ਸਿੱਖ ਆ, ਉਹਨਾਂ ਦੇ ਨੌਜਵਾਨਾਂ ਨੂੰ ਮਸਲਣ ਵਾਸਤੇ ਤੇ ਉਹ ਮਾਹੌਲ ਕ੍ਰੀਏਟ ਕਰਨ ਵਾਸਤੇ ਜਿਹੜਾ ਉਹਨਾਂ ਨੇ ਪਹਿਲਾਂ ਕੀਤਾ ਸੀ, ਇਹਨਾਂ ਕੀਤਾ ਸੀ ਨਾ ਕਿ ਇਹ ਕੀਤਾ ਸੀ। ਤੇ ਇਹ ਆਪਣੇ ਖੰਡਾ ਸਾਹਿਬ ਜਿੱਦਾਂ ਹੁਣ ਇਹੋ ਜਿਹੀਆਂ ਚੀਜ਼ਾਂ ਵਾਪਰਦੀਆਂ, ਜਿੱਦਾਂ ਆਪਣੀਆਂ ਸਰਕਾਰਾਂ ਆ, ਅੱਗੇ ਆਪਾਂ ਇਹ ਕਹਿੰਦੇ ਸਾਡੇ ਕੋਲ ਮੀਡੀਆ ਹੈ ਨੀ, ਗੱਲ ਨੀ ਬਾਹਰ ਆਉਂਦੀ, ਹੁਣ ਤਾਂ ਗੱਲ ਵੀ ਉਸ ਵੇਲੇ ਆ ਜਾਂਦੀ ਆ, ਫੇਰ ਵੀ ਇਹਨਾਂ ਨੂੰ ਕਿਉਂ ਨੀ ਨੱਥ ਪਾਈ ਜਾਂਦੀ? ਉਹ ਇਸ ਕਰਕੇ ਨੀ ਪਾਈ ਜਾ ਰਹੀ, ਇੱਕ ਤਾਂ ਇਹ ਆ ਵੀ ਜਿਹੜਾ ਮੀਡੀਆ ਵਾ, ਹੁਣ ਦੇਖੋ ਸਾਡੇ ਕੋਲ ਵਾਜੀ ਕੌਮ, ਅਸੀਂ ਵਾਜੀ ਕੌਮ ਤੇ ਬੋਲ ਰਹੇ ਹਾਂ, ਤੁਸੀਂ ਬੁਲਾ ਰਹੇ, ਅਸੀਂ ਬੋਲ ਰਹੇ ਹਾਂ। ਹਾਂਜੀ। ਸਾਡੇ ਦੇਸ਼ ਦਾ ਮੀਡੀਆ ਜਿਹੜਾ ਵਾ ਉਹ ਜੇ ਸਾਡੀ ਕੋਈ ਗੱਲ ਹੁੰਦੀ ਆ ਨਾ, ਉਹ ਤਾਂ ਮਹਾਰਾਜ ਜੀ ਮਿੰਟੋ ਮਿੰਟ ਹੀ ਫੈਲ ਜਾਂਦੀ ਆ, ਉਦੋਂ ਸੈਂਸਰ ਸੀ ਤੇ ਅੱਜ ਵੀ ਸੈਂਸਰ ਆ ਸੱਚ ਦੇ। ਠੀਕ ਹੈ। ਅੱਜ ਵੀ ਨੀ, ਉਹਨਾਂ ਦੇ ਕੰਨ ਨੀ ਬੋਲੇ ਹੈਗੇ, ਉਹਨਾਂ ਦੇ ਕੰਨ, ਉਹਨਾਂ ਨੂੰ ਸਭ ਪਤਾ, ਔਰ ਉਹ ਦਿਸਦਾ ਆ, ਸੁਣਦਾ ਆ, ਜਾਣ ਕੇ ਉਹ ਘੇਸਲੇ ਹੋਏ ਹੋਏ ਆ, ਇਸੇ ਕਰਕੇ ਵੀ ਇਹਨਾਂ ਚ ਕਿੰਨੀ ਕੁ ਹਜੇ ਮਤਲਬ ਜਾਨ ਬਾਕੀ ਕਿੰਨੀ ਕੁ ਆ। ਠੀਕ ਹੈ। ਤੇ ਇਸ ਉਹ ਡਿਟੈਕਟ ਕਰਦੇ ਆ ਤੇ, ਪਰ ਮੈਂ ਕਹਿਣਾ ਚਾਹੁੰਦਾ ਵਾ ਇਹਦੇ ਰਾਹੀਂ ਵੀ ਇਹ ਕੌਮ ਉਹ ਕੌਮ ਆ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਜਿਆ। ਹਾਂਜੀ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਨੇ ਸੂਬੇ ਨੂੰ ਕਿਹਾ ਸੀ ਮੌਤ ਦੇ ਡਰਾਵੇ ਨਾ ਦੇ, ਜਿਹੜੀ ਮੌਤ ਦੇ ਤੂੰ ਸਾਨੂੰ ਡਰਾਵੇ ਦੇਣਾ, ਸਾਡੇ ਬਾਪੂ ਨੇ ਸਾਨੂੰ ਖੰਡੇ ਬੱਟ ਚ ਘੋਲ ਕੇ ਪਿਆਰਤੀ ਹੈ। ਠੀਕ ਹੈ। ਅਸੀਂ ਕਿਸੇ ਨੂੰ ਭੈ ਦਿੰਦੇ ਨਹੀਂ, ਭੈ ਲੈਂਦੇ ਨਹੀਂ, ਅਖੰਡ ਭਾਰਤ ਸਾਡੇ ਬਜ਼ੁਰਗਾਂ ਨੇ ਆਪਣੇ ਹੱਡੀਆਂ ਦਾ ਆਲਣਾ ਦੇ ਕੇ ਬਣਾਇਆ। ਠੀਕ ਹੈ। ਅਸੀਂ ਓਨਾ ਹੀ ਨਾਗਰਿਕ ਉਸ ਦੇਸ਼ ਦੇ ਹਾਂ ਜਿੰਨੇ ਇਹ ਲੋਕ ਆ, ਅਸੀਂ ਭਾਈਚਾਰੇ ਨੂੰ ਪਹਿਲ ਦਿੰਦੇ ਤੇ ਭਾਈਚਾਰਾ ਰੱਖਦੇ ਹਾਂ, ਨਾ ਸਿੱਖ ਕੌਮ ਨੇ ਕਦੀ ਵਾਧਾ ਬਰਦਾਸ਼ਤ ਕੀਤਾ ਤੇ ਨਾ ਉਹਨੇ ਕਰਨਾ। ਇਹਦੇ ਨਾਲ ਹੀ ਆਪਣੇ ਖੰਡਾ ਸਾਹਿਬ, ਜਿੱਦਾਂ ਬੀਬੀ ਸਾਧਵੀ ਦੇਵਾ ਠਾਕਰ ਨੇ ਵੀ ਕੱਲ ਬਿਆਨ ਦਿੱਤਾ, ਉਹ ਕਹਿੰਦੀ ਹਿੰਦੂਆਂ ਦੀ ਹੋਂਦ ਹੀ ਸਿੱਖ ਗੁਰੂਆਂ ਕਰਕੇ ਤੇ ਸਿੱਖਾਂ ਕਰਕੇ, ਤੇ ਹੁਣ ਬੜੀ ਵੱਡੀ ਗੱਲ ਕਹੀ ਆ ਕਿ ਵਿਦੇਸ਼ਾਂ ਵਿੱਚ ਵੀ ਜਾ ਕੇ ਸਿੱਖਾਂ ਨੇ ਬਹੁਤ ਵੱਡਾ ਨਾਮ ਕਮਾਇਆ ਆ ਆਪਣੇ ਗੁਰੂਆਂ ਦਾ
ਜਿੱਥੇ ਮਤਲਬ ਨਹੀਂ ਸਿੱਖ ਧਰਮ ਨੂੰ ਕਾਇਮ ਰੱਖਿਆ, ਉੱਥੇ ਮਨੁੱਖਤਾ ਨੂੰ ਸੇਵਾ ਦਾ ਜਿਹੜਾ ਉਹ ਵੀ ਸਭ ਤੋਂ ਅੱਗੇ ਹੋ ਕੇ ਕਰ ਰਹੇ ਆ, ਤੇ ਉਹ ਵੀ ਹਿੰਦੂ ਆ ਤੇ ਇਹ ਵੀ ਸੁਧੀਰ ਵੀ ਹਿੰਦੂ ਆ, ਕੀ ਸਮਝੀਏ? ਨਹੀਂ ਦੇਖੋ, ਇਹਦੇ ਵਿੱਚ ਭਾਈ ਰਘਵੀਰ ਸਿੰਘ ਜੀ ਕੋਈ ਦੋ ਰਿਹਾ ਨਹੀਂ ਗਿਆ। ਇਹ ਦੁਨੀਆਂ ਜਾਣਦੀ ਆ, ਸਾਰੀ ਦੁਨੀਆਂ ਨੂੰ ਪਤਾ ਵਾ ਵੀ ਇਹ ਕੌਮ ਦਾਨ ਵਿੱਚ ਅੱਗੇ ਆ, ਗਿਆਨ ਵਿੱਚ ਅੱਗੇ ਆ, ਇਹ ਕੁਰਬਾਨੀਆਂ ਵਿੱਚ ਅੱਗੇ ਆ, ਦੇਸ਼ ਵਿੱਚ ਕੁਰਬਾਨੀਆਂ ਇਹਨਾਂ ਦੀਆਂ, ਦਾਨ ਇਹਨਾਂ ਦਾ, ਗਿਆਨ ਇਹਨਾਂ ਦਾ, ਇਹ ਸਾਰੇ ਲੋਕ ਜਾਣਦੇ ਆ। ਹਾਂਜੀ, ਜੇ ਜਾਣ ਕੇ ਕੋਈ ਕੇਸਲਾ ਹੋਇਆ ਹੋਵੇ, ਇਹਨਾਂ ਲੋਕਾਂ ਨੂੰ ਵੀ ਪਤਾ ਵਾ ਵੀ ਇਹ ਦੇਸ਼ ਦੀ ਅਖੰਡ ਭਾਰਤ ਦੇ ਵਿੱਚ ਇਹਨੂੰ ਬੁਲੰਦੀਆਂ ਤੇ ਲਿਜਾਣ ਵਿੱਚ ਸਿੱਖ ਕੌਮ ਦਾ ਕਿੱਡਾ ਵੱਡਾ ਯੋਗਦਾਨ ਹੈ, ਅੱਜ ਵੀ ਆ ਤੇ ਪਿੱਛੇ ਵੀ ਸੀ, ਗਾਂਹ ਵੀ ਰਹੂਗਾ। ਠੀਕ ਆ, ਏਦਾਂ ਦੀਆਂ ਮਤਲਬ ਜਿਹੜੀ ਉਹ, ਚਲੋ ਅਸੀਂ ਉਹਦਾ ਵੈਲਕਮ ਕਰਦੇ, ਪਰ ਮੈਂ ਉਹਦਾ ਹੋਰ ਵੀ ਬਹੁਤ ਕੁਛ ਦੇਖਿਆ ਵਾ ਪਿੱਛੇ, ਅੱਜ ਚੱਲ ਰਿਹਾ ਸੀ ਸਾਰਾ ਕੁਛ ਉਹਦਾ। ਚਲੋ ਉਹਨੇ ਹਮਦਰਦੀ ਪ੍ਰਗਟ ਕੀਤੀ, ਅਸੀਂ ਹਮਦਰਦੀ ਦਾ ਵੈਲਕਮ ਕਰਦੇ ਹਾਂ। ਠੀਕ ਆ, ਉਹਦਾ ਵੈਲਕਮ ਕਰਦੇ ਹਾਂ ਅਸੀਂ, ਇਹ ਕਹਿੰਦੇ ਜੀ ਉਹ ਬੋਲੀ ਆ ਤੇ ਸਾਰੇ ਹਿੰਦੂ ਚਾਹੇ ਹਿੰਦੂ ਭਾਈਚਾਰੇ ਚ ਜਿਹੜੇ ਲੋਕ ਸੂਝਵਾਨ ਆ ਉਹਨਾਂ ਨੂੰ ਬੋਲਣਾ ਚਾਹੀਦਾ ਵਾ, ਜੇ ਉਹ ਸੱਚੀ ਕਹਿੰਦੇ 9 ਮਾਸ ਦਾ ਰਿਸ਼ਤਾ ਆ। ਠੀਕ ਹੈ, ਮਤਲਬ ਜਿਹੜੀ ਲੜਾਈ ਆ, ਜਾਂ ਆਪਾਂ ਕਹਿ ਦਈਏ ਸਿੱਖਾਂ ਦੀ, ਜਾਂ ਆਪਾਂ ਹਿੰਦੂਆਂ ਦੇ ਨਾਲ ਤਾਂ ਨੀਗੀ, ਜਾਂ ਕਿਸੇ ਧਰਮ ਨਾਲ ਤਾਂ ਨੀਗੀ, ਜਾਂ ਆਪਾਂ ਇਹ ਕਹਿੰਦੇ ਵੀ ਹਿੰਦੂ ਹਿੰਦੂ ਤਾਂ ਨੀਗੇ ਸਾਰੇ ਮਾੜੇ। ਨਹੀਂ ਦੇਖੋ, ਅਸੀਂ ਕਿੱਦਾਂ ਕਹਿ ਸਕਦੇ ਹਾਂ ਵੀ ਸਾਡੀ ਲੜਾਈ ਕੋਈ ਹਿੰਦੂਆਂ ਨਾਲ ਵਾ, ਸਾਡੇ ਗੁਰੂ ਨੇ ਤੇ ਹਿੰਦੂਆਂ ਵਾਸਤੇ ਸੀਸ ਦਿੱਤਾ। ਠੀਕ ਹੈ, ਗੁਰੂ ਸਾਹਿਬ ਜੀ ਤਾਂ ਆਪ ਬਾਣੀ ਚ ਕਹਿ ਕੇ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕਿੰਨੋ ਵੱਡਾ ਕੱਲੂ ਮੈਂ ਸਾਕਾ, ਸਾਧਨ ਹੇਤ ਕੀਤੀ ਦਿਨ ਕਰੀ ਸੀਸ ਦੀ ਆ ਪਰਸੀ ਨਾ ਉਚੜੀ। ਠੀਕ, ਸਾਡੇ ਗੁਰੂ ਜੀ ਨੇ ਤਾਂ ਆਪਣੇ ਖੂਨ ਦੇ ਫੁਹਾਰੇ ਚਲਾਏ ਇਸ ਕੌਮ ਲਈ ਅਕਾਲ ਤਖ਼ਤ ਸਾਹਿਬ ਤੇ, ਸਾਡੇ ਕੋਲੇ ਉਹ ਵਿਰਸਾ ਆ, ਉਹ ਇਤਿਹਾਸ ਆ। ਜਦੋਂ ਇੱਕ ਬ੍ਰਾਹਮਣ ਵੀਰ ਨੇ ਆ ਕੇ ਸਰਦਾਰ ਹਰੀ ਸਿੰਘ ਭੰਗੀ ਨੂੰ ਬੇਨਤੀ ਕੀਤੀ ਕਿ ਮੇਰੀ ਘਰਵਾਲੀ ਨੂੰ ਛਡਾ ਕੇ ਲਿਆਓ, 12 ਕਿਲਿਆਂ ਚ ਫਤਿਹ ਪਾ ਕੇ ਹਰੀ ਸਿੰਘ ਭੰਗੀ ਉਹਦੀ ਇਸਤਰੀ ਨੂੰ ਛਡਾ ਕੇ ਅਕਾਲ ਤਖ਼ਤ ਸਾਹਿਬ ਲਿਆਉਂਦਾ ਸੀ, ਹਿੰਦੂਆਂ ਨਾਲ ਹਿੰਦੂਆਂ ਦੇ ਵਰਖਿਲਾਫ਼ ਕਿੱਦਾਂ ਹੋ ਸਕਦੇ? ਠੀਕ ਹੈ, ਤੇ ਇਹ ਮਤਲਬ ਕਰਨਾ ਚਾਹੁੰਦੇ ਆ ਵੀ ਇਹੋ ਜਿਹੇ, ਜਿੱਦਾਂ ਇਹੋ ਜਿਹੇ ਬਿਆਨ ਦਿੱਤੇ ਜਾਣ, ਇਹੋ ਜਿਹੀਆਂ ਗੱਲਾਂ ਕੀਤੀਆਂ ਜਾਣ ਜਿਹਨਾਂ ਪੰਜਾਬ ਦਾ ਮਾਹੌਲ ਫੇਰ ਖਰਾਬ ਹੋ ਜਾਵੇ? ਇਹ ਕੁਝ ਪਰਸੈਂਟ ਲੋਕ ਆ, ਕੁਝ ਗਿਣਤੀ ਦੇ ਲੋਕ ਆ, ਜਿੱਦਾਂ ਮੋਹਨ ਭਗਵਤ ਆ ਜਿਹਨੇ ਆ ਭਗਵਾਂ ਵੀ ਸ਼ੁਰੂ ਕੀਤਾ ਆ। ਹਾਂ, ਇਹਦਾ ਕਾਰਨ ਆ ਕਿ ਇਹ ਲੰਬੇ ਸਮੇਂ ਤੋਂ ਲੋਕ ਦੱਬੇ ਹੋਏ ਸੀਗੇ। ਠੀਕ, ਜਿੱਦਾਂ ਮੁਗਲਾਂ ਦੀ ਜਿਹੜੀ ਲੰਬੇ ਸਮੇਂ ਤੋਂ ਗੁਲਾਮੀ ਝੱਲਦੇ ਆਏ ਲੋਕ। ਹਾਂਜੀ, ਬਸ ਇਹ ਕਿ ਇਹਨਾਂ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਸੀਗਾ, ਇਹਨਾਂ ਨੂੰ ਡਰ ਖਾ ਰਿਹਾ ਵਿੱਚੋਂ ਵਿੱਚੋਂ ਇਸ ਗੱਲ ਦਾ ਵੀ ਇਹਨਾਂ ਨੇ ਮੁਗਲਾਂ ਦੀਆਂ ਜੜਾਂ ਉਹ ਖੇਡ ਦਿੱਤੀਆਂ ਸਿੱਖ ਕੌਮ ਨੇ। ਠੀਕ ਆ, ਇਹਨਾਂ ਅੰਗਰੇਜ਼ਾਂ ਨੂੰ ਖੇਡ ਦਿੱਤਾ ਤੇ ਹੁਣ ਰਾਜ ਸੰਘਾਸਨ ਤੇ ਬਹਿਣਾ ਵਾ, ਰਾਜ ਸੰਘਾਸਨ ਤੇ ਕਿਤੇ ਸੱਚੇ ਤੇ ਸੁੱਚੇ ਲੋਕ ਨਾ ਬਹਿ ਜਾਣ। ਠੀਕ ਆ, ਇਹਨਾਂ ਨੂੰ ਇਸ ਗੱਲ ਦਾ ਡਰ ਆ, ਇਸ ਕਰਕੇ ਲੋਕ ਏਦਾਂ ਦਾ ਵਿਵਾਦ ਖੜਾ ਰੱਖਦੇ ਆ ਤਾਂ ਕਿ ਕੌਮ ਵਿੱਚ ਭੰਡ ਛੱਡੀਏ। ਇਹ ਲੋਕ ਕਦੇ ਸਾਹਮਣੇ ਆ ਕੇ ਰਾਜ ਦੀ ਗੱਲ ਨਾ ਕਰਨ, ਸੰਘਾਸਨ ਤੇ ਨਾ ਬਹਿਣ। ਉਹ ਅਕਬਾਲ ਦੀ ਮੈਨੂੰ ਗੱਲ ਕਈ ਵਾਰੀ ਚੇਤੇ ਆ ਜਾਂਦੀ ਆ, ਉਹਨੇ ਬੜੀ ਇੱਕ ਪਿਆਰੀ ਲੈਣ ਕਹੀ, ਉਹ ਕਹਿੰਦਾ ਇਹਨ ਬਾਤ ਮੇ ਨਜਮੇ ਕਿਆ ਗੁਲਸਥਾਂ ਬਦਲਾ, ਫੂਲ ਮਰਜਾਏ ਹੈ ਕਾਂਟੋ ਪੇ ਬਹਾਰ ਆਈ। ਠੀਕ, ਅੱਜ ਜਿਹੜੇ ਬੋਲਿਆ ਵਿਚਾਰੇ ਕੁਰਬਾਨੀਆਂ ਦਿੰਦੇ ਰਹੇ ਉਹ ਤਾਂ ਮਰਜਾ ਗਏ, ਤੇ ਜਿਹੜੇ ਦੇਸ਼ ਦੇ ਬੂਟੇ ਨੂੰ ਇਹ ਕੰਡੇ ਸੂਰੀ ਵਰਗੇ ਚਿੰਬੜੇ ਬਿੱਟੇ ਵਰਗੇ ਤੁਹਾਨੂੰ ਚੁੱਭ ਕੇ ਤੁਹਾਨੂੰ ਦੁੱਖ ਦੇ, ਸਾਡੇ ਬੱਚਿਆਂ ਨੂੰ ਦੁੱਖ ਦੇ ਰਹੇ, ਕੰਡੇ ਦਾ ਕੰਮ ਹੀ ਹੁੰਦਾ ਦੁੱਖ ਦੇਣਾ, ਇਹ ਕੰਡੇ ਆ। ਠੀਕ ਆ, ਤੇ ਇਹੋ ਜਿਹੇ ਮਾਹੌਲ ਦੇ ਵਿੱਚ, ਕਿਉਂਕਿ ਜਿੱਥੇ ਹੁਣ ਪੰਜਾਬ ਦੇ ਵਿੱਚ ਆਪਣੇ ਬਹੁਤ ਬੁਲਾਰੇ ਇਹ ਵੀ ਕਹਿ ਗਏ ਇਹਦੇ ਵਿੱਚ ਕਈ ਨੌਜਵਾਨ ਜੋਸ਼ ਦੇ ਵਿੱਚ ਵੀ ਆ ਸਕਦੇ, ਕੁਛ ਵੀ ਹੋ ਸਕਦੇ ਆ, ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ ਤੇ ਜਿਹੜੇ ਸਿੱਖ ਕੌਮ ਦੇ ਨੌਜਵਾਨ ਆ ਜਾਂ ਪੂਰੀ ਸਿੱਖ ਕੌਮ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆਖਰ ਦੇ ਵਿੱਚ? ਮੈਂ ਬੇਨਤੀ ਕਰੂੰਗਾ ਸਾਡੀਆਂ ਸਰਮੌਰ ਜਥੇਬੰਦੀਆਂ ਨੂੰ, ਹਾਂ, ਤੇ
ਜਿਹੜੇ ਸਾਡੇ ਧਾਰਮਿਕ ਲੀਡਰ ਆ, ਜਿਹੜੇ ਇਸ ਵੇਲੇ ਸੱਤਾ ਦੇ ਵਿੱਚ ਆ, ਜਿਹੜੇ ਰਾਜਨੀਤਿਕ ਚ ਕੋਈ ਵੀ ਹੋਵੇ ਕਿਸੇ ਪਾਰਟੀ ਨਾਲ ਵੀ ਹੋਣ, ਠੀਕ ਹੈ, ਮੈਂ ਬੇਨਤੀ ਕਰੂੰਗਾ ਇੱਕ ਤਾਂ ਜਿਹੜੇ ਸਾਡੇ ਧਾਰਮਿਕ ਜਿਹੜੀਆਂ ਸ਼ਖਸੀਅਤ ਆ ਉਹ ਸਾਹਮਣੇ ਆ ਕੇ ਇਹ ਜਿਹੜੀ ਆ ਸਰਕਾਰ ਆ ਉਹਨੂੰ ਸਪਸ਼ਟ ਸ਼ਬਦਾਂ ਵਿੱਚ ਕਹਿਣ ਵੀ ਇਹੋ ਜਿਹੇ ਲੋਕਾਂ ਨੂੰ ਨੱਥ ਪਾਵੋ, ਠੀਕ, ਜੋ ਕਾਨੂੰਨੀ ਕਾਰਵਾਈ ਬਣਦੀ ਇਹਨਾਂ ਤੇ ਕਰਕੇ ਇਹਨਾਂ ਨੂੰ ਜੇਲ੍ਹਾਂ ਚ ਡੱਪੋ, ਇਹਨਾਂ ਦਾ ਇਹਨਾਂ ਦੀ ਜਗ੍ਹਾ ਬਾਹਰ ਨੀ ਗੀ, ਇਹਨਾਂ ਦੀ ਜਗ੍ਹਾ ਸਿੱਖਾਂ ਦੇ ਪਿੱਛੇ ਆ, ਠੀਕ, ਜੇਕਰ ਤੁਸੀਂ ਨਹੀਂ ਕਰਦੇ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿਸੇ ਵੀ ਭਾਈਚਾਰੇ ਵੱਲੋਂ, ਤਾਂ ਫਿਰ ਜੇ ਤੁਸੀਂ ਕੋਈ ਅੱਤਵਾਦੀ ਆ ਜਾਂ ਕੋਈ ਇਹੋ ਜਿਹਾ ਨਾਂ ਦੇ ਕੇ ਨੌਜਵਾਨਾਂ ਦਾ ਕੋਈ ਘਾਣ ਕਰਨਾ ਚਾਹਿਆ ਤੇ ਹੁਣ ਉਹ ਸਮਾਂ ਲੱਦ ਗਿਆ, ਉਹ ਕੰਮ ਅਸੀਂ ਹੁਣ ਨਹੀਂ ਹੋਣ ਦੇਵਾਂਗੇ, ਠੀਕ ਹੈ। ਤੇ ਮੈਂ ਇੱਥੇ ਨਾਲ ਹੀ ਜਿਹੜੀ ਗੌਰਮੈਂਟ ਆ ਉਹਨਾਂ ਨੂੰ ਵੀ ਕਹੂੰਗਾ ਜਿਹੜੀ ਸਰਕਾਰ ਸੱਤਾ ਦੇ ਵਿੱਚ ਆ ਬਈ ਇੱਥੇ ਕਬੂਤਰਾਂ ਨੂੰ ਅੱਖਾਂ ਨਹੀਂ ਮਿਟਣੀਆਂ ਚਾਹੀਦੀਆਂ, ਉਹ ਵੀ ਸਿਰਾਂ ਤੇ ਪੱਗਾਂ ਬੰਨਦੇ ਆ ਤੇ ਜਦੋਂ ਗੱਲ ਹੁੰਦੀ ਆ ਨਾ ਉਦੋਂ ਇਕੱਠਾ ਚ ਆ ਕੇ ਕਹਿੰਦੇ ਆ ਵੀ ਅਸੀਂ ਤਾਂ ਭਾਈ ਲਸ਼ਮਣ ਸਿੰਘ ਧਾਰੋਵਾਲ ਦੇ ਪਿੰਡੋਂ ਆ ਜੀ, ਅਸੀਂ ਤੇ ਸ਼ਹੀਦਾਂ ਦੇ ਪਿੰਡੋਂ ਆ, ਤੇ ਆਪਣੇ ਏਦਾਂ ਕਹਿ ਕੇ ਤੇ ਮਾਹੌਲ ਨੂੰ ਜਿਹੜਾ ਆਪਣੇ ਵੱਲ ਨੂੰ ਖਿੱਚਦੇ ਆ। ਅੱਜ ਉਹ ਲਸ਼ਮਣ ਸਿੰਘ ਧਾਰੋਵਾਲ ਦੇ ਪਿੰਡ ਵਾਲੇ ਪਤਾ ਨੀ ਕਿਉਂ ਚੁੱਪ ਹੋ ਗਏ, ਸਦ ਜਰਨੈਲ ਸਿੰਘ ਜੀ ਸਾਰਿਆਂ ਨੂੰ ਅੱਤਵਾਦੀਆਂ ਦਿਸ ਜਾਂਦਾ ਆ, ਜਿਹਦੇ ਤੇ ਇੱਕ ਵੀ ਕੋਈ FIR ਦਰਜ ਨੀ ਹੈਗੀ, ਪਰ ਸੂਰੀ ਵਰਗੇ ਸਾਹਮਣੇ ਗੰਨ ਕੱਢ ਕੇ ਤੇ 2% ਲੋਕਾਂ ਨੂੰ ਮਸਲ ਦੀ ਗੱਲ ਕਰਦੇ, ਇਹ ਇਹਨਾਂ ਨੂੰ ਸੱਤਵਾਦੀ ਆ ਜਿਹਦਾ, ਇਹ ਗੱਲ ਸਾਡੇ ਸਮਝ ਨੀ ਆਉਂਦੀ। ਤੇ ਜਦੋਂ ਇਹੋ ਜਿਹਾ ਸੁਪਨਾ ਕੋਈ ਲੈਂਦਾ ਆ ਉਹ ਪੂਰਾ ਹੋ ਸਕਦਾ? ਨਹੀਂ ਦੇਖੋ ਇਹ ਇਹ ਬੇਸਮਝੀ ਆ, ਇਹ ਇਹਨਾਂ ਦੀ ਬੇਸਮਝੀ ਆ, ਇਹ ਥੋੜੀ ਮੱਤ ਦੀ ਗੱਲ ਆ। ਤੁਸੀਂ ਕਿਸ ਕਿਸ ਦੇਖੋ ਜੇ ਕੋਈ ਮਨੁੱਖ ਜਿਹੜਾ ਮਨੁੱਖ ਆ ਮਨੁੱਖ ਨੂੰ ਖਤਮ ਕਰ ਦੋਗੇ, ਜਿਹੜੀ ਅਕਾਲ ਦੀ ਫੌਜ ਆ ਅਕਾਲ ਨੂੰ ਤੁਸੀਂ ਕਿਵੇਂ ਮਾਰ ਦੋਗੇ? ਠੀਕ ਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਿਹਨੂੰ ਗੁਰੂ ਗੋਬਿੰਦ ਸਿੰਘ ਕਿਹਾ ਹੋਵੇ ਕਿ ਮੈਂ ਆਇਆ ਹੀ ਇਸੇ ਕਰਕੇ ਆ ਵੀ ਧਰਮ ਚਲਾਵਨ ਸੰਤ ਉਬਾਰਨ ਦੁਰਤ ਸਭਨ ਕੋ ਮੂਲ ਉਪਾਰਨ, ਇਹ ਕਾਰਜ ਧਰਾ ਹਮ ਜਨਮੰਗ ਸਮਝ ਲਿਓ ਸਾਧੂ ਸਭ ਮਨਮੰਗ, ਜਿਹੜੇ ਜਿਹਨੂੰ ਖਾਲਸੇ ਨੂੰ ਜਿਹਦਾ ਸਿਰ ਵੱਢ ਕੇ ਅਮਰ ਕੀਤਾ ਹੋਵੇ ਸੁਰਜੀਤ ਕੀਤਾ ਹੋਵੇ ਉਹਨੂੰ ਕੌਣ ਮਾਰ ਸਕਦਾ? ਠੀਕ, ਬਹੁਤ ਬਹੁਤ ਧੰਨਵਾਦ ਜੀ ਖੰਡਾ ਸਾਹਿਬ, ਤੁਸੀਂ ਟਾਈਮ ਦਿੱਤਾ ਤਾਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੋ ਗਿਆ, ਤੇ ਆਖਿਰ ਦੇ ਵਿੱਚ ਕੋਈ ਗੱਲ ਕਹਿ ਰਹਿ ਗਈ ਹੋਵੇ ਤਾਂ ਕਹਿ ਸਕਦੇ? ਨਹੀਂ ਮੈਂ ਬਸ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਸਾਡੇ ਵੀਰ ਵੀ ਆ ਔਰ ਇਸ ਮੀਡੀਆ ਰਾਹੀਂ ਜਿਹੜੇ ਸਾਨੂੰ ਸੁਣ ਰਹੇ ਉਹ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਵਾ। ਮੈਂ ਉਹਨਾਂ ਨੂੰ ਬੇਨਤੀ ਕਰਾਂ ਵੀ ਇਹ ਸ਼ਰਾਰਤਾਂ ਕਰਦੇ ਨੇ, ਹਾਂਜੀ, ਇਹਨਾਂ ਦੇ ਕਿਹਾ ਕੋਈ ਕੌਮ ਮਸਲੀ ਨਹੀਂ ਜਾਣੀ, ਨਾ ਕਿਸੇ ਕੌਮ ਨੂੰ ਕੋਈ ਖਤਮ ਕਰ ਸਕਦਾ, ਇਹਦੇ ਵਿੱਚ ਕੋਈ ਭਾਵੁਕ ਹੋਣ ਦੀ ਲੋੜ ਨੀ ਗੀ। ਹਾਂਜੀ, ਤੇ ਗੁਰੂ ਕੀ ਬਾਣੀ ਤੇ ਬਾਣੀ ਨਾਲ ਜੁੜੋ, ਆਪਣੀ ਵਾਰਡ ਪੱਕੀ ਕਰੋ, ਆਪਣਾ ਘੇਰਾ ਪੱਕਾ ਕਰੋ, ਆਪਣੇ ਇਤਿਹਾਸ ਨਾਲ ਜੁੜੋ ਤੇ ਗੁਰਬਾਣੀ ਨਾਲ ਜੁੜੋ, ਬਾਣੀ ਸਾਨੂੰ ਅੰਦਰ ਦਾ ਰਾਜ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਇਹ ਸਨ ਭਾਈ ਸੁਰਜੀਤ ਸਿੰਘ ਜੀ ਖੰਡਾ, ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਆ, ਬਾਕੀ ਵੀ ਜਿਹੜੇ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ, ਅਸੀਂ ਤੁਹਾਡੀ ਕਚਹਿਰੀ ਵਿੱਚ ਰੱਖੇ ਆ। ਇਹੋ ਜਿਹਾ ਮਾਹੌਲ ਜਿੱਥੇ ਪੰਜਾਬ ਦੇ ਵਿੱਚ ਕੋਈ ਵੀ ਸਿਰਜਦਾ ਹੈ ਅਤੇ ਉਹਨੂੰ ਕੀ ਕਰਨਾ ਚਾਹੀਦਾ, ਤੁਸੀਂ ਸਾਰੇ ਹੀ ਸਮਝਦਾ ਰਹੋ। ਜਦੋਂ ਮਤਲਬ ਇਲੈਕਸ਼ਨਾਂ ਆਉਣੀਆਂ ਵੋਟਾਂ ਪੈਣੀਆਂ ਉਦੋਂ ਵੀ ਸਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹਰ ਇੱਕ ਚੀਜ਼ ਨਾਲ। ਜਿੱਦਾਂ ਕੋਈ ਗੱਲ ਹੁੰਦੀ ਹੈ ਜੇ ਸਮਾਜ ਨੂੰ ਅਸੀਂ ਵਧੀਆ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪ ਵੀ ਵਧੀਆ ਬਣਨਾ ਪਊਗਾ। ਸੋ ਅੱਜ ਦੇ ਇਹ ਪ੍ਰੋਗਰਾਮ ਸੀਗਾ, ਅਤੇ ਹਰੇਕ ਸ਼ੁੱਕਰਵਾਰ ਸ਼ਾਮ 7 ਵਜੇ ਮੈਂ ਇੱਕ ਨਵਾਂ ਪ੍ਰੋਗਰਾਮ ਜਿਹੜਾ ਤੁਹਾਡੇ ਕੋਲ ਲੈ ਕੇ ਆਇਆ ਕਰੂੰਗਾ, ਅਤੇ ਤੁਸੀਂ ਇਹਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਿਆ ਕਰੋ, ਫੀਡਬੈਕ ਵੀ ਜ਼ਰੂਰ ਦਿਓ ਵੀ ਕਿਹੋ ਜਿਹਾ ਲੱਗਦਾ ਇਹ ਪ੍ਰੋਗਰਾਮ। ਅਗਰ ਤੁਸੀਂ ਕੋਈ ਮੁੱਦਾ ਰੱਖਣਾ ਚਾਹੁੰਦੇ ਹਾਂ
ਤੇ ਉਹ ਵੀ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜਾਂ ਟੈਲੀਫੋਨ ਤੇ ਜਾਂ WhatsApp ਤੇ ਲਿਖ ਕੇ ਭੇਜ ਸਕਦੇ ਹੋ ਕਿ ਭਾਈ ਆਹ ਮੁੱਦਾ ਵਿਚਾਰੋ, ਕਿਉਂਕਿ ਅਸੀਂ ਦਿਨ ਨੂੰ ਵੀ ਜਾਂ ਹੋਰ ਵੀ ਜਦੋਂ ਸਮਾਂ ਲੱਗਦਾ ਵੱਖ ਵੱਖ ਮੁੱਦਿਆਂ ਤੇ ਆਵਾਜ਼ ਕੌਮ ਜਿਹੜਾ ਮੁੱਦੇ ਲੈ ਕੇ ਹਾਜ਼ਰ ਹੁੰਦਾ ਆ, ਤਾਂ ਕਿ ਲੋਕਾਂ ਦੇ ਆਪਾਂ ਜਿਹੜੇ ਤੁਸੀਂ ਕਮੈਂਟ ਕੋਈ ਕਰਨਾ, ਕੋਈ ਗੱਲ ਕਰਨੀ ਆ, ਤੁਸੀਂ ਜ਼ਰੂਰ ਜਿਹੜਾ ਜਦੋਂ ਪ੍ਰੋਗਰਾਮ ਚੱਲਦਾ ਹੁੰਦਾ ਨਾਲੋ ਨਾਲ ਕਰਿਆ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਜਦੋਂ ਪ੍ਰੋਗਰਾਮ ਦੇ ਵਿੱਚ ਨਾਲੋ ਨਾਲ ਜਿਹੜੇ ਤੁਹਾਡੇ ਕਮੈਂਟ ਆ ਉਹ ਵੀ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰਾਂਗੇ, ਉਹਦੇ 'ਚ ਵੀ ਕੋਈ ਸਵਾਲ ਹੋਇਆ ਤਾਂ ਉਹ ਵੀ ਤੁਹਾਡੇ ਸਾਹਮਣੇ ਜ਼ਰੂਰ ਲਿਆ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਖਿਮਾ ਦੇ ਜਾਚਕਾਂ, ਕੋਈ ਗਲਤੀ ਹੋ ਗਈ ਹੋਵੇ ਤਾਂ ਆਪ ਜੀ ਨੇ ਮੁਆਫ਼ ਕਰਨਾ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ ਕੌਮ ਟੀ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।